अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਅਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਆਪਾਂ ਗੱਲਬਾਤ ਕਰਦੇ ਹਾਂ ਨਿਊਜ਼ ਦੇ ਐਨਾਲਾਈਸਿਸ ਦੀ, ਖਬਰਾਂ ਦੇ ਪਿੱਛੇ ਕੀ ਚੱਲ ਰਿਹਾ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਹੀ ਖਬਰ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾਉਣੀ ਬਹੁਤ ਜ਼ਰੂਰਤ ਹੁੰਦੀ ਹੈ ਜਿਸ ਦੀ। ਅਤੇ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਜਰਨਲਿਸਟ ਅਵਤਾਰ ਸਿੰਘ ਜੀ, ਆਓ ਇਹਨਾਂ ਦਾ ਸਵਾਗਤ ਕਰੀਏ। ਫਤਿਹ ਦੀ ਸਾਂਝ ਪਈ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅਵਤਾਰ ਸਿੰਘ ਜੀ, ਅੱਜ ਆਪਾਂ ਸ਼ੁਰੂਆਤ ਕਰਨੀ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਹ ਸਾਰਾ ਹਫ਼ਤਾ ਜਿਹੜਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ। ਅਤੇ ਜਿਵੇਂ ਕਿ ਭਾਰਤ ਨੇ ਪਹਿਲਾਂ ਏਅਰ ਸਟ੍ਰਾਈਕ ਕੀਤੀ ਸੀ, ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਨੇ ਰਿਸਪੌਂਡ ਕੀਤਾ ਹੈ, ਉਹਨਾਂ ਨੇ ਵੀ ਜਿਹੜੇ ਆਪਣੇ ਜਹਾਜ਼ ਨੇ ਉਹਨਾਂ ਨਾਲ ਇੱਧਰਲੇ ਬੰਨੇ ਜਿਹੜੀ ਹੈ ਹਮਲਾ ਕੀਤਾ। ਅਤੇ ਉਸ ਤੋਂ ਬਾਅਦ ਉਸ ਘਟਨਾ ਦੇ ਵਿੱਚ ਜਿਹੜੇ ਭਾਰਤ ਦੇ ਦੋ ਮਿਗ ਸੀ ਉਹ ਕ੍ਰੈਸ਼ ਹੋ ਗਏ, ਅਤੇ ਈਵਨ ਕਿ ਵੱਖਰਾ ਵੱਖਰਾ ਵਰਜ਼ਨ ਆ ਰਿਹਾ ਹੈ। ਤੁਸੀਂ ਇਸ ਦੇ ਵਿਸ਼ਲੇਸ਼ਣ ਦੇ ਵਿੱਚ ਕੀ ਸੋਚਦੇ ਹੈਗੇ ਐਜ਼ ਏ ਜਰਨਲਿਸਟ ਜੋ ਇਹ ਸਾਰਾ ਕੁਝ ਹੋਇਆ ਹੈਗਾ? ਹਾਂਜੀ ਹਾਂਜੀ, ਆਪਾਂ ਪਿਛਲੇ ਹਫ਼ਤੇ ਜਦੋਂ ਭਾਰਤ ਦੇ ਏਅਰ ਸਟ੍ਰਾਈਕ ਹੋਇਆ ਉਦੋਂ ਆਪਾਂ ਗੱਲ ਕਰ ਚੁੱਕੇ ਸੀ, ਪਰ ਉਹ ਤੋਂ ਬਾਅਦ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਇਹ ਆਇਆ ਸੀਗਾ ਵੀ ਅਸੀਂ ਵੀ ਰਿਟੈਲੀਏਟ ਕਰਾਂਗੇ, ਜੀ ਜੀ, ਪਰ ਅਸੀਂ ਆਪਣੀ ਟਾਈਮਿੰਗ ਤੇ ਆਪਣੀ ਥਾਂ ਦੇ ਹਿਸਾਬ ਨਾਲ ਰਿਟੈਲੀਏਟ ਕਰੂੰਗੇ। ਤੇ ਉਹਦੇ ਚੋਂ ਫਿਰ ਉਹਨਾਂ ਨੇ ਦੋ ਤਿੰਨ ਦਿਨਾਂ ਬਾਅਦ ਹੀ ਜੀ ਪਾਕਿਸਤਾਨ ਦੇ ਮਿਲਟਰੀ ਵਾਲਾ ਸਾਰਾ ਉਹ ਕਲੈਸ਼ ਹੁੰਦਾ ਵੀ ਉਧਰੋਂ ਉਹਨਾਂ ਦੇ ਜਹਾਜ਼ ਆਉਂਦੇ ਨੇ ਜੀ, ਤੇ ਉਹ ਇੱਧਰ ਅਟੈਕ ਕਰਦੇ ਨੇ ਜਾਂ ਥੋੜਾ ਬਹੁਤਾ ਇੱਕ ਮਿਲਟਰੀ ਬੇਸ ਤੋਂ ਥੋੜੀ ਦੂਰ ਜਾ ਕੇ ਉਹਨਾਂ ਨੇ ਵੀ ਉਸੇ ਤਰ੍ਹਾਂ ਬਰੂਦ ਦੇ ਢੇਰ ਸਿੱਟੇ ਨੇ ਜਿਸ ਤਰ੍ਹਾਂ ਭਾਰਤ ਵਾਲੇ ਸਿੱਟ ਕੇ ਆਏ ਸੀ ਉਹਨਾਂ ਦੇ ਜੰਗਲਾਂ 'ਚ। ਤੇ ਫਿਰ ਉਹ ਭਾਰਤ ਦੇ ਜਹਾਜ਼ ਜਿਹੜੇ ਉਹਨਾਂ ਦਾ ਪਿੱਛਾ ਕਰ ਰਹੇ ਸੀ, ਉਹ ਮੇਰਾ ਖਿਆਲ ਅਸਲ 'ਚ ਉਹ ਆਈ ਇਸ ਮਕਸਦ ਨਾਲ ਸੀ ਵੀ ਭਾਰਤ ਦੇ ਜਹਾਜ਼ ਸਾਡਾ ਪਿੱਛਾ ਕਰਨਗੇ, ਫਿਰ ਪਾਕਿਸਤਾਨ 'ਚ ਲਿਜਾ ਕੇ ਸਿੱਟਾਂਗੇ ਇਹਨਾਂ ਨੂੰ। ਤੇ ਉਹ ਸਾਰੀ ਟਾਰਗੇਟਿੰਗ ਮੇਰਾ ਖਿਆਲ ਇਸ ਢੰਗ ਨਾਲ ਉਹ ਕਰਕੇ। ਤੇ ਅਵਤਾਰ ਸਿੰਘ ਜੀ, ਇਹਦੇ ਵਿੱਚ ਵੀ ਨਾ ਦੋ ਵਰਜ਼ਨ ਆਏ ਹੈਗੇ ਆ, ਭਾਰਤ ਵਾਲਾ ਵਰਜ਼ਨ ਵੱਖਰਾ ਹੈਗਾ, ਪਾਕਿਸਤਾਨ ਵਾਲਾ ਵਰਜ਼ਨ ਵੱਖਰਾ ਹੈਗਾ। ਤੇ ਭਾਰਤ ਨੇ ਕਿਹਾ ਕਿ ਜਦੋਂ ਪਾਕਿਸਤਾਨ ਦੇ ਜਹਾਜ਼ ਆਏ, ਉਹਨਾਂ ਦੇ F-16 ਆਏ, ਤੇ ਸਾਡੇ ਜਿਹੜੇ ਮਿਗ ਨੇ ਉਹਨਾਂ ਨੇ ਉਹਦੇ 'ਤੇ ਹਮਲਾ ਕੀਤਾ, ਅਤੇ ਪਾਕਿਸਤਾਨ ਦਾ ਜਿਹੜਾ ਇੱਕ F-16 ਹੈ ਉਹ ਭਾਰਤ ਵਾਲੇ ਪਾਸੇ ਡਿੱਗ ਪਿਆ। ਅਤੇ ਪਾਕਿਸਤਾਨ ਵਾਲੇ ਬੰਨੇ ਇਹ ਵਰਜ਼ਨ ਆਇਆ ਹੈਗਾ ਕਿ ਅਸੀਂ ਉਹਨਾਂ ਦੇ ਦੋ ਜਿਹੜੇ ਜਹਾਜ਼ ਨੇ ਉਹ ਕ੍ਰੈਸ਼ ਕਰ ਦਿੱਤੇ, ਅਤੇ ਇੱਕ ਪਾਇਲਟ ਜਿਹੜਾ ਹਿਰਾਸਤ 'ਚ ਲਿਆ ਅਭਿਨੰਦਨ, ਜਿਸ ਨੂੰ ਕਿ ਉਹਨਾਂ ਨੇ ਛੱਡ ਵੀ ਦਿੱਤਾ, ਉਹ ਸਾਰਾ ਕੁਝ ਸਾਹਮਣੇ ਵੀ ਆ ਗਿਆ। ਅਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੈਗੇ? ਹਾਂਜੀ, ਉਹ ਫਿਰ ਜਦੋਂ ਅਸਲ 'ਚ ਜੰਗ ਲੱਗਦੀ ਹੈ ਨਾ, ਜੰਗ ਦੇ ਮਾਮਲੇ 'ਚ ਇਹ ਹੁੰਦਾ ਵੀ ਮਿਸ ਇਨਫੋਰਮੇਸ਼ਨ ਆ ਜਿਹੜੀ, ਇਹ ਜੰਗ ਇਕੱਲੀ ਇਹ ਹਥਿਆਰਾਂ ਦੀ ਜਾਂ ਫੌਜਾਂ ਦੀ ਨਹੀਂ ਹੁੰਦੀ, ਆਹ ਵੀ ਜਿਹੜੀ ਇੱਕ ਇਨਫੋਰਮੇਸ਼ਨ ਦੀ ਜੰਗ ਆ ਜੀ, ਇਹ ਵੀ ਬਹੁਤ ਵੱਡੀ ਹੁੰਦੀ ਹੈ। ਹਰੇਕ ਫੌਜੀ ਇਹ ਕਹਿੰਦੀ ਹੈ ਆਪਣੇ ਲੋਕਾਂ ਨੂੰ ਵੀ ਅਸੀਂ ਜੰਗ ਜਿੱਤ ਰਹੇ ਹਾਂ, ਅਸੀਂ ਅੱਗੇ ਵੱਧ ਰਹੇ ਹਾਂ। ਸਾਨੂੰ ਪਿਛਲੇ ਦਿਨੀ ਹੋਏ ਨਾ ਜਦੋਂ ਇਹ ਘਟਨਾਵਾਂ ਵਾਪਰੀਆਂ, ਤੇ ਮੈਂ ਕਿਸੇ ਸਿੰਘ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਸਾਡਾ ਪਿੰਡ ਬਾਰਡਰ ਤੇ ਹੀ ਹੈਗਾ ਜੀ, ਤੇ 1971 ਦੀ ਜੰਗ ਵਿੱਚ ਸਾਡਾ 1 ਕਿਲੋਮੀਟਰ ਤੇ ਕਹਿੰਦਾ ਪਿੰਡ ਹੈ ਨਾ, ਵੀ 1971 ਦੀ ਜੰਗ 'ਚ ਕਹਿੰਦਾ ਅਸੀਂ ਲਾਹੌਰ ਰੇਡੀਓ ਸੁਣਦੇ ਹੁੰਦੇ ਸੀ, ਲਾਹੌਰ ਰੇਡੀਓ ਤੋਂ ਇਹ ਖਬਰਾਂ ਆਉਣੀਆਂ ਵੀ ਪਾਕਿਸਤਾਨੀ ਫੌਜ 10 ਕਿਲੋਮੀਟਰ ਅੰਦਰ ਚਲੇ ਗਈ ਆ, ਕਹਿੰਦਾ ਹਾਲਾਂਕਿ 1 ਕਿਲੋਮੀਟਰ ਤੇ ਅਸੀਂ ਬੈਠੇ ਵੀ ਅਸੀਂ ਆਪਣੀ ਸੇਫ ਬੈਠੇ ਹੁੰਦੇ ਸੀ। ਸੋ ਇਸ ਤਰ੍ਹਾਂ ਜਿਹੜਾ ਇਹ ਮਿਸ ਇਨਫੋਰਮੇਸ਼ਨ ਦਾ ਇਹ ਸਾਰਾ ਚੱਕਰ ਆ ਨਾ, ਇਹਦੇ 'ਚ ਹੁਣ ਕਿਸੇ 'ਤੇ ਵੀ ਵਿਸ਼ਵਾਸ ਕਰਨਾ ਸੌਖਾ ਨੇ। ਹੁਣ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਮੈਨੂੰ ਲੱਗਦਾ ਵੀ ਪਾਕਿਸਤਾਨ ਦੇ ਜਹਾਜ਼ ਕੁਛ ਇਸ ਢੰਗ ਨਾਲ ਆਏ ਸੀ ਵੀ ਸਾਨੂੰ ਚੇਜ਼ ਕਰੂੰਗੇ ਵੀ ਭਜਾ ਕੇ ਇੰਡੀਆ ਦੇ ਜਹਾਜ਼ਾਂ ਨੂੰ ਆਪਣੀ ਟੈਰੀਟਰੀ 'ਚ ਲਿਜਾ ਕੇ ਫਿਰ ਸੁੱਟਾਂਗੇ। ਉਹ ਫਿਰ ਮਤਲਬ ਕਿ ਕੁਛ ਘਟਨਾ ਹੋਇਆ ਵੀ ਉਸ ਤਰ੍ਹਾਂ, ਇੱਕ ਜਹਾਜ਼ ਘੱਟੋ ਘੱਟ ਉਹ ਇੰਡੀਆ ਪਾਕਿਸਤਾਨ ਵਾਲੇ ਪਾਸੇ ਡਿੱਗਿਆ, ਦੂਜਾ ਵੀ ਬਹੁਤ ਨੇੜੇ ਜਾ ਕੇ ਮਤਲਬ ਕਿ ਉਹਨਾਂ ਦਾ ਨਿਸ਼ਾਨਾ ਆਇਆ, ਜਦੋਂ ਇੰਨੀ ਨੱਠ ਭੱਜ ਹੁੰਦੀ ਆ ਉਹਦੇ 'ਚੋਂ ਕਿਤੇ ਨਾ ਕਿਤੇ ਚੂਕ ਗਿਆ, ਨਹੀਂ ਉਹਨਾਂ ਨੇ ਦੂਜਾ ਵੀ ਉਧਰਲੇ ਪਾਸੇ ਛੱਡਣਾ ਸੀ ਤੇ ਉਹ ਮੇਰਾ ਖਿਆਲ ਕੈਪਚਰ ਕਰਨੇ ਸੀ ਜਾਂ ਜੋ ਵੀ ਹੋਇਆ। ਪਰ ਇਸ ਸਾਰੇ ਚੱਕਰ 'ਚ ਤੁਸੀਂ ਦੇਖ ਰਹੇ ਵੀ ਜਿਹੜਾ ਭਾਰਤ ਦਾ ਵੀ ਹੋਇਆ ਜਾਂ ਪਾਕਿਸਤਾਨ ਦਾ ਵੀ ਦੋਵਾਂ ਮੁਲਕਾਂ ਦੇ ਫੌਜੀ ਬੇਸ਼ੱਕ ਪੋਲੀਟੀਕਲ ਲੀਡਰ ਜਾਂ ਮੀਡੀਆ ਵਾਲੇ ਜਿੰਨੀਆਂ ਵੀ ਵੜਕਾਂ ਮਾਰਦੇ ਆ ਵੀ ਦੋਹਾਂ ਪਾਸਿਆਂ ਦੇ ਪਾਇਲਟਸ ਨੇ ਆਪਣਾ ਵਿਰੋਧ ਸਿੱਟ ਕੇ ਭੱਜਣ ਦੀ ਕੋਸ਼ਿਸ਼ ਕਰੀ ਆ, ਕੋਈ ਵੀ ਬਹਾਦਰਾਂ ਵਾਂਗ ਮੈਦਾਨ 'ਚ ਨਹੀਂ ਖੜਿਆ। ਇਹਦੇ 'ਚੋਂ ਇਹ ਸਿੱਟਾ ਨਿਕਲਦਾ ਵੀ ਜਿਹੜੀ ਜਿਹੜੀ ਜੰਗ ਆ ਇਕੱਲੀ ਹਥਿਆਰਾਂ ਦੇ ਜ਼ੋਰ ਨਾਲ ਜਾਂ ਤਕਨੀਕ ਦੇ ਜ਼ੋਰ ਨਾਲ ਨਹੀਂ ਲੜੀ ਜਾਂਦੀ, ਤੁਹਾਡੇ ਕੋਲ ਬਕਾਇਦਾ ਬਹਾਦਰੀ ਵੀ ਹੋਣੀ ਚਾਹੀਦੀ ਆ, ਜਿੱਦਾਂ ਪੁਰਾਤਨ ਸਿੱਖਾਂ ਦਾ ਹੁੰਦਾ ਨਾ ਵੀ ਡਟ ਕੇ ਮੈਦਾਨ 'ਚ ਲੜਦੇ ਸੀ। ਇਸ ਕਿਸਮ ਇਹ ਦੋਹਾਂ ਪਾਸਿਆਂ ਤੋਂ ਹੀ ਆਇਆ। ਭਾਰਤ ਵਾਲੇ ਵੀ ਮਤਲਬ ਕਿ ਕੁਛ ਸਕਿੰਟ ਆ ਕੁਛ ਮਿੰਟ ਹੀ ਕਹਿੰਦੇ ਰਹੇ ਨੇ ਉਹ ਪਾਕਿਸਤਾਨ ਵਾਲੇ ਪਾਸੇ, ਉਹ ਜੰਗਲ 'ਚ ਸਿੱਟ ਕੇ ਮਤਲਬ ਕਿ ਇੱਕਦਮ ਭੱਜੇ ਆਏ ਨੇ, ਇਸੇ ਤਰ੍ਹਾਂ ਪਾਕਿਸਤਾਨ ਵਾਲਿਆਂ ਨੇ ਕਰਿਆ। ਸੋ ਇਹ ਹੈਗਾ ਵੀ ਇਹ ਕਿਤੇ ਨਾ ਕਿਤੇ ਲੈਕ ਹੋ ਰਿਹਾ ਵੀ ਜਿਹੜੀ ਬਹਾਦਰੀ ਦੀ ਸਪਿਰਿਟ ਆ ਉਹ ਹਾਲੇ ਦੋਵਾਂ ਪਾਸਿਆਂ ਤੋਂ ਲੈਕ ਹੋ ਰਹੀ ਹੈ। ਮਤਲਬ ਉਹਨਾਂ ਦੀ ਜੇ ਟ੍ਰੇਨਿੰਗ ਇਸ ਹਿਸਾਬ ਨਾਲ ਕੀਤੀ ਜਾਂਦੀ ਕਿ ਤੁਸੀਂ 10-12 ਮਿੰਟ 'ਚ ਮੁੜੇ ਆਉਣਾ, ਇੱਕ ਤਾਂ ਜਹਾਜ਼ ਦਾ ਕਿਉਂਕਿ ਮਹਿੰਗਾ ਬਹੁਤ ਹੁੰਦਾ ਵੀ ਉਹਦਾ ਨੁਕਸਾਨ,
ਦੂਜਾ ਬੰਦੇ ਦਾ ਪਾਇਲਟ ਦਾ ਨੁਕਸਾਨ ਕਿ ਉਸ ਤਰ੍ਹਾਂ ਦੀ ਲੜਾਈ ਨਹੀਂ ਰਹੀ ਸਾਹਮਣੇ ਜੂਝ ਕੇ ਮਰਨ ਵਾਲਾ ਜਿਹੜਾ ਚੱਕਰ ਹੈ ਉਹ ਕਿਸੇ ਪਾਸੇ ਵੀ ਨਹੀਂ ਰਿਹਾ ਜੀ ਔਰ ਜੋ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈਗਾ ਉਸ ਦੇ ਵਿੱਚ ਭਾਰਤੀ ਮੀਡੀਆ ਦੇ ਰੋਲ ਨੂੰ ਲੈ ਕੇ ਇੰਟਰਨੈਸ਼ਨਲ ਪੱਧਰ 'ਤੇ ਜੇ ਆਪਾਂ ਦੇਖੀ ਜਾਵੇ ਤਾਂ ਬਹੁਤ ਸਾਰੇ ਜਿਹੜੇ ਸਵਾਲੀਆ ਚਿੰਨ੍ਹ ਉਹ ਖੜ੍ਹੇ ਹੋ ਜਾਂਦੇ ਆ ਉਸ ਤੋਂ ਜਿਹੜਾ ਪਹਿਲਾ ਕੰਮ ਉਹਨਾਂ ਵੱਲੋਂ ਜੋ ਪ੍ਰੋਵੋਕੇਸ਼ਨ ਕੀਤੀ ਗਈ ਪ੍ਰਵੋਕ ਕੀਤਾ ਗਿਆ ਚਾਹੇ ਉਸ ਦੇ ਵਿੱਚ ਸਰਕਾਰ 'ਤੇ ਦਬਾਅ ਉਹਦੇ ਕਰਕੇ ਪਿਆ ਹੋਵੇ ਲੋਕਾਂ ਨੂੰ ਪ੍ਰਵੋਕ ਕੀਤਾ ਗਿਆ ਕਿ ਜੰਗ ਹੋਣੀ ਚਾਹੀਦੀ ਆ ਜਿਹੜਾ ਇੱਕ ਉਹਨਾਂ ਨੇ ਕੰਮ ਕੀਤਾ ਦੂਸਰਾ ਜਿਹੜਾ ਹੈਗਾ ਕਿ ਜਦੋਂ ਪਹਿਲੀਆਂ ਏਅਰ ਸਟ੍ਰਾਈਕ ਹੋਈਆਂ ਭਾਰਤੀ ਸਰਕਾਰ ਵੱਲੋਂ ਕਿਤੇ ਵੀ ਇਹ ਗੱਲ ਨਹੀਂ ਕਹੀ ਗਈ ਕਿ ਅਸੀਂ 350 ਬੰਦਾ ਮਾਰਿਆ ਅਤੇ ਹਰੇਕ ਮੀਡੀਆ ਨੇ ਆਪਣੀ ਕਾਊਂਟਿੰਗ ਦੇ ਹਿਸਾਬ ਨਾਲ ਈਵਨ ਕਿ ਉਹਨਾਂ ਨੇ ਨਾਮ ਵੀ ਦੱਸੇ ਕਿ ਆਹ ਜਿਹੜੇ ਅੱਤਵਾਦੀ ਮਾਰੇ ਜਾ ਚੁੱਕੇ ਆ ਅਤੇ ਕੀ ਕਹੋਗੇ ਭਾਰਤੀ ਮੀਡੀਆ ਦੇ ਇਸ ਨਕਾਰਾਤਮਕ ਰੋਲ ਬਾਰੇ ਹਾਂ ਇਹ ਤਾਂ ਜੀ ਪਿਛਲੇ ਦਿਨ ਇੱਕ ਹੋਰ ਹੀ ਸੀਨੀਅਰ ਜਰਨਲਿਸਟ ਆ ਜਿਹੜੇ ਇਸ ਤੋਂ ਐਂਟੀ ਸਾਰੇ ਵੇਵ ਤੋਂ ਚੱਲਦੇ ਆ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਆ ਉਹ ਲੋਕਾਂ ਨੂੰ ਕਹਿ ਰਹੇ ਨੇ ਵੀ ਜੇ ਦੇਸ਼ ਦੀ ਜਮਹੂਰੀਅਤ ਨੂੰ ਬਚਾਉਣਾ ਹੈ ਨਾ ਤੁਸੀਂ ਤਾਂ 2 ਮਹੀਨੇ ਲਈ ਟੀਵੀ ਚੈਨਲ ਦੇਖਣੇ ਬੰਦ ਕਰ ਦਿਓ ਜੀ ਮਤਲਬ ਜਦੋਂ ਤੱਕ ਇਲੈਕਸ਼ਨ ਹੋਣੇ ਆ ਹਾਂਜੀ ਹਾਂਜੀ ਉਹ ਕਹਿੰਦੇ ਵੀ ਇਸ ਕਿਸਮ ਦੀ ਖਤਰਨਾਕ ਸਿਚੁਏਸ਼ਨ ਮੀਡੀਆ ਨੇ ਕਾਇਮ ਕੀਤੀ ਹੋਈ ਆ ਇੰਨਾ ਜੰਗਬਾਜ਼ ਇੰਨੀ ਨਫ਼ਰਤ ਇੰਨਾ ਭੜਕਾਓ ਅਤੇ ਹੁਣ ਤਾਂ ਇਹ ਹੈਗਾ ਵੀ ਚਲੋ ਸੋਸ਼ਲ ਮੀਡੀਆ 'ਚ ਥੋੜ੍ਹੇ ਖ਼ਬਰਾਂ ਅਤੇ ਘਟਨਾਵਾਂ ਆਉਣ ਲੱਗ ਗਈਆਂ ਹੋਈਆਂ ਉਹਦੇ 'ਚ ਸੋਸ਼ਲ ਮੀਡੀਆ 'ਤੇ ਇਹ ਲਗਾਤਾਰ ਆ ਰਿਹਾ ਵੀ ਜਿਹੜੇ ਲੋਕ ਜੰਗ ਚਾਹੁੰਦੇ ਨੇ ਉਹਨਾਂ ਨੂੰ ਭੇਜਿਆ ਜਾਵੇ ਖਾਸ ਕਰਕੇ ਮੀਡੀਆ ਕਰਮੀਆਂ ਨੂੰ ਜੰਗ ਵਿੱਚ ਭੇਜਿਆ ਜਾਵੇ ਸਭ ਤੋਂ ਜ਼ਿਆਦਾ ਭੜਕਾ ਰਹੇ ਨੇ ਕੋਈ ਹੁਣ ਇਹ ਕਹਿ ਰਿਹਾ ਵੀ ਜੈਸ਼ ਏ ਮੀਡੀਆ ਜੈਸ਼ ਏ ਮੁਹੰਮਦ ਦੇ ਨਾਂ ਤੇ ਉਹ 7-8 ਐਂਕਰਾਂ ਦੇ ਨਾਂ ਲੈ ਕੇ ਨਾ ਜੈਸ਼ ਏ ਮੀਡੀਆ ਮਤਲਬ ਕਿ ਇਸ ਕਿਸਮ ਦਾ ਇਹ ਟੋਟਲੀ ਜਰਨਲਿਜ਼ਮ ਦੇ ਕੋਈ ਵੀ ਐਥਿਕਸ ਨਹੀਂ ਹੈਗਾ ਸਾਰੇ ਹਾਲੇ ਪ੍ਰਿੰਟ ਮੀਡੀਆ 'ਚ ਹੈਗਾ ਪ੍ਰਿੰਟ ਮੀਡੀਆ ਜਿਹੜੇ ਅਖਬਾਰ ਜੋ ਕੁਛ ਛਾਪ ਰਹੇ ਨੇ ਉਹ ਕਾਫੀ ਜ਼ਿੰਮੇਵਾਰੀ ਨਾਲ ਘੱਟੋ ਘੱਟ 60-70% ਜ਼ਿੰਮੇਵਾਰੀ ਨਾਲ ਛਾਪ ਰਹੇ ਨੇ ਪਰ ਟੀਵੀ ਚੈਨਲਾਂ ਲਈ ਆਪਣੇ ਇਸ਼ਤਿਹਾਰਾਂ ਲਈ ਜਾਂ ਪੈਸਿਆਂ ਲਈ ਜਾਂ ਉਹ ਇੰਨੇ ਡਿੱਗ ਜਾਣਗੇ ਇੰਨੇ ਥੱਲੇ ਪੈ ਜਾਣਗੇ ਇਹ ਮਤਲਬ ਕਿ ਬੜਾ ਖਤਰਨਾਕ ਸਾਰੇ ਸਿਚੁਏਸ਼ਨ ਸਾਹਮਣੇ ਆ ਰਹੀ ਹੈ ਔਰ ਬਹੁਤ ਹੀ ਖਤਰਨਾਕ ਤੁਸੀਂ ਦੇਖੋ ਇੱਕ ਟੀਵੀ ਚੈਨਲ ਨੇ ਉਹ ਇੱਕ ਵੀਡੀਓ ਗੇਮ ਨੂੰ ਹੀ ਜੀ 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 ਇੱਕ ਵੀਡੀਓ ਗੇਮ ਦੀ ਫੁਟੇਜ ਦਿਖਾ ਕੇ ਕਿਹਾ ਵੀ ਆਹ ਦੇਖੋ ਜੀ ਇਸ ਤਰ੍ਹਾਂ ਅਟੈਕ ਹੋਇਆ ਉੱਥੇ ਲੋਕ ਭੱਜੇ ਜਾਂਦੇ ਨੇ 300 ਮਾਰੇ ਮਤਲਬ ਕਿ ਕੁਛ ਵੀ ਨਹੀਂ ਹੋਇਆ ਕੋਈ ਕੈਜ਼ੁਅਲਟੀ ਨਹੀਂ ਹੋਈ ਉੱਥੇ ਜੀ ਜੀ ਉਹ ਜੰਗਲ ਵਿੱਚ ਸੁੱਟ ਕੇ ਆ ਗਏ ਨੇ ਤੇ ਉਹ ਤੋਂ ਬਾਅਦ ਭੱਜਿਆ ਨੇ ਇੱਕ ਵੀ ਬੰਦਾ ਨਹੀਂ ਮਰਿਆ ਉੱਥੇ ਬਿਲਕੁਲ ਔਰ ਅਬੂ ਕਰੀਮ ਜੋ ਕਿ ਰਾਈਟਸ ਨਿਊਜ਼ ਏਜੰਸੀ ਦੇ ਪੱਤਰਕਾਰ ਨੇ ਉਹਨਾਂ ਨੇ ਵੀ ਇੱਥੇ ਸਪੈਸ਼ਲ ਜਿਹੜੀ ਆਪਣੀ ਰਿਪੋਰਟ ਹੈ ਉਹ ਦਿੱਤੀ ਹੈਗੀ ਹੈ ਕੀ ਕਹੋਗੇ ਅਵਤਾਰ ਸਿੰਘ ਜੀ ਉਹਨਾਂ ਦੀ ਜਿਹੜੀ ਕਿਉਂਕਿ ਉਹਨਾਂ ਦਾ ਜਿਹੜਾ ਰੈਫਰੈਂਸ ਨੇ ਅਲ ਜ਼ਜ਼ੀਰਾ ਨੇ ਵੀ ਯੂਜ਼ ਕੀਤਾ ਹੈ ਜੋ ਹੋਰ ਵੀ ਇੰਟਰਨੈਸ਼ਨਲ ਜਿਹੜੇ ਚੈਨਲਸ ਨੇ ਉਹਨਾਂ ਯੂਜ਼ ਕੀਤਾ ਸਾਰੇ ਜਿਹੜਾ ਰਾਈਟਰਸ ਆ ਸੀਨੀਅਰ ਨਿਊਜ਼ ਏਜੰਸੀ ਹੈਗੀ ਆ ਏਪੀ ਤੋਂ ਬਾਅਦ ਏਐਫਪੀ ਤੋਂ ਮਤਲਬ ਕਿ ਸਭ ਤੋਂ ਜ਼ਿਆਦਾ ਜਿਹੜੀ ਮੇਨ ਸੀਨੀਅਰ ਆ ਰਾਈਟਰਸ ਆ ਉਹਦੇ ਜਿਹੜੇ ਪੱਤਰਕਾਰ ਨੇ ਉਹ 3 ਪੱਤਰਕਾਰ ਉੱਥੇ ਗਏ ਘਟਨਾ ਤੋਂ ਅਗਲੇ ਦਿਨ ਹੀ ਉਹਨਾਂ ਨੇ ਜਾ ਕੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ ਸਾਰਾ ਕੁਛ ਕਰਿਆ ਤੇ ਉਹਨਾਂ ਨੇ ਦੇਖਿਆ ਵੀ ਕੋਈ ਕੈਜ਼ੁਅਲਟੀ ਕੋਈ ਨਹੀਂ ਹੋਈ ਕੋਈ ਬੰਦਾ ਨਹੀਂ ਮਰਿਆ ਜਸਟ ਕੁਛ ਦਰਖਤ ਨੇ ਜਾਂ ਵੱਡੇ ਟੋਏ ਪਾਏ ਹੋਏ ਨੇ ਤੇ ਆ ਉਹਨਾਂ ਦਾ ਇਹ ਹੈਗਾ ਵੀ ਜਿਸ ਥਾਂ ਤੇ ਭਾਰਤ ਕਿਹਾ ਜਾਂਦਾ ਨਾ ਵੀ ਭਾਰਤ ਨੇ ਉਹ ਬੰਬ ਸਿੱਟੇ ਆ ਜੀ ਉਹਦੇ 1 ਕਿਲੋਮੀਟਰ ਦੂਰ ਇੱਕ ਮਦਰਸਾ ਵੀ ਮਦਰਸਾ ਜਿਹੜਾ ਨਾ ਜੀ 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 ਉਹ ਕਹਿੰਦੇ ਵੀ ਉੱਥੇ ਚੱਲ ਰਿਹਾ ਪਰ ਉਹ 1 ਕਿਲੋਮੀਟਰ ਦੂਰੀ ਤੇ ਚੱਲ ਰਿਹਾ ਬੰਬ ਨੇ ਜਿਹੜੇ 1 ਕਿਲੋਮੀਟਰ ਇੱਧਰ ਪਾਸੇ ਸੁੱਟੇ ਗਏ ਨੇ ਸੋ ਉਹਦੇ ਨਾਲ ਕੈਜ਼ੁਅਲਟੀ ਕੋਈ ਨਹੀਂ ਹੋਈ ਬੰਦਾ ਕੋਈ ਮਰਿਆ ਨਹੀਂ ਇੱਕ ਦੋ ਬੰਦੇ ਜ਼ਖਮੀ ਹੋਏ ਨੇ ਜਸਟ ਉਹ ਵੀ ਛਿਲਤਰਾਂ ਜਾਂ ਡਿੱਗਣ ਨਾਲ ਇਸ ਤਰ੍ਹਾਂ ਹੋਇਆ ਤੇ ਉਹਨਾਂ ਨੇ ਗਰਾਊਂਡ ਤੇ ਜਾ ਕੇ ਫਿਰ ਉਹਨਾਂ ਦੀ ਰਿਪੋਰਟ ਨੂੰ ਹੀ ਅਲ ਜਜ਼ੀਰਾ ਨੇ ਤੇ ਬੀਬੀਸੀ ਨੇ ਤੇ ਹੋਰ ਪੱਤਰਕਾਰਾਂ ਨੇ ਜਿਸ ਤਰ੍ਹਾਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਗੱਲ ਕੀਤੀ ਹੈਗੀ ਆ ਬਿਲਕੁਲ ਜੀ ਔਰ ਮੀਡੀਆ ਦਾ ਜਿਹੜਾ ਰੋਲ ਹੈਗਾ ਨਾ ਕਾਫੀ ਇਸ ਸਾਰੇ ਮਸਲੇ ਦੇ ਵਿੱਚ ਨਕਾਰਾਤਮਕ ਸਾਹਮਣੇ ਆਇਆ ਹੈਗਾ ਇੱਕ ਤਾਂ ਉਹਨਾਂ ਵੱਲੋਂ ਜਿਹੜੀ ਸਹੀ ਖਬਰ ਹੈ ਉਹ ਦਰਸ਼ਕਾਂ ਦੇ ਸਾਹਮਣੇ ਬਿਲਕੁਲ ਨਹੀਂ ਰੱਖੀ ਗਈ ਔਰ ਦੂਸਰਾ ਜਿਹੜਾ ਹੈਗਾ ਕਿ ਪ੍ਰਵੋਕ ਕੀਤਾ ਗਿਆ ਵਾਰ-ਵਾਰ ਲੋਕਾਂ ਨੂੰ ਜਿੱਦਾਂ ਕਿਹਾ ਗਿਆ ਕਿ ਜੰਗ ਹੋਣੀ ਚਾਹੀਦੀ ਹੈ ਜਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹੀਆਂ ਗਈਆਂ ਕਿ ਬਦਲਾ ਲੈਂਗੇ ਹਮ ਪਾਕਿਸਤਾਨ ਸੇ ਉਹਨਾਂ 'ਤੇ ਹਮਲਾ ਕਰ ਦਿਓ ਇਕੱਲੇ ਆਪਾਂ ਭਾਰਤੀ ਮੀਡੀਆ ਦੀ ਨਹੀਂ ਗੱਲ ਕਰਦੇ ਪਾਕਿਸਤਾਨੀ ਮੀਡੀਆ ਨੇ ਵੀ ਕੋਈ ਪਿੱਛੇ ਰਹਿਣ ਦੇ ਵਿੱਚ ਕੋਈ ਇੰਨੀ ਕਸਰ ਨਹੀਂ ਛੱਡੀ ਹੈਗੀ ਅਤੇ ਅਵਤਾਰ ਸਿੰਘ ਜੀ ਦੂਸਰਾ ਜੰਗ ਦੀਆਂ ਸੰਭਾਵਨਾਵਾਂ ਤੁਹਾਨੂੰ ਕਿਸ ਤਰੀਕੇ ਨਾਲ ਲੱਗਦੀਆਂ ਨੇ ਨਹੀਂ ਜੰਗ ਦੀਆਂ ਸੰਭਾਵਨਾਵਾਂ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ ਇਹਨਾਂ ਨੇ ਕੋਸ਼ਿਸ਼ ਕਰੀ ਸੀ ਅਸੀਂ ਲਗਾਤਾਰ ਪਿਛਲੇ 4.5 ਸਾਲ ਤੋਂ ਜਿੱਦਾਂ ਮੇਰੇ ਖਿਆਲ ਜਦੋਂ 6 ਕੁ ਮਹੀਨੇ ਹੀ ਹੋ ਗਏ ਸੀਗੇ ਸਰਕਾਰ ਬਣੀ ਨੂੰ ਤਾਂ ਮੇਰੇ ਸਾਹਮਣੇ ਇਸੇ ਪ੍ਰੋਗਰਾਮ 'ਚ ਸਵਾਲ ਆਇਆ ਸੀਗਾ ਵੀ ਹੁਣ ਕੀ ਹੋਊਗਾ ਅੱਗੇ ਵੀ ਕਿਉਂਕਿ ਨਾ ਇਕੋਨਮੀ ਸਾਂਭੀ ਜਾਣੀ ਹੈ ਨਾ ਤੋਂ ਨਾ ਬੇਰੁਜ਼ਗਾਰੀ ਸਾਂਭੀ ਜਾਣੀ ਹੈ ਨਾ ਕੋਈ ਹੋਰ ਜਿਹੜਾ ਭੱਤੇ ਵਗੈਰਾ ਸਾਰਾ ਕੁਛ ਉਹ ਨਹੀਂ ਸਾਂਭਿਆ ਜਾ ਰਿਹਾ ਵੀ ਫਿਰ ਤਾਂ ਅਗਲੀਆਂ ਚੋਣਾਂ ਕਿੱਦਾਂ ਜਿੱਤਣਗੇ ਤਾਂ ਸਾਡਾ ਇਹ ਸੀਗਾ ਵੀ ਪਾਕਿਸਤਾਨ ਨਾਲ ਝੜਪਾਂ ਹੋਣਗੀਆਂ ਇਹ ਝੜਪਾਂ ਪੋਲੀਟੀਕਲੀ ਮੋਟੀਵੇਟਡ ਸੀਗੀਆਂ ਜੰਗ ਦੀਆਂ ਹੁਣ ਇੰਟਰਨੈਸ਼ਨਲ ਲੈਵਲ 'ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਵੀ ਜੰਗ ਦੀਆਂ ਕਿਤੇ ਵੀ ਜਿਹੜੇ ਇੱਕ ਤਾਂ ਦੋਵੇਂ ਨਿਊਕਲੀਅਰ ਪਾਵਰਸ ਨੇ ਵੀ ਉਹਨਾਂ ਕੋਲ ਪਰਮਾਣੂ ਹਥਿਆਰ ਨੇ ਅਤੇ ਦੂਸਰਾ ਇੱਧਰ ਚਾਈਨਾ ਹੈਗਾ ਉੱਧਰ ਜਿਸ ਤਰ੍ਹਾਂ ਅਮੈਰੀਕਾ ਇਨਡਾਇਰੈਕਟਲੀ ਇੰਡੀਆ ਨੂੰ ਸਪੋਰਟ ਕਰ ਰਿਹਾ ਹੈਗਾ ਜਿਹੜੀ ਅਮੈਰੀਕਾ ਦੀ ਸਪੋਰਟ ਵੀ ਹੈ ਇੰਡੀਆ ਨੂੰ ਨਾ ਜਿਹੜੇ ਜਿਹੜੇ ਅਮੈਰੀਕਨ ਡਿਪਲੋਮੈਟਸ ਆ ਅਮੈਰੀਕਾ ਦੀ ਰਾਜਨੀਤੀ ਨਾਲ ਬਹੁਤ ਨੇੜਿਓ ਜੁੜੇ ਹੋਏ ਨੇ ਉਹ ਕਹਿੰਦੇ ਵੀ
ਸਾਨੂੰ ਇਹ ਮੰਚ ਚਾਹੀਦਾ ਹੈਗਾ ਉਹ ਜਿੰਨੀ ਕੁ ਇੰਡੀਆ ਨੂੰ ਸਪੋਰਟ ਦੇ ਰਹੇ ਨੇ ਪਰ ਚਾਈਨਾ ਦਾ ਵੀ ਉਨਾ ਹੀ ਏਅਰ ਡਿਫੈਂਸ ਸਿਸਟਮ ਆ ਜਿਹੜਾ ਉਹ ਜਿਸ ਤਰ੍ਹਾਂ ਰਸ਼ੀਆ ਦਾ ਮਜ਼ਬੂਤ ਆ ਹੁਣ ਇੰਡੀਆ ਵਾਲਿਆਂ ਨੇ ਰਸ਼ੀਆ ਤੋਂ ਏਅਰ ਡਿਫੈਂਸ ਸਿਸਟਮ ਲਿਆ ਤੇ ਚਾਈਨਾ ਨੇ ਪਾਕਿਸਤਾਨ 'ਚ ਜਿੰਨੀ ਕੁ ਇਨਵੈਸਟਮੈਂਟ ਕਰ ਲਈ ਹੋਈ ਆ ਤੇ ਉਹ ਨਹੀਂ ਹੋਊਗਾ ਵੀ ਉਦੋਂ ਜੰਗ ਦੇ ਇੱਕੋ ਬੰਬ ਨਾਲ ਖਤਮ ਹੋ ਜਾਵੇ ਦੋ ਚਾਰ ਸੌ ਬਿਲੀਅਨ ਡਾਲਰ ਦੀ ਜਿਹੜੀ ਇਨਵੈਸਟਮੈਂਟ ਹੋਈ ਆ ਉਹ ਇੱਦਾਂ ਨਹੀਂ ਖਤਮ ਹੋਣ ਲੱਗੀ ਉਹ ਨਹੀਂ ਹੋਊਗਾ ਉਹਦੇ 'ਚੋਂ ਏਅਰ ਡਿਫੈਂਸ ਸਿਸਟਮ ਆ ਜਿਹੜਾ ਉਹ ਚਾਈਨਾ ਦਾ ਵੀ ਓਪਰੇਟ ਕਰੂਗਾ ਪਾਕਿਸਤਾਨ 'ਚ ਤੇ ਏਅਰ ਡਿਫੈਂਸ ਸਿਸਟਮ ਨੇ ਜੇ ਤੁਸੀਂ ਆਪਾਂ ਦੇਖ ਰਹੇ ਹਾਂ ਵੀ ਸੀਰੀਆ ਦੀ ਜੰਗ ਨੂੰ ਪਿਛਲੇ 9-8 ਸਾਲ ਹੋ ਗਏ ਆ ਰਸ਼ੀਆ ਦੇ ਏਅਰ ਡਿਫੈਂਸ ਸਿਸਟਮ ਨੇ ਅਮਰੀਕਾ ਦੇ 79 ਧੂਆਂ ਲਿਆ ਤਾ ਅਮਰੀਕਾ ਹੁਣ ਕੁਛ ਵੀ ਨਹੀਂ ਕਰ ਸਕਦਾ ਉੱਥੇ ਅੱਛਾ ਜੀ ਜਿਹੜਾ ਮੇਨ ਪਲੇਅਰ ਸੀ ਨਾ ਆਪਣੇ ਆਪ ਨੂੰ ਵਰਲਡ ਦਾ ਫੌਜੀ 'ਚ ਕਹਿੰਦਾ ਉਹਨਾਂ ਨੇ ਇੱਕ ਦੋ ਵਾਰੀ ਕੋਸ਼ਿਸ਼ ਕਰੀ ਆ ਪਰ ਅਮਰੀਕਾ ਉਹ ਜਿਹੜੀਆਂ ਰਸ਼ੀਆ ਦੀਆਂ ਐਂਟੀ ਮਿਜ਼ਾਈਲ ਸਿਸਟਮ ਆ ਉਹਨੇ ਉਹਨਾਂ ਦਾ ਇੰਨਾ ਨੁਕਸਾਨ ਕਰ ਦਿੱਤਾ ਹੋਇਆ ਹੁਣ ਅਮਰੀਕਾ ਦੇ ਕੰਨਾਂ ਨੂੰ ਹੱਥ ਲੱਗ ਗਏ ਵੀ ਆਪਾਂ ਖਰਚਾ ਕਾਹਨੂੰ ਕਰੀ ਜਾਣਾ ਕਿਉਂਕਿ ਇੱਕ ਵੀ ਮਿਜ਼ਾਈਲ ਟਿਕਾਣੇ ਤੇ ਨਹੀਂ ਲੱਗ ਰਹੀ ਉਹ ਉੱਪਰ ਹੀ ਉੱਪਰ ਨਸ਼ਟ ਕਰ ਦਿੰਦਾ ਜਿਹੜਾ ਉਹਨਾਂ ਦਾ ਸਿਸਟਮ ਆ ਤੇ ਚਾਈਨਾ ਕੋਲ ਵੀ ਉਹ ਏਅਰ ਡਿਫੈਂਸ ਸਿਸਟਮ ਹੈਗਾ ਤੇ ਜਦੋਂ ਵੀ ਜੇ ਜੰਗ ਲੱਗਣ ਦੀ ਸੰਭਾਵਨਾ ਹੋਵੇ ਉਹ ਚਾਈਨਾ ਦਾ ਏਅਰ ਡਿਫੈਂਸ ਸਿਸਟਮ ਆ ਜਿਹੜਾ ਉਹ ਪਾਕਿਸਤਾਨ ਦੀ ਹਮਾਇਤ ਕਰੂਗਾ ਠੀਕ ਹੈ ਉਹ ਰਸ਼ੀਆ ਨੂੰ ਟੈਕਲ ਕਰ ਸਕਦਾ ਹਾਂ ਰਸ਼ੀਆ ਨਹੀਂ ਰਸ਼ੀਆ ਦੇ ਭਾਰਤ ਨੂੰ ਟੈਕਲ ਕਰ ਸਕਦਾ ਕਿਉਂਕਿ ਅਲਟੀਮੇਟਲੀ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਰਸ਼ੀਆ ਤੇ ਚਾਈਨਾ ਇੱਕੋ ਜਗ੍ਹਾ ਜਾਣਗੇ ਜੇ ਚਾਈਨਾ ਪਾਕਿਸਤਾਨ ਵਾਲੇ ਪਾਸੇ ਆਊਗਾ ਤਾਂ ਰਿਲਕਟੈਂਟਲੀ ਉਹ ਕਹੂਗਾ ਵੀ ਮੈਂ ਇੰਡੀਆ ਦੇ ਨਾਲ ਹੈਗਾ ਰਸ਼ੀਆ ਪਰ ਹੀ ਵਿਲ ਬੀ ਵਿਦ ਚਾਈਨਾ ਅੱਛਾ ਜੀ ਕਿਉਂਕਿ ਇਹ ਸਾਰੇ ਇੰਟਰਨੈਸ਼ਨਲੀ ਉਹ ਜਿਹੜੀ ਇਹ ਦੋਨੋਂ ਦੇਸ਼ ਹੁਣ ਇੱਕ ਤਰ੍ਹਾਂ ਨਾਲ ਡਿਪਲੋਮੈਟਿਕ ਸਾਂਝਾ ਵਿੱਚੋਂ ਇਹਨਾਂ ਦੀ ਡਿਪਲੋਮੈਟ ਸਾਂਝ ਭਾਰਤ ਤੇ ਰਸ਼ੀਆ ਦੇ ਨਾਲੋਂ ਜ਼ਿਆਦਾ ਆ ਹਾਂਜੀ ਹਾਂਜੀ ਇਹਨਾਂ ਦੀ ਆਪਸੀ ਜਿਹੜੀ ਡਿਪਲੋਮੈਟਿਕ ਸਾਂਝ ਹੈ ਨਾ ਉਹ ਜ਼ਿਆਦਾ ਹੈਗੀ ਆ ਸੋ ਇਹ ਇਸ ਲੈਵਲ ਤੇ ਇਹ ਤਾਂ ਕਹਿੰਦਾ ਵੀ ਹੁਣ ਜਿਹੜੀ ਟੈਕਨੀਕੀ ਵਿਕਾਸ ਹੋਇਆ ਜੀ ਏਅਰ ਡਿਫੈਂਸ ਤੇ ਪਾਕਿਸਤਾਨ ਲਗਾਤਾਰ ਚਾਈਨਾ ਨੂੰ ਕਹਿ ਰਿਹਾ ਵੀ ਸਾਡੇ ਨਾਲ ਉਹ ਸੁਰੱਖਿਆ ਸਮਝੌਤਾ ਐਗਰੀਮੈਂਟ ਕਰ ਲਓ ਅੱਛਾ ਜਿੱਦਾਂ ਅਮਰੀਕਾ ਨਾਲ ਇੰਡੀਆ ਦਾ ਹੋਇਆ ਨਾ ਹਾਂਜੀ ਹਾਂਜੀ ਤੇ ਹੋਰ ਛੋਟੇ ਛੋਟੇ ਮੁਲਕਾਂ ਦਾ ਇੰਡੀਆ ਨਾਲ ਹੋਇਆ ਮਾਲਦੀਵਸ ਦਾ ਹੋਇਆ ਤੇ ਉਹ ਮੇਰੇ ਖਿਆਲ ਹੁਣ ਬਹੁਤ ਨੇੜੇ ਹੈ ਉਹ ਅੱਛਾ ਨੇੜੇ ਹੀ ਹੈਗਾ ਵੀ ਜੇ ਸਾਈਨ ਹੋ ਜਾਵੇ ਚਾਈਨਾ ਹਾਲੇ ਰਿਲਕਟੈਂਟਲੀ ਨਹੀਂ ਸੀ ਕਰ ਰਿਹਾ ਪਰ ਹੁਣ ਕਿਉਂਕਿ ਜਿੰਨੀ ਕੁ ਉਹਨੇ ਉੱਥੇ ਇਨਵੈਸਟਮੈਂਟ ਕਰ ਲਈ ਹੋਈ ਆ ਉਹਦੀ ਰਾਖੀ ਲਈ ਕਿਉਂਕਿ ਇਨਵੈਸਟਮੈਂਟ ਪਾਕਿਸਤਾਨ ਵਿੱਚ ਆ ਉਹਦੀ ਜਿਹੜੀ ਓਰੀਜਨਲ ਆ ਤੇ ਭਾਰਤ ਇੱਕ ਤਰ੍ਹਾਂ ਨਾਲ ਉੱਦਾਂ ਮੰਡੀ ਆ ਜਿਹਦਾ ਉੱਥੋਂ ਸਮਾਨ ਵਿਕਦਾ ਹੀ ਹੈਗਾ ਇਸ ਲਈ ਤੁਸੀਂ ਦੇਖਿਆ ਹੋਗਾ ਬੀਬੀ ਸੁਸ਼ਮਾ ਸਵਰਾਜ ਇਕਦਮ ਚਾਈਨਾ ਗਏ ਇਕਦਮ ਚਾਈਨਾ ਗਏ ਸਹੀ ਗੱਲ ਵੀ ਉਹਨਾਂ ਨੂੰ ਅਸ਼ਿਓਰ ਕਰਨ ਲਈ ਫਿਰ ਉੱਥੋਂ ਇਹੀ ਬਿਆਨ ਆਇਆ ਵੀ ਵੀ ਆਰ ਨਾਟ ਗੋਇੰਗ ਟੂ ਐਸਕਾਲੇਟ ਦਿਸ ਟੈਂਸ਼ਨ ਅਸੀਂ ਵਧਾਵਾਂਗੇ ਨਹੀਂ ਕਿਉਂਕਿ ਚਾਈਨਾ ਇਸ ਵੇਲੇ ਏਸ਼ੀਆ ਦਾ ਮੇਨ ਪਲੇਅਰ ਆ ਬੇਸ਼ੱਕ ਬਾਕੀ ਮੁਲਕ ਡੇਂਗਾ ਮਾਰੀ ਜਾਣ ਵੀ ਅਸੀਂ ਸੁਪਰ ਪਾਵਰ ਬਣ ਰਹੇ ਹਾਂ ਪਰ ਬਹੁਤ ਪਿੱਛੇ ਆ ਉਹ ਚਾਈਨਾ ਤੋਂ ਤੇ ਅਵਤਾਰ ਸਿੰਘ ਜੀ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਜੋ ਪਾਕਿਸਤਾਨੀ ਕਹੀਏ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਹੋਣ ਚਾਹੇ ਪਾਕਿਸਤਾਨੀ ਆਰਮੀ ਹੋਣ ਉਹਨਾਂ ਵੱਲੋਂ ਜਿੱਦਾਂ ਕਾਫੀ ਪ੍ਰੋਫੈਸ਼ਨਲਿਜ਼ਮ ਅਪਰੋਚ ਕੀਤੀ ਗਈ ਭਾਵੇਂ ਕਿ ਜਿਹੜਾ ਭਾਰਤੀ ਪਾਇਲਟ ਛੱਡਿਆ ਗਿਆ ਉਸਦੇ ਨਾਲ ਕੋਈ ਇਸ ਤਰ੍ਹਾਂ ਦੀ ਕੁੱਟਮਾਰ ਜਾਂ ਇਸ ਤਰ੍ਹਾਂ ਦਾ ਕੋਈ ਸਾਹਮਣੇ ਨਹੀਂ ਆਇਆ ਭਾਵੇਂ ਕਿ ਉਹਨਾਂ ਨੇ ਜਿਹੜੀਆਂ ਵੀਡੀਓਜ਼ ਬਣਾ ਕੇ ਪਾਈਆਂ ਕੀ ਕਹੋਗੇ ਤੁਸੀਂ ਇਸ ਦੇ ਬਾਰੇ ਇਹਦੇ ਵਿੱਚ ਵੀ ਕਿਤਨਾ ਕਿਤੇ ਚਾਈਨਾ ਦਾ ਇਨਫਲੂਐਂਸ ਹੈਗਾ ਉਹਦੇ 'ਚੋਂ ਨਜ਼ਰ ਆ ਰਿਹਾ ਵੀ ਨਹੀਂ ਪਾਕਿਸਤਾਨੀ ਮਿਲਟਰੀ ਦਾ ਜਿਹੜੇ ਆਫੀਸ਼ੀਅਲ ਵਰਸ਼ਨ ਹੁੰਦੇ ਸੀ ਜੀ ਉਹ ਵੀ ਉਸ ਤਰ੍ਹਾਂ ਭੜਕਾਊ ਕਿਸਮ ਦੇ ਹੁੰਦੇ ਸੀ ਜਿਸ ਤਰ੍ਹਾਂ ਭਾਰਤੀ ਮੀਡੀਆ ਦੇ ਨੇ ਅੱਛਾ ਜੀ ਵੀ ਇਹ ਹੁਣ ਮੈਂ ਦੇਖ ਰਿਹਾ ਵੀ ਲਗਾਤਾਰ ਉਹਨਾਂ ਦਾ ਅੱਜ ਤੁਸੀਂ ਦੇਖਿਓ ਦੋ ਬਰੀਫਿੰਗਸ ਆਈਆਂ ਪੁਲਵਾਮਾ ਅਟੈਕ ਤੋਂ ਬਾਅਦ ਜੀ ਤੇ ਦੂਜੀ ਆਹ ਭਾਰਤ ਦੇ ਸਟ੍ਰਾਈਕ ਤੋਂ ਬਾਅਦ ਜੀ ਉਹ ਬੜੀਆਂ ਮੈਚਿਓਰ ਤੇ ਸਿਵਲਾਈਜ਼ਡ ਸੀਗੀਆਂ ਔਰ ਬਕਾਇਦਾ ਉਹਨਾਂ ਨੇ ਕੁਐਸਚਨ ਆਨਸਰਸ ਲਏ ਨੇ ਭਾਰਤ ਨੇ ਦੋਵਾਂ ਮਾਮਲਿਆਂ 'ਚ ਕੁਐਸਚਨ ਆਨਸਰ ਨਹੀਂ ਲਏ ਜੀ ਬਿਲਕੁਲ ਹੈਨਾ ਛੋਟੀਆਂ ਛੋਟੀਆਂ ਜਿਹੀਆਂ ਕੀਤੀਆਂ 1-1.5 ਮਿੰਟ ਦੀ ਉਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਦੇਅਰ ਵਿਲ ਬੀ ਨੋ ਕੁਐਸਚਨ ਆਨਸਰ ਸੈਸ਼ਨ ਪਰ ਪਾਕਿਸਤਾਨ ਦੇ ਦੋਵੇਂ ਵਾਰੀ ਕੁਐਸਚਨ ਇੰਟਰਨੈਸ਼ਨਲ ਸਾਰੇ ਜਿਹੜੇ ਗੋਰੇ ਪੱਤਰਕਾਰ ਉਹ ਬੈਠੇ ਸੀਗੇ ਜੀ ਕੁਐਸਚਨ ਆਨਸਰ ਔਰ ਉਹਦੀ ਬਰੀਫਿੰਗ ਆ ਜਿਹੜੀ ਬੜੀ ਮੈਚਿਓਰ ਸੀ ਤੇ ਇਹਦੇ 'ਚੋਂ ਸਾਨੂੰ ਲੱਗਦਾ ਵੀ ਚਾਈਨਾ ਨੇ ਇੱਕ ਤਰ੍ਹਾਂ ਨਾਲ ਉਹ ਉੱਥੇ ਸਾਰਾ ਆਪਣਾ ਕਲਾਊਟ ਆ ਜਿਹੜਾ ਕ੍ਰੀਏਟ ਕਰ ਲਿਆ ਮਿਲਟਰੀ ਨਾਲ ਵੀ ਮਿਲਟਰੀ ਨੂੰ ਕਿਹਾ ਗਿਆ ਵੀ ਉਹ ਇਮਰਾਨ ਖਾਨ ਦੇ ਅਧੀਨ ਹੋ ਕੇ ਚੱਲੇ ਹਾਲਾਂਕਿ ਪਹਿਲਾਂ ਹਾਲੇ ਹਮੇਸ਼ਾ ਹੀ ਪਾਕਿਸਤਾਨ ਦੀ ਮਿਲਟਰੀ ਸੀ ਜਿਹੜੀ ਉਹ ਲਗਾਤਾਰ ਇੱਕ ਤਰ੍ਹਾਂ ਨਾਲ ਆਈਸੋ ਜਿਹੜੀ ਹੁੰਦੀ ਨਾ ਵੀ ਰੂਥਲੈਸ ਜੀ ਉਸ ਤਰ੍ਹਾਂ ਚੱਲਦੀ ਸੀ ਪਰ ਪਹਿਲੀ ਵਾਰ ਆ ਵੀ ਉਹਦੇ ਸਪੋਕਸਮੈਨ ਨੇ ਲਗਾਤਾਰ ਆਪਣੇ ਬਿਆਨ ਵਿੱਚ 4-5 ਵਾਰੀ ਇਮਰਾਨ ਖਾਨ ਦਾ ਨਾਂ ਲਿਆ ਸੋ ਸਾਨੂੰ ਲੱਗਦਾ ਬਈ ਜਿਹੜੀ ਪਾਕਿਸਤਾਨ ਦੀ ਮਿਲਟਰੀ ਹੈਗੀ ਆ ਉਹ ਹੁਣ ਚਾਈਨਾ ਦੀਆਂ ਇੰਸਟਰਕਸ਼ਨਸ ਤੇ ਜਿਹੜੀਆਂ ਪੋਲੀਟੀਸ਼ੀਅਨਸ ਦੇ ਅੰਡਰ ਹੋ ਕੇ ਕੰਮ ਕਰਦੀ ਰਹੂਗੀ ਤੇ ਅਵਤਾਰ ਸਿੰਘ ਜੀ ਰੋਬਰਟ ਫ੍ਰਿਸਕ ਵੱਲੋਂ ਇੰਡੀਪੈਂਡੈਂਟ ਦੇ ਵਿੱਚ ਜਿਹੜਾ ਆਰਟੀਕਲ ਲੱਗਾ ਹੈਗਾ ਉਸਨੇ ਜਿਹੜਾ ਹੈਗਾ ਆਪਾਂ ਕਹੀਏ ਕਿ ਇਜ਼ਰਾਈਲ ਦੀ ਇਨਵੋਲਵਮੈਂਟ ਹੋਣ ਬਾਰੇ ਉਹਨੇ ਕੁਛ ਕਿਹਾ ਹੈਗਾ ਕਿ ਇਜ਼ਰਾਈਲ ਇਸ ਦੇ ਵਿੱਚ ਇਨਵੋਲਵ ਹੋ ਸਕਦਾ ਜੋ ਇਹ ਸਾਰਾ ਘਟਨਾਕ੍ਰਮ ਵਾਪਰਿਆ ਕੀ ਕਹੋਗੇ ਇਸ ਦੇ ਬਾਰੇ ਹਾਂਜੀ ਰੋਬਰਟ ਫ੍ਰਿਸਕ ਜੇ ਆਪਾਂ ਕਹੀਏ ਵੀ ਇੱਕ ਪੱਤਰਕਾਰ ਇਹਨੇ ਇੱਕ ਬਹੁਤ ਵੱਡੇ ਵਿਦਵਾਨ ਆ ਮਿਡਲ ਈਸਟ ਦੇ ਚੱਪੇ ਚੱਪੇ ਦੀ ਉਹਨਾਂ ਨੂੰ ਖਬਰ ਆ ਮਤਲਬ ਕਿ ਪਿਛਲੇ 10-15 ਸਾਲ ਤੋਂ ਮਿਡਲ ਈਸਟ ਵਿੱਚ ਬੈਠੇ ਨੇ ਉਹਨਾਂ ਨੂੰ ਹਰ ਘਟਨਾ ਦਾ
ਫਿਲਸਤੀਨ ਕੱਢ ਕੇ ਉੱਥੇ ਭਾਰਤ ਪਾਕਿਸਤਾਨ ਪਾ ਦਿੱਤਾ ਜਾਵੇ। ਕਹਿੰਦਾ ਵੀ ਜਦੋਂ ਮੈਂ ਖਬਰ ਸੁਣੀ ਹੋਈ ਇਹ, ਮੈਨੂੰ ਲੱਗਿਆ ਵੀ ਇਜ਼ਰਾਈਲ ਨੇ ਕਿਤੇ ਹਮਲਾ ਕਰਤਾ ਹੋਇਆ, 300 ਅੱਤਵਾਦੀ ਮਾਰੇ ਗਏ, ਏਅਰ ਸਟ੍ਰਾਈਕ ਹੋਈ, ਰਿਟੈਲੀਏਸ਼ਨ ਹੋਈ। ਜੀ 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 ਕਹਿੰਦਾ ਐਂ ਲੱਗਦਾ ਸੀਗਾ ਵੀ ਇਹ ਕਹਾਣੀ ਜਾਣੀ ਪਛਾਣੀ ਜੀ ਹੈ। ਜੀ 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 ਵੀ ਇਹ ਹੋਊਗਾ। ਪਰ ਕਹਿੰਦਾ ਜਦੋਂ ਬਾਲਕੋਟ ਦਾ ਨਾਂ ਆਇਆ, ਬਾਲਕੋਟ ਚ ਹੋਇਆ, ਕਹਿੰਦਾ ਫਿਰ ਮੇਰੇ ਮਨ ਚ ਆਇਆ ਵੀ ਬਾਲਕੋਟ ਤਾਂ ਇੱਥੇ ਲਾਗੇ ਸਾਗੇ ਕਿਧਰੇ ਨੀ ਹੈਗਾ। ਫਿਰ ਕਹਿੰਦਾ ਮੈਂ ਚੰਗੀ ਤਰ੍ਹਾਂ ਖਬਰਾਂ ਨੂੰ ਘੰਘਾਲਿਆ, ਉਹ ਕਹਿੰਦਾ ਇਹ ਤਾਂ ਇੰਡੀਆ ਤੇ ਪਾਕਿਸਤਾਨ ਦਾ ਚੱਲ ਰਿਹਾ। ਫਿਰ ਉਹ ਕਹਿੰਦਾ ਵੀ ਇਹ ਬਿਲਕੁਲ ਸਾਰੀ ਇਜ਼ਰਾਈਲ ਆ ਜਿਹੜੀ ਉੱਥੇ ਪ੍ਰਵੋਕ ਕਰ ਰਿਹਾ, ਜਿਹੜੀ ਭਾਰਤ ਤੇ ਪਾਕਿਸਤਾਨ ਦੀ ਟੈਨਸ਼ਨ ਹੈਗੀ। ਉਹ ਕਹਿੰਦਾ ਵੀ $530 million ਡਾਲਰ ਦੀ ਜਿਹੜੀ ਫੌਜੀ ਟੈਕਨੋਲੋਜੀ ਆ, ਹਥਿਆਰ ਐਂਡ ਜਿਹੜੇ ਆਹ ਟੈਕਨੀਕਲ ਐਡਵਾਂਸਿਸ ਆ ਵੀ ਰਿਟਾਰ ਸਿਸਟਮ ਨੂੰ ਜਾਮ ਕਰਨਾ, ਹੁਣ ਇਹ ਸਾਰਾ ਜਿਹੜੇ ਦੋਵੇਂ ਅਟੈਕ ਹੋਏ ਆ ਨਾ, ਜੀ ਜੀ ਜੀ, ਭਾਰਤ ਨੇ ਜਿਹੜੀ ਸਟ੍ਰਾਈਕ ਕੀਤੀ ਆ ਤੇ ਪਾਕਿਸਤਾਨ ਨੇ ਜਿਹੜੀ ਕੀਤੀ ਆ, ਇਹ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਰਡਾਰ ਸਿਸਟਮ ਨੂੰ ਜਾਮ ਕਰਕੇ ਕੀਤੀ ਆ। ਜੀ 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 ਜੀ, ਉਹ ਸਾਰਾ ਇਜ਼ਰਾਈਲ ਕੋਲੋਂ ਭਾਰਤ ਨੇ ਲਿਆ ਹੋਇਆ ਤੇ ਉਧਰ ਨੂੰ ਉਹਨਾਂ ਨੇ ਚਾਈਨਾ ਵਾਲਾ ਯੂਜ਼ ਕਰਿਆ, ਤਾਂ ਹੀ ਉਹ ਹੋਇਆ, ਨਹੀਂ ਤਾਂ ਰਡਾਰ ਸਿਸਟਮ ਬਹੁਤ ਛੇਤੀ ਉਹ ਆ ਜਾਂਦਾ ਨਾ। ਹੁਣ ਇਹ ਵੀ ਟੈਕਨੋਲੋਜੀ ਆ ਗਈ ਵੀ ਦੂਜੇ ਦੇਸ਼ ਦਾ ਰਡਾਰ ਸਿਸਟਮ ਆ ਜਿਹੜਾ ਉਹਨੂੰ ਜਾਮ ਕਰ ਲਿਆ ਜਾਵੇ। ਸੋ $530 million ਦੀ ਉਹ ਕਹਿੰਦਾ ਵੀ ਇਜ਼ਰਾਈਲ ਨੇ ਜਿਹੜੀ ਸਹਾਇਤਾ ਦਿੱਤੀ ਆ ਉਹਨੂੰ, ਸਹਾਇਤਾ ਨੀ ਵੀ ਹਥਿਆਰ ਵੇਚੇ, ਤੇ ਭਾਰਤੀ ਮਿਲਟਰੀ ਦੇ ਟੌਪ ਜਰਨੈਲ ਆ ਜਿਹੜੇ ਔਰ ਉੱਥੇ ਜਾ ਕੇ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਨੂੰ, ਬਕਾਇਦਾ ਮਿਲਟਰੀ ਟ੍ਰੇਨਿੰਗ ਤੇ ਸਾਰਾ ਕੁਝ। ਤੇ ਮੁੜ ਕੇ ਜਿਹੜੀ ਪੋਲੀਟੀਕਲ ਆਈਡੀਓਲੋਜੀ ਆ ਕਸ਼ਮੀਰ ਵਿੱਚ ਯੂਜ਼ ਹੋ ਰਹੀ ਆ, ਉਹ ਸਾਰੀ ਫਲਸਤੀਨ ਵਾਲੀ ਹੋ ਰਹੀ ਆ ਵੀ ਪੈਲਟ ਗਨਸ ਆ ਕਸ਼ਮੀਰ 'ਚ ਯੂਜ਼, ਸੋਰੀ ਫਲਸਤੀਨ 'ਚ ਯੂਜ਼ ਹੁੰਦੀਆਂ, ਹੁਣ ਉਹ ਕਸ਼ਮੀਰ 'ਚ ਵੀ ਯੂਜ਼ ਹੋਣ ਲੱਗ ਗਿਆ। ਤੇ ਫਿਰ ਡਿਨਾਈ ਕਰਨਾ, ਲਗਾਤਾਰ ਪੱਥਰ ਮਾਰ ਰਹੇ ਲੋਕਾਂ ਤੇ, ਲਗਾਤਾਰ ਗੋਲੀਆਂ ਚਲਾਉਣੀਆਂ, ਉਸੇ ਤਰ੍ਹਾਂ ਇਜ਼ਰਾਈਲ 'ਚ ਹੁੰਦਾ ਉਸੇ ਤਰ੍ਹਾਂ ਕਸ਼ਮੀਰ 'ਚ ਹੋ ਰਿਹਾ। ਤੇ ਉਹ ਸਾਰਾ ਉਹ ਕਹਿੰਦਾ ਵੀ ਸਾਰੀ ਕਹਾਣੀ ਆ ਜਿਹੜੀ ਉਹ ਫਲਸਤੀਨ ਵਾਲੀ ਆ ਜਿਹੜੀ ਕਸ਼ਮੀਰ 'ਚ ਦੁਹਰਾਈ ਜਾ ਰਹੀ ਆ। ਤੇ ਉਹ ਕਹਿੰਦਾ ਵੀ ਲਗਾਤਾਰ ਸਾਨੂੰ ਇਹ ਲਗਾਤਾਰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਇਜ਼ਰਾਈਲ ਦਾ ਬਹੁਤ ਵੱਡਾ ਹੱਥ ਹੈ ਇਹਦੇ 'ਚ, ਮੁਰਗੇ ਉਹਦੀ ਹੁਣ ਅਸਲ 'ਚ ਉਹ ਬਹੁਤ ਸੀਨੀਅਰ ਪੱਤਰਕਾਰ ਆ, ਇੱਕ ਤਰ੍ਹਾਂ ਨਾਲ ਕਹਿ ਸਕਦੇ ਵੀ ਸੰਸਥਾ ਹੀ ਆ ਜਰਨਲਿਜ਼ਮ ਦੀ। ਤੇ ਉਹਨੇ ਜੇ ਇਹ ਨੋਟ ਕੀਤਾ ਤਾਂ ਇਹਦਾ ਮਤਲਬ ਬਹੁਤ ਗੰਭੀਰ ਆ ਤੇ ਅਗਲੇ ਦਿਨਾਂ 'ਚ ਜਾਂ ਅਗਲੇ ਮਹੀਨਿਆਂ ਸਾਲਾਂ 'ਚ ਕੁਛ ਨਾ ਕੁਛ ਗੰਭੀਰ ਵਾਪਰ ਸਕਦਾ ਉੱਥੇ। ਤੇ ਅਵਤਾਰ ਸਿੰਘ ਜੀ, ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਜਾਂ ਜੋ ਵੀ ਹੋਇਆ ਰਿਪੋਰਟਸ ਤੋਂ ਕਹਿ ਲਈਏ ਕਿ ਜਿੱਦਾਂ ਦੋਨੋਂ ਹੀ ਕਹੀਏ ਕਿ ਦੋਵੇਂ ਹੀ ਐਟਮਿਕ ਪਾਵਰਸ ਨੇ ਕੰਟਰੀ, ਕਿਤੇ ਨਾ ਕਿਤੇ ਇਸ ਤਰੀਕੇ ਦਾ ਨਹੀਂ ਲੱਗ ਰਿਹਾ ਕਿ ਇਹ ਸਾਰਾ ਕੁਛ ਪੋਲੀਟੀਕਲੀ ਸਟੰਟ ਹੋਵੇ ਜਾਂ ਪੋਲੀਟੀਕਲੀ ਮੋਟੀਵੇਟਿਡ ਹੋਵੇ? ਇਹਦੇ ਬਾਰੇ ਤੁਸੀਂ ਐਜ਼ ਏ ਜਰਨਲਿਸਟ ਕੀ ਸੋਚਦੇ ਹੋ? ਪਹਿਲਾਂ ਤਾਂ ਨਹੀਂ ਸੀ ਲੱਗਦਾ ਸਾਨੂੰ, ਹੁਣ ਆਪਾਂ ਜੇ ਕਹੀਏ ਵੀ ਪੁਲਵਾਮਾ ਜਿੱਦਾਂ ਆਮ ਆ ਰਿਹਾ ਵੀ ਪੁਲਵਾਮਾ ਵਾਲਾ ਅਟੈਕ ਆ ਇੰਡੀਆ ਨੇ ਆਪ ਹੀ ਕਰਵਾਇਆ, ਆਪਾਂ ਇਹ ਗੱਲ ਨਹੀਂ ਕਹਿ ਸਕਦੇ ਹੈ ਨਾ, ਮਤਲਬ ਕਿ ਇਸ ਲੈਵਲ ਤੇ ਅਸੀਂ ਚਾਹੁੰਦੇ ਵੀ ਇਸ ਤਰ੍ਹਾਂ, ਹਾਲਾਂਕਿ 36 ਸਿੰਘਪੁਰੇ ਵਾਲਾ ਹੋਇਆ ਆਪਣੇ ਸਾਹਮਣੇ ਆ 10 ਸਾਲ ਪਹਿਲਾਂ ਹੀ ਹੋਇਆ ਹੈ ਨਾ, ਵੀ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਜਿਹੜੀ ਵਾਰ ਅਗੇਂਸਟ ਟੈਰਰਿਜ਼ਮ ਆ ਉਹਦੇ 'ਚ ਡਾਰਕਨੈਸ ਕਿੰਨੀ ਆ, ਉਹਦੇ 'ਚ ਹਨੇਰਿਆਂ 'ਚ ਮਤਲਬ ਕਿ ਕੀ ਕੁਛ ਹੁੰਦਾ ਤੇ ਕੀ ਕੁਛ ਹੋ ਰਿਹਾ, ਉਹਦੀ ਆਪਾਂ ਨੂੰ ਸਾਰੀ ਗੱਲ ਪਤਾ ਹੈਗੀ ਆ ਵੀ ਕਿਸ ਤਰ੍ਹਾਂ ਆਪਣੇ ਹੀ ਬੰਦੇ ਮਰਵਾਏ ਜਾਂਦੇ ਆ। ਜਾਂ ਈਵਨ ਜੇ ਤੁਸੀਂ ਕਿਸੇ ਨੇ ਗੁਰਮੀਤ ਸਿੰਘ ਪਿੰਕੀ ਦੀਆਂ ਜਿਹੜੀਆਂ ਵੀਡੀਓਜ਼ ਆਈਆਂ ਸੀ ਜੇ ਉਹ ਦੇਖੀਆਂ, ਉਹਦੇ 'ਚ ਸਪਸ਼ਟ ਨਾਂ ਲੈਂਦਾ ਹਨਾ, ਪੰਜਾਬ ਦੇ ਜਿਹੜਾ DGP ਰਿਟਾਇਰ ਹੋਇਆ ਉਹਦਾ ਨਾਂ ਲੈਂਦਾ ਵੀ ਇਹਦੇ ਬੰਦੇ ਪੀਲੇ ਪਰਨੇ ਬੰਨ ਕੇ ਸ਼ਾਮਾਂ ਨੂੰ ਪਿੰਡਾਂ 'ਚ ਜਾ ਕੇ ਕਤਲੇਆਮ ਕਰਦੇ ਸੀ। ਸੋ ਇਹ ਵਾਰ ਅਗੇਂਸਟ ਟੈਰਰਿਜ਼ਮ 'ਚ ਇੰਨਾ ਬਹੁਤ ਕੁਛ ਡਾਰਕਨੈਸ ਆ, ਪਰ ਹਾਲੇ ਕਿਉਂਕਿ ਅਸੀਂ ਇਸ ਬਾਰੇ ਖੁੱਲ੍ਹ ਕੇ ਕੁਛ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਪੁਲਵਾਮਾ ਵਾਲਾ ਅਟੈਕ ਆ ਕਿੱਧਰੋਂ ਮੋਟੀਵੇਟਡ ਸੀ ਹਨਾ, ਤੇ ਪਰ ਉਹ ਤੋਂ ਬਾਅਦ ਜਿਹੜਾ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਵੀ ਉਧਰੋਂ ਏਅਰ ਸਟ੍ਰਾਈਕ ਹੋਏ ਨੇ ਜੀ, ਇੰਡੀਆ ਨੇ 3:30 ਤੇ ਏਅਰ ਸਟ੍ਰਾਈਕ ਕਰੇ ਆ, ਤੇ ਉਹ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੁੰਦੀ ਆ ਤੇ ਇੱਕਦਮ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀਆਂ ਤੇ ਨਿਕਲ ਜਾਂਦੇ ਆ ਜੀ, ਔਰ ਉਹਨੂੰ ਗਲੋਰੀਫਾਈ ਕਰਦੇ ਆ ਸਾਰੇ ਕੁਛ ਨੂੰ ਵੀ ਦੇਖੋ ਜੀ ਤੁਹਾਡਾ ਪ੍ਰਧਾਨ ਸੇਵਕ ਹਨਾ ਵੀ ਜਿਹਦੀ ਸੇਵਾ ਤੁਸੀਂ ਲਾਈ ਸੀ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਮੈਦਾਨ ਵਿੱਚ ਆ ਗਿਆ, ਜੋ ਇਸ ਕਿਸਮ ਦੀ ਵਰਡਿੰਗ ਜੋ ਵੀ ਹੈ ਬਿਲਕੁਲ, ਜਾਨੀ ਇੱਕਦਮ ਹੀ ਸਵੇਰੇ ਅਮਰੀਕਾ 8-9 ਹੀ ਉਹ ਰੈਲੀਆਂ ਸ਼ੁਰੂ ਕਰ ਲਈਆਂ ਹੋਈਆਂ ਨੇ। ਇਹ ਤੋਂ ਲੱਗਦਾ ਵੀ ਇਹ ਸਾਰਾ ਜਿਹੜੀ ਆਪਣੀ ਗੱਲ ਸੱਚੀ ਹੋ ਰਹੀ ਆ ਵੀ ਪਾਕਿਸਤਾਨ ਤੇ ਹਮਲੇ ਨੂੰ ਉਹ ਵੋਟਾਂ ਵਿੱਚ ਬਦਲਣ ਦੇ ਸਾਰੇ ਚੱਕਰ 'ਚ। ਤੇ ਅਵਤਾਰ ਸਿੰਘ ਜੀ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਮੀਡੀਆ ਪਬਲਿਸ਼ਾਈਜ਼ ਕਰਦਾ ਹੈ, ਬਾਰ ਬਾਰ ਇਹ ਚੀਜ਼ ਦਿਖਾਉਂਦਾ ਹੈ ਦੇਸ਼ ਸੁਰੱਖਿਅਤ ਹੈ, ਦੇਸ਼ ਸੁਰੱਖਿਅਤ ਹੈ, ਦੇਸ਼ ਸੁਰੱਖਿਅਤ ਹੱਥੋਂ ਮੇ ਹੈ, ਆਹ ਗੱਲ ਨੂੰ ਜਿੱਦਾਂ ਕੀਤਾ ਜਾਂਦਾ ਹੈ। ਔਰ ਜੇ ਆਪਾਂ ਦੇਖੀਏ ਤਾਂ ਉਹਨਾਂ ਦੇ ਪਿੱਛੇ ਜਿਹੜੇ 40 ਜਾਂ 44 ਜਿਹੜੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੀਆਂ ਫੋਟੋਆਂ ਨੇ, ਜੇ ਦੇਸ਼ ਸੁਰੱਖਿਅਤ ਹੱਥਾਂ 'ਚ ਨੇ ਤਾਂ ਨਰਿੰਦਰ ਮੋਦੀ ਇਸ ਗੱਲ ਦਾ ਜਵਾਬ ਦੇਣ ਵੀ ਫਿਰ ਇਹ ਹਮਲਾ ਹੋ ਕਿੱਦਾਂ ਗਿਆ, ਏਜੰਸੀਆਂ ਦਾ ਤੁਹਾਡੀਆਂ ਉੱਥੇ ਫੇਲ ਹੋਈਆਂ। ਹਾਂਜੀ ਹਾਂਜੀ, ਉਹਨਾਂ ਦਾ ਫੇਲਿਅਰ ਆ ਸਾਰੇ ਮਿਲਟਰੀ ਇੰਟੈਲੀਜੈਂਸ ਦਾ, ਜਾਂ ਜਿਸ ਤਰ੍ਹਾਂ ਤੁਸੀਂ ਉੱਦਾਂ ਵੀ ਦੇਖੋ ਨਾ ਵੀ ਜੇ ਹੁਣ
ਵਾਇਲੈਂਸ ਆ ਜੀ, ਵਾਇਲੈਂਸ ਦਾ ਅਸੀਂ ਐਜ਼ ਇਟ ਇਜ਼ ਵਿਰੋਧ ਕਰਦੇ ਆ ਜੀ ਜੀ ਜੀ, ਚਾਹੇ ਉਹ ਟੈਰਰਿਸਟ ਵਾਇਲੈਂਸ ਆ, ਚਾਹੇ ਪੁਲਵਾਮਾ ਵਾਲਾ ਹੋਇਆ ਤੇ ਜਾਂ ਕਸ਼ਮੀਰੀਆਂ ਤੇ ਹੁੰਦਾ ਜਾਂ ਸਿੱਖਾਂ ਤੇ ਹੁੰਦਾ, ਜਾਂ ਜਿਹੜਾ ਈਵਨ ਏਅਰ ਸਟ੍ਰਾਈਕਸ ਵੀ ਹੋਏ ਜੀ ਜੀ ਜੀ, ਅਸੀਂ ਇੱਕ ਸਿੱਖ ਹੋਣ ਦੇ ਨਾਤੇ ਕਿਉਂਕਿ ਅਸੀਂ ਸਾਰੀ ਵਾਇਲੈਂਸ ਨੂੰ ਦੇਖਿਆ ਤੇ ਹੰਢਾਇਆ, ਅਸੀਂ ਵਾਇਲੈਂਸ ਦਾ ਐਜ਼ ਇਟ ਇਜ਼ ਟੋਟਲ ਵਾਇਲੈਂਸ ਦਾ ਜਿੱਦਾਂ ਵਿਰੋਧ ਕਰਦੇ ਹੈਗੇ ਹਨਾ, ਪਰ ਇਹ ਹੈਗਾ ਵੀ ਉੱਥੇ ਡਬਲ ਸਟੈਂਡਰਡਸ ਨੇ, ਜਿਹੜੀ ਟੈਰਰਿਜ਼ਮ ਦੀ ਵਾਇਲੈਂਸ ਆ ਉਹਦਾ ਵਿਰੋਧ ਕੀਤਾ ਜਾਂਦਾ, ਜਿਹੜੇ ਏਅਰ ਸਟ੍ਰਾਈਕਸ ਹੁੰਦੇ ਉਹਨਾਂ ਨੂੰ ਪ੍ਰੋਵੋਕ ਕੀਤਾ ਜਾਂਦਾ ਵੀ ਕਰੋ, ਉਹ ਵੀ ਤਾਂ ਇੱਕ ਤਰ੍ਹਾਂ ਦੀ ਵਾਇਲੈਂਸ ਆ ਨਾ, ਸੋ ਇਹ ਹੁੰਦਾ ਵੀ ਸਾਡੀ ਵਾਇਲੈਂਸ ਠੀਕ ਆ, ਕਿਸੇ ਦੂਜੇ ਦੀ ਵਾਇਲੈਂਸ ਗਲਤ ਆ, ਇਹ ਜਿਹੜਾ ਪੈਮਾਨਾ ਅਸੀਂ ਸਮਝਦੇ ਹਾਂ ਵੀ ਇੰਡੀਅਨ ਸੋਸਾਇਟੀ ਦਾ ਜਾਂ ਇੰਡੀਅਨ ਮੀਡੀਆ ਦਾ, ਇਹ ਬਿਲਕੁਲ ਸਾਰਾ ਗਲਤ ਆ, ਵਾਇਲੈਂਸ ਨੂੰ ਐਜ਼ ਇਟ ਇਜ਼ ਟੋਟਲੀ ਵਾਇਲੈਂਸ ਨੂੰ ਕੰਡੈਮ ਕਰੋ ਔਰ ਉਹਨੂੰ ਕੰਟੇਨ ਕਰੋ ਜੀ ਜੀ, ਪਰ ਇਹ ਵੀ ਇੱਕ ਵਾਇਲੈਂਸ ਨੂੰ ਇਹ ਡਬਲ ਸਟੈਂਡਰਡ ਆ, ਇੱਕ ਵਾਇਲੈਂਸ ਦੀ ਤੁਸੀਂ ਵਿਰੋਧਤਾ ਕਰਦੇ ਆ, ਇੱਕ ਵਾਇਲੈਂਸ ਨੂੰ ਗਲੋਰੀਫਾਈ ਕਰਦੇ ਤੇ ਸੈਲੀਬ੍ਰੇਟ ਕਰਦੇ ਆ। ਤੇ ਅਵਤਾਰ ਸਿੰਘ ਜੀ, ਇਸ ਤੋਂ ਬਾਅਦ ਕਹੀ ਕਿ ਪਾਕਿਸਤਾਨ ਵਾਰ ਵਾਰ ਇਹ ਗੱਲ ਕਹਿੰਦਾ ਆ ਕਿ ਜਿਹੜੀ ਸਾਡੀ ਲੈਂਡ ਹੈਗੀ ਅਸੀਂ ਕਿਸੇ ਵੀ ਅੱਤਵਾਦੀ ਨੂੰ ਜਿਹੜੇ ਯੂਜ਼ ਨਹੀਂ ਕਰਨ ਦੇਵਾਂਗੇ, ਤੇ ਜੋ ਉੱਥੇ ਮੌਜੂਦ ਹੈਗੇ ਨੇ ਅੱਤਵਾਦੀ ਅਸਨ ਮਸੂਦ ਜਾਂ ਜੋ ਕਿ ਹੋਰ ਵੀ ਜਿਹੜੇ ਉੱਥੇ ਮੌਜੂਦ ਹੈਗੇ ਨੇ, ਉਹਨਾਂ ਬਾਰੇ ਉਹਨਾਂ ਦੇ ਬਿਆਨ ਆਉਂਦੇ ਕਿ ਉਹ ਬਿਮਾਰ ਨੇ, ਬਹੁਤ ਜ਼ਿਆਦਾ ਬਿਮਾਰ ਨੇ, ਇਹਨਾਂ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਫਿਰ ਇਹ ਤਾਂ ਅਸੀਂ ਕਹਿ ਸਕਦੇ ਵੀ ਉਹਨਾਂ ਦੀ ਕਮਜ਼ੋਰੀ ਆ, ਉਹਨਾਂ ਨੂੰ ਇੱਕਦਮ ਜੇ ਕੋਈ ਇਸ ਤਰ੍ਹਾਂ ਦੇ ਸਬੂਤ ਉਹਨਾਂ ਦੇ ਖਿਲਾਫ ਹੈਗੇ ਆ ਜੀ ਜੀ ਜੀ, ਤੇ ਉਹਨਾਂ ਨੂੰ ਫੜ ਕੇ ਤੇ ਅਦਾਲਤ ਵਿੱਚ ਪੇਸ਼ ਕਰੋ, ਤੇ ਅਦਾਲਤਾਂ ਨੇ ਜਿਹੜੀਆਂ ਉਹ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦੇਣਾ, ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਮਿਲਟਰੀ ਗੋਲੀ ਮਾਰ ਦੇਵੇ, ਕਿਉਂਕਿ ਹੁਣ ਜਿਉਂਦੇ ਨੇ ਉਹ, ਅਸੀਂ ਉਹ ਅਸੀਂ ਭਾਰਤ ਦੇ ਮਾਮਲੇ ਵਿੱਚ ਵੀ ਇਹ ਗੱਲ ਕਰਦੇ ਹਾਂ ਵੀ ਫੌਜਾਂ ਨੂੰ ਕਿਸੇ ਨੂੰ ਨਿਹੱਥੇ ਬੰਦੇ ਨੂੰ ਮਾਰਨ ਦਾ ਹੱਕ ਨਹੀਂ, ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜੋ ਕਾਨੂੰਨ ਦੇ ਖਿਲਾਫ ਉਹ ਲਾਏ, ਮਤਲਬ ਕਿਸੇ ਤੇ ਵੀ ਨਾ ਜੀ ਜੀ, ਜਿਹਦੇ ਤੇ ਤੁਹਾਨੂੰ ਸ਼ੱਕ ਆਏਗਾ, ਪਰ ਇਹ ਕਹਿਣਾ ਵੀ ਹਾਂ ਉਹਦੇ 'ਚ ਹੁਣ ਬਿਨ ਲਾਦਨ ਵੀ ਉੱਥੋਂ ਹੀ ਲੱਭਿਆ ਜਾਂ ਹੋਰ ਵੀ ਸਾਰਾ ਕੁਛ ਜਿੱਦਾਂ ਇਹ ਹੈਗਾ ਹਨਾ, ਵੀ ਇੱਕ ਤਰ੍ਹਾਂ ਨਾਲ ਪਾਲਿਸੀ ਤਾਂ ਰਹੀ ਆ ਪਾਕਿਸਤਾਨ ਦੀ, ਪਰ ਹੁਣ ਮੈਨੂੰ ਲੱਗਦਾ ਵੀ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਕਿਸੇ ਤਬਦੀਲੀ ਦੇ ਹੱਕ ਵਿੱਚ ਨੇ, ਜੇ ਆਪਾਂ ਇਹਨੂੰ ਇੱਕ ਵਿਜ਼ਨਰੀ ਪੋਲੀਟੀਸ਼ੀਅਨ ਦੇ ਤੌਰ ਤੇ ਦੇਖੀਏ, ਉਹ ਜੋ ਪਿੱਛੇ ਹੋ ਗਿਆ ਉਹ ਇਨਾਫ ਇਜ਼ ਇਨਾਫ ਕਹਿ ਕੇ, ਕਿਉਂਕਿ ਵਾਰ ਵਾਰ ਇਮਰਾਨ ਖਾਨ ਆਪਣੀਆਂ ਸਪੀਚਸ 'ਚ ਕਹਿੰਦੇ ਨੇ ਕਿ ਪਾਕਿਸਤਾਨ ਨੇ ਵੀ 70,000 ਤੱਕ ਜਿਹੜੇ ਆਪਣੇ ਬੰਦਾ ਮਰਵਾਇਆ ਇਹੀ ਅੱਤਵਾਦੀ ਕਾਰਵਾਈਆਂ ਦੇ ਵਿੱਚ ਮਰਿਆ ਹੋਇਆ, ਹਾਂ ਪਿੱਛੋਂ ਬਹੁਤ ਸਾਰਾ ਕੁਛ ਹੋਇਆ, ਤੇ ਜੇ ਹੁਣ ਰਿਵਾਈਵ ਹੋ ਰਿਹਾ ਵੀ ਹਾਂ ਪੀਸ ਲਈ ਰਿਵਾਈਵ ਹੋ ਰਿਹਾ, ਤਾਂ ਸਾਨੂੰ ਲੱਗਦਾ ਵੀ ਉਹ ਇਹਦੇ ਕਦਮਾਂ ਦਾ, ਕਿਉਂਕਿ ਜਿੰਨੀ ਇਨਵੈਸਟਮੈਂਟ ਉੱਥੇ ਆ ਰਹੀ ਆ ਉਹ ਜਿਸ ਤਰ੍ਹਾਂ ਨਾਲ ਉਹ ਗਵਾਦਰ ਪੋਰਟ ਨੂੰ ਤੇ ਪਾਕਿਸਤਾਨ ਦੀ ਉਹ ਸਾਈਡ, ਈਵਨ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਵੀ ਉਹ ਜਿਸ ਕਿਸਮ ਦਾ ਟੂਰਿਸਟ ਹੱਬ ਬਣਾਉਣ ਜਾ ਰਹੇ ਆ, ਤੇ ਉਹਦੇ 'ਚ ਉਹਨਾਂ ਲਈ ਬਹੁਤ ਸਾਰੀ ਜਿਹੜੇ ਮਨੀ ਜਨਰੇਸ਼ਨ ਦੇ ਇੱਕ ਤਰ੍ਹਾਂ ਕੈਸ਼ ਨਾਲ ਕੈਸ਼ ਦਾ ਉਹਦਾ ਕਾਫੀ ਇੱਕ ਤਰ੍ਹਾਂ ਨਾਲ ਗਰੀਬੀ ਦੀ ਹਾਲਤ ਵਿੱਚ ਆ, IMF ਤੋਂ ਪਿਛਲੇ ਦਿਨ ਉਹਨਾਂ ਨੇ ਲੋਨ ਦੀ ਮੰਗ ਕੀਤੀ ਆ, ਸਾਊਦੀ ਅਰਬ ਨੇ ਕਾਫੀ ਸਾਰਾ ਪੈਸਾ ਦਿੱਤਾ ਹੈਗਾ, ਚਾਈਨਾ ਕਾਫੀ ਸਾਰਾ ਪੈਸਾ ਦੇ ਰਿਹਾ, ਸੋ ਇਸ ਹਾਲਤ ਵਿੱਚ ਸਾਨੂੰ ਲੱਗਦਾ ਵੀ ਜੇ ਉਹ ਬੈਲੈਂਸ ਕਰ ਰਿਹਾ ਇਕਾਨਮੀ ਨੂੰ ਤੇ ਸ਼ਾਂਤੀ ਚਾਹੁੰਦਾ ਤਾਂ ਉਹਦੀ ਆਵਾਜ਼ ਨੂੰ ਸੁਣਨਾ ਚਾਹੀਦਾ, ਜੰਗ ਦੇ ਜਿਹੜੇ ਧਮਾਕੇ ਆ ਉਹ ਨਹੀਂ ਕਰਨੇ ਚਾਹੀਦੇ। ਬਿਲਕੁਲ, ਤੇ ਅਵਤਾਰ ਸਿੰਘ ਜੀ, ਜੇ ਆਪਾਂ ਅਜੋਕੇ ਸਮੇਂ ਦੇ ਵਿੱਚ ਗੱਲਬਾਤ ਕਰੀਏ ਕਿ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ, ਜੇ ਆਪਾਂ ਪਾਕਿਸਤਾਨ ਦੇ ਲੋਕਾਂ ਦੀ ਗੱਲਬਾਤ ਕਰੀਏ, ਹਾਫਿਜ਼ ਸਈਦ ਦੀ ਜਿਹੜੀ ਪਾਰਟੀ ਹੈਗੀ ਉਹਨੂੰ ਵੀ ਬਹੁਤ ਸਾਰੀਆਂ ਘੱਟ ਵੋਟਸ ਪਈਆਂ ਹੈਗੀਆਂ, ਕੀ ਇਹਦਾ ਮਤਲਬ ਕਿ ਲੋਕ ਸਮਝ ਚੁੱਕੇ ਆ ਕਿ ਇਹ ਰਸਤਾ ਸਹੀ ਨਹੀਂ ਹੈਗਾ? ਬਿਲਕੁਲ ਬਿਲਕੁਲ, ਪਾਕਿਸਤਾਨ ਦੇ ਲੋਕਾਂ ਨੇ ਆਪ ਹੱਡੀ ਹੰਢਾਇਆ, ਇਮਰਾਨ ਖਾਨ ਵੀ ਇਹੀ ਗੱਲ ਕਰ ਰਿਹਾ ਨਾ ਜੀ, ਵੀ ਮੈਂ ਇੱਕ ਤਾਂ ਮਰੇ ਹੋਏ ਲੋਕ ਦੇਖੇ ਨੇ, ਇੱਕ ਉਹ ਲੋਕ ਦੇਖੇ ਜਿਹਨਾਂ ਦੀਆਂ ਲੱਤਾਂ ਵੱਢੀਆਂ ਗਈਆਂ, ਬਾਹਾਂ ਵੱਢੀਆਂ ਗਈਆਂ, ਤੇ ਮਤਲਬ ਕਿ ਬੜਾ ਲਾਚਾਰ ਹੋ ਗਏ ਹੋਏ ਨੇ, ਉਹਨਾਂ ਦੀ ਜ਼ਿੰਦਗੀ ਆ ਕਹਿੰਦਾ ਜਿਹੜੀ ਮੌਤ ਨਾਲੋਂ ਵੀ ਵੱਧ ਖਤਰਨਾਕ ਹੈ, ਤੇ ਉਹਦੇ ਚੋਂ ਆਪਾਂ ਲਗਾਤਾਰ ਇਹ ਦੇਖ ਰਹੇ ਪਾਕਿਸਤਾਨ ਦੀ ਜੁਡੀਸ਼ਰੀ ਤੇ ਆ ਜਿਹੜੇ ਲੋਕਾਂ ਦੇ ਫਤਵੇ ਆ ਰਹੇ ਆ, ਲੋਕ ਹੁਣ ਆ ਮਿਸਟਰ ਅਭਿਨੰਦਨ ਜਿਹੜਾ ਉਹਨਾਂ ਦਾ ਪਾਇਲਟ ਗ੍ਰਿਫਤਾਰ ਹੋਇਆ ਸੀ ਜੀ ਜੀ, ਉਹਦੇ ਹੱਕ ਵਿੱਚ ਵੀ ਇਹਨੂੰ ਰਿਹਾ ਕੀਤਾ ਜਾਵੇ, ਥਾਂ ਥਾਂ ਤੇ ਉੱਥੇ ਮੁਜ਼ਾਹਰੇ ਹੋਏ ਨੇ, ਜਿਹੜੇ ਸਟੂਡੈਂਟਸ ਨੇ ਉਹ ਸਾਹਮਣੇ ਆਏ ਨੇ, ਤੇ ਅੱਜ ਜਿਹੜੀਆਂ ਇਲੈਕਸ਼ਨਾਂ 'ਚ ਇਮਰਾਨ ਖਾਨ ਦੀ ਜਿੱਤ ਹੋਈ ਆ ਜਿਹਦੇ 'ਚ ਹਾਫਿਜ਼ ਸਈਦ ਨੇ ਆਪਣੇ ਬੰਦੇ ਖੜੇ ਕਰੇ ਸੀ, ਔਰ ਮੇਰਾ ਖਿਆਲ ਮੰਨ ਕੇ 400-500 ਵੋਟ ਪਈ ਹੋਣੀ ਉਹਨਾਂ ਨੂੰ ਸਾਰਿਆਂ ਨੂੰ, ਇੱਕ ਵੀ ਸੀਟ ਨਹੀਂ ਮਿਲੀ, ਇਹਦਾ ਮਤਲਬ ਐਜ਼ ਏ ਸੁਸਾਇਟੀ ਤੁਸੀਂ ਦੇਖੋ ਕਿੰਨੇ ਮਚਿਓਰ ਆ, ਆਪਣੇ ਦੇਖੋ ਵੀ ਦਿੱਲੀ ਸਿੱਖ ਕਤਲੇਆਮ ਦੇ ਜਿਹੜੇ ਬੰਦੇ ਦੋਸ਼ੀ ਸੀ ਅੱਜ ਵੀ ਉਹ ਮੁੱਖ ਮੰਤਰੀ ਬਣੇ ਨੇ ਜੀ, ਹਾਂ ਪਿਛਲੇ 2 ਮਹੀਨੇ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੇ ਗਏ ਨੇ, ਉਹਨਾਂ ਦੀ ਮਤਲਬ ਆਪਣੀ ਸੁਸਾਇਟੀ ਅਜੇ ਕਮਜ਼ੋਰ ਹੈਗੀ ਆ, ਹਾਂਜੀ ਉਹਨਾਂ ਦੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਉਹ ਮਾਰਿਆ ਚੱਕ ਕੇ 10 ਸਾਲ ਦੀ ਕੈਦ ਤੇ ਇੱਕਦਮ, ਹੈ ਨਾ ਵੀ ਸਾਡੇ ਪੋਲੀਟੀਸ਼ੀਅਨ ਹਜ਼ਾਰਾਂ ਕਤਲ ਕਰਕੇ ਵੀ ਗੱਦੀਆਂ ਤੇ ਬੈਠੇ ਨੇ, ਸੋ ਇੱਕ ਤਰ੍ਹਾਂ ਨਾਲ ਫਰਕ ਤਾਂ ਨਜ਼ਰ ਆ ਰਿਹਾ ਨਾ ਵੀ ਆਮ ਲੋਕਾਂ ਦੇ, ਉਹਨਾਂ ਨੇ ਉਹ ਜਿਸ ਅੱਗ ਨੂੰ ਹੰਢਾ ਲਿਆ ਹੋਇਆ ਜੀ, ਉਹ ਕਹਿੰਦੇ ਵੀ ਨਹੀਂ ਇਨਾਫ ਇਜ਼ ਇਨਾਫ, ਤੇ ਸਾਨੂੰ ਵੀ ਚਾਹੀਦਾ ਸਾਡੇ ਲੋਕਾਂ ਨੂੰ ਜੀ ਜੀ ਜੀ, ਉਹ ਇਸ ਕਿਸਮ ਦੀ ਜਿਹੜੀ ਕਤਲੋਗਾਰਤ ਆ ਉਹਦੀ ਹਮਾਇਤ ਨਾ ਕਰ। ਤੇ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਆਇਆ ਹੈਗਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਇਸੇ ਤਰੀਕੇ ਨਾਲ ਜਿਹੜੀਆਂ ਕਾਰਵਾਈਆਂ ਜਾਂ ਜੋ ਮੀਟਿੰਗਸ ਹੋਣੀਆਂ ਸੀ ਉਹ ਐਜ਼ ਏ ਸਕੈਡਿਊਲ ਨੇ ਜਾਂ ਉਸੇ ਤਰੀਕੇ ਨਾਲ ਰਹਿਣਗੀਆਂ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ
ਬੰਦ ਕਰ ਦਿੱਤਾ ਜਾਊ, ਯਾਨੀ ਹਾਲ ਦੀ ਘੜੀ ਅਸੀਂ ਜਦ ਤੱਕ ਖੁੱਲ ਨਹੀਂ ਜਾਂਦਾ ਕੁਛ ਕਹਿ ਨਹੀਂ ਸਕਦੇ, ਕੁਛ ਨਹੀਂ ਕਹਿ ਸਕਦੇ, ਕੁਛ ਵੀ ਹੋ ਸਕਦਾ, ਕਿਉਂਕਿ ਅਸੀਂ ਪਿਛਲੇ ਪ੍ਰੋਗਰਾਮ 'ਚ ਕਿਹਾ ਵੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ, ਖਾਸ ਕਰਕੇ ਪੰਜਾਬ ਦੀ ਭਾਜਪਾ, ਉਹ ਨਹੀਂ ਚਾਹੁੰਦੇ ਵੀ ਲਾਂਘਾ ਖੁੱਲ੍ਹੇ ਜੀ, ਅਤੇ ਜਿਹੜੇ ਨਰਿੰਦਰ ਮੋਦੀ ਉਹਨਾਂ ਨੇ ਆਪਣੇ ਤੌਰ 'ਤੇ ਫੈਸਲਾ ਲਿਆ ਹੈਗਾ ਵੀ ਅਸੀਂ ਉਹਦਾ ਸਵਾਗਤ ਵੀ ਕੀਤਾ ਅਤੇ ਹੁਣ ਵੀ ਕਰਦੇ ਹਾਂ ਜੀ, ਜੀ ਜੇ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਕੋਈ ਖਤਰਾ ਨਹੀਂ ਹੈਗਾ ਤਾਂ ਅਸੀਂ ਇਹਦੇ ਲਈ ਨਰਿੰਦਰ ਮੋਦੀ ਦਾ ਸਵਾਗਤ ਵੀ ਕਰਦੇ ਹਾਂ, ਕਿਉਂਕਿ ਹੇਠਲੀਆਂ ਜਿਹੜੀਆਂ ਹੈਗੀਆਂ ਨੇ ਈਵਨ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਚਾਹੁੰਦਾ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਫਾਇਦਾ ਹੋ ਰਿਹਾ, ਅਕਾਲੀ ਦਲ ਨੂੰ ਸਿੱਖੀ ਨਾਲ, ਸਿੱਖ ਗੁਰਧਾਮਾਂ ਨਾਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਸਿੱਖ ਸੰਸਥਾਵਾਂ ਨਾਲ ਕੁਛ ਨਹੀਂ, ਮਤਲਬ ਕਿ ਸਾਰਾ ਕੁਛ ਜੇ ਢਹਿੰਦਾ ਢਹਿ ਜਾਵੇ ਪਰ ਵਿਰੋਧੀ ਦੀ ਜਿਹੜੀ ਮੋਛਾ ਉਹ ਖੜੀ ਨਾ ਹੋਵੇ, ਅਕਾਲੀ ਦਲ ਦਾ ਤਾਂ ਸਿੱਧਾ ਮਤਲਬ ਕਿ ਸਪਸ਼ਟ ਹੈਗਾ ਇਹ, ਤੇ ਉਹ ਭਾਜਪਾ ਵੀ ਉਹਨਾਂ ਨੇ ਨਾਲ ਰਲਾ ਲਈ ਹੋਈ ਹੈ, ਕਾਂਗਰਸ ਦਾ ਵੀ ਅੱਧੇ ਕੁ ਜਿਹੜੇ ਲੋਕ ਨੇ ਉਹ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਟੈਰਰਿਜ਼ਮ ਦਾ ਇਹ ਆਜੂਗਾ, ਈਵਨ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿੰਦੇ ਰਹੇ ਆ, ਅੱਜ ਉਹਨਾਂ ਦੀ ਜ਼ਬਾਨ ਕਿੱਦਾਂ ਬਦਲੀ, ਆਇਆ ਦਿੱਲੀ ਤੋਂ ਤਾਲਾਂ ਖੜਕੀਆਂ ਨੇ ਜਾਂ ਉਹਨਾਂ ਦਾ ਆਪ ਦਾ ਹੀ ਕੁਛ ਨਾ ਕੁਛ ਰੁਝਾਨ ਬਦਲਿਆ, ਇਹ ਹੁਣ ਦੇਖਣ ਵਾਲੀ ਗੱਲ ਹੋ ਗਈ, ਉਹਨਾਂ ਦੇ ਬਿਆਨ ਕਰਤਾਰਪੁਰ ਦੇ ਲਾਂਘੇ ਦੇ ਵਿਰੋਧੀ ਵਿਰੋਧ ਹੀ ਆਉਂਦੇ ਰਹੇ, ਸਾਰੇ ਵਿਰੋਧ ਚ ਆਏ ਆ, ਪਹਿਲਾ ਬਿਆਨ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਦੇਖਿਆ ਵੀ ਨਹੀਂ ਕੋਈ ਇਫੈਕਟ ਹੋਊਗਾ, ਹਾਲ ਦੀ ਘੜੀ ਤਾਂ ਵੀ ਇਹ ਜਦੋਂ ਤੱਕ ਖੁੱਲ ਨਹੀਂ ਜਾਂਦਾ ਜਾਂ ਜਦੋਂ ਤੱਕ ਇਹ ਲਾਂਘਾ ਸਾਹਮਣੇ ਸਪਸ਼ਟ ਨਹੀਂ ਹੋ ਜਾਂਦਾ ਜੀ, ਤੇ ਉਦੋਂ ਤੱਕ ਅਸੀਂ ਕੁਛ ਨਹੀਂ ਕਹਿ ਸਕਦੇ, ਬਿਲਕੁਲ ਜੀ। ਔਰ ਭਾਰਤੀ ਸੁਸਾਇਟੀ ਦੇ ਵਿੱਚ ਜੇ ਆਪਾਂ ਦੇਖਿਆ ਕਿ ਕਿਸੇ ਨੂੰ ਸਵਾਲ ਪੁੱਛਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਹੈਗੀ, ਬਹੁਤ ਸਾਰੇ ਪੱਤਰਕਾਰ ਜਿਹੜੇ ਆਪਾਂ ਜਿਨ੍ਹਾਂ ਦੇ ਆਪਾਂ ਬਿਆਨ ਵੀ ਈਵਨ ਸੁਣੇ ਹੈਗੇ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਹਿਮਾਕਤ ਕਰਦਾ ਹੈਗਾ ਤਾਂ ਉਹਦੇ ਜਿਹੜੇ ਨੰਬਰ ਨੇ ਉਹ ਸ਼ੇਅਰ ਕਰ ਦਿੱਤੇ ਜਾਂਦੇ ਨੇ, ਬਾਅਦ ਦੇ ਵਿੱਚ ਲੋਕ ਜਿਹੜੇ ਨੇ ਉਹਨੂੰ ਦੇਸ਼ ਦਰੋਹੀ ਕਹਿੰਦੇ ਨੇ, ਗਾਲਾਂ ਕੱਢਦੇ ਨੇ, ਜੋ ਨੈਸ਼ਨਲਿਜ਼ਮ ਦਾ ਅਵਤਾਰ ਸਿੰਘ ਜੀ ਜੋ ਜਿਹੜਾ ਆਪਾਂ ਕਹੀਏ ਕਿ ਮਖੌਟਾ ਪਾਇਆ ਜਾਂਦਾ ਉਹ ਸਵਾਲ ਪੁੱਛਣ ਦੀ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੈਗੇ? ਇਹ ਤਾਂ ਜੀ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਕਰਿਆ ਵੀ ਜਿਹੜੇ ਜਿਹੜਾ ਰਾਜਾ ਜਿਹੜਾ ਗੁਰੂ ਸਾਹਿਬ ਕਹਿੰਦੇ ਵੀ ਰਾਜ ਨਾ ਚਾਹੋ ਧਰਮ ਨਾ ਚਾਹੋ, ਜਿਹੜਾ ਜਿਹੜਾ ਰਾਜ ਸੰਸਥਾਵਾਂ ਨੂੰ ਖਤਮ ਕਰਦਾ ਜੀ ਜੀ ਜੀ, ਉਹਦੇ 'ਚੋਂ ਇਹ ਕੋਈ ਜਿਹੜਾ ਭਾਰਤ ਆ ਡੈਮੋਕ੍ਰੇਟਿਕ ਕੰਟਰੀ ਆ ਕਹਿ ਰਿਹਾ ਵੀ ਅਸੀਂ ਡੈਮੋਕ੍ਰੇਟਿਕ ਆ, ਪਰ ਉਹ ਜਿਸ ਤਰ੍ਹਾਂ ਜੇ ਤਾਨਾਸ਼ਾਹੀ ਵੱਲ ਵੱਧ ਰਿਹਾ ਤਾਂ ਇਹ ਖਤਰਨਾਕ ਹੈਗੀ ਆ, ਡੈਮੋਕ੍ਰੇਸੀ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ, ਚਾਹੇ ਉਹ ਸਰਕਾਰ ਨੂੰ ਚੰਗੀ ਲੱਗੇ ਚਾਹੇ ਨਾ, ਸਰਕਾਰ ਉਹਨੂੰ ਆਪਣੇ ਢੰਗ ਨਾਲ ਟੈਕਲ ਕਰ ਸਕਦੀ ਹੈਗੀ ਆ, ਉਹਦੇ ਬਾਰੇ ਜੇ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਕਰ ਸਕਦੀ ਹੈਗੀ, ਪਰ ਜਦੋਂ ਭੀੜਾਂ ਨੇ ਜਿਹੜੀਆਂ 8ਵੀਂ 10ਵੀਂ ਪਾਸ ਨੇ ਹੱਥਾਂ 'ਚ ਤਲਵਾਰਾਂ ਚੱਕੀਆਂ ਹੋਈਆਂ ਨੇ, ਮੋਟਰਸਾਈਕਲਾਂ 'ਤੇ ਸਿਗਰਟਾਂ ਪੀੜ ਲਵਾ ਨੇ ਲੋਕ ਜਿਹੜੇ, ਜਦੋਂ ਉਹ ਦੇਸ਼ ਦੀ ਫੋਰਨ ਪਾਲਿਸੀ ਬਣਾਉਣ ਲੱਗ ਜਾਣ ਅਤੇ ਇੰਟਰਨਲ ਪਾਲਿਸੀ ਬਣਾਉਣ ਲੱਗ ਜਾਣ ਤਾਂ ਫਿਰ ਸਮਝਿਆ ਜਾਣਾ ਚਾਹੀਦਾ ਵੀ ਦੇਸ਼ ਦੀ ਜਮਹੂਰੀਅਤ ਆ ਜਿਹੜੀ ਖਤਰੇ 'ਚ ਹੈਗੀ ਆ। ਇਹਦੇ ਨਾਲ ਹੀ ਆਪਾਂ ਦੱਸਦੇ ਚੱਲੀਏ ਦਰਸ਼ਕਾਂ ਨੂੰ ਕਿ ਪੁਲਵਾਮਾ ਦੇ ਵਿੱਚ ਸ਼ਹੀਦ ਹੋਏ ਜਿਹੜੇ 44 ਉੱਥੇ ਜਵਾਨ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਜਿਹੜੀ ਇੱਕ ਪਤਨੀ ਹੈਗੀ ਆ, ਉਹਨਾਂ ਦੀ ਪਤਨੀ ਵੱਲੋਂ ਬਿਆਨ ਇਹ ਆਇਆ ਸੀ ਕਿ ਅਸੀਂ ਵਾਰ ਨਹੀਂ ਚਾਹੁੰਦੇ ਕਿਉਂਕਿ ਜਿਹੜੇ ਜੰਗ ਦੇ ਨਤੀਜੇ ਹੁੰਦੇ ਨੇ ਉਹ ਪਰਿਵਾਰਾਂ ਨੂੰ ਭੁਗਤਣੇ ਪੈਂਦੇ ਨੇ, ਅਤੇ ਉਹਨਾਂ ਦੀ ਪਤਨੀ ਦੀ ਜਿਹੜੀ ਟ੍ਰੋਲਿੰਗ ਆ ਉਹ ਸੋਸ਼ਲ ਮੀਡੀਆ 'ਤੇ ਹੋਈ ਹੈਗੀ ਆ, ਈਵਨ ਕਿ ਬਹੁਤ ਗਲਤ ਸ਼ਬਦਾਵਲੀ ਉਹਦੇ ਬਾਰੇ ਵਰਤੀ ਗਈ ਆ, ਅਤੇ ਕਿੱਥੇ ਮਤਲਬ ਅਵਤਾਰ ਸਿੰਘ ਜੀ ਕਿੱਥੇ ਖੜੀ ਕਿੱਥੇ ਹੈਗੀ ਆ ਇੰਡੀਅਨ ਸੁਸਾਇਟੀ? ਇੱਕ ਪਾਸੇ ਤਾਂ ਹਰੇਕ ਬੰਦਾ ਕਹਿੰਦਾ ਕਿ ਉਸਦਾ ਬਦਲਾ ਲਿਆ ਜਾਵੇ ਵੀ ਗਲਤ ਹੋਇਆ ਹੈਗਾ, ਹਮਲਾ ਨਹੀਂ ਸੀ ਹੋਣਾ ਚਾਹੀਦਾ, ਦੂਜੇ ਪਾਸੇ ਜਿਹੜਾ ਬੰਦਾ ਸ਼ਹੀਦ ਹੋਇਆ ਉਹਦੀ ਪਤਨੀ ਦੀ ਕੋਈ ਕਦਰ ਨਹੀਂ ਹੈਗੀ। ਇਸ ਤਰ੍ਹਾਂ ਹੈਗਾ ਵੀ ਜਦੋਂ ਜਿਹੜੀ ਜੰਗ ਹੈ ਨਾ ਜੀ, ਜੰਗ ਟੀਵੀ ਸਕਰੀਨਾਂ ਦੇ ਸਾਹਮਣੇ ਬਹੁਤ ਸੋਹਣੀ ਲੱਗਦੀ ਆ, ਅਸੀਂ ਇਹਨਾਂ ਨੂੰ ਵੀਡੀਓ ਗੇਮ ਦੇ ਤੌਰ ਤੇ ਦੇਖਦੇ ਹੈਗੇ ਆ, ਪਰ ਜਿਹੜੇ ਜੰਗ ਨੂੰ ਹੰਡਾਉਂਦੇ ਆ ਜੀ, ਉਹਨਾਂ ਦੀ ਸੱਚਾਈ ਬਿਲਕੁਲ ਹੋਰ ਹੁੰਦੀ ਆ, ਤੇ ਉਸ ਬੜੀ ਸੋਹਣੀ ਲੱਗਦੀ ਆ। ਇੱਕ ਤਾਂ ਹੈਗਾ ਵੀ ਜਿਹੜੇ ਜੰਗ ਕਰਨਾ ਚਾਹੁੰਦੇ ਆ ਬੰਦੇ, ਉਹਨਾਂ ਨੂੰ ਆਪ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ। ਹਾਂ, ਬਾਹਰ ਬਹਿ ਕੇ ਦਿੱਲੀ ਬਹਿ ਕੇ ਜਾਂ ਬੰਬੇ ਬਹਿ ਕੇ ਜੰਗ ਦੀਆਂ ਗੱਲਾਂ ਕਰਨੀਆਂ, ਜੰਗ ਨੂੰ ਗਲੋਰੀਫਾਈ ਕਰਨਾ, ਜੰਗ ਨੂੰ ਸੈਲੀਬ੍ਰੇਟ ਕਰਨਾ ਬੜਾ ਸੋਹਣਾ ਲੱਗਦਾ, ਕਿਉਂਕਿ ਅਸੀਂ ਸੁਰੱਖਿਅਤ ਹਾਂ, ਮੇਰੇ ਬੱਚੇ ਸੁਰੱਖਿਅਤ ਨੇ, ਏਸੀ ਰੂਮਾਂ 'ਚ ਪਏ ਨੇ, ਰਜਾਈਆਂ ਲੈ ਕੇ ਪਏ ਨੇ, ਸਾਰਾ ਕੁਛ ਬਿਲਕੁਲ ਠੀਕ ਆ, ਸਵੇਰੇ ਉੱਠ ਕੇ ਬੱਚੇ ਦੇਖਦੇ ਹਾਂ, ਜਿਹਦਾ ਬੱਚਾ, ਜਿਹਦਾ ਘਰ ਵਾਲਾ, ਜਿਹਦਾ ਭਰਾ ਜਿਹੜਾ ਮਾਰਿਆ ਜਾਂਦਾ ਉਹਨੂੰ ਪੁੱਛ ਕੇ ਦੇਖੋ ਜੰਗ ਦੀ ਕੀ ਕੀਮਤ ਹੁੰਦੀ ਹੈ। ਕੋਈ ਵੀ ਬੰਦਾ ਜਿਹੜੇ ਮਾਰੇ ਗਏ ਨੇ ਫੌਜੀ, ਕਿਸੇ ਇੱਕ ਦੇ ਪਰਿਵਾਰ ਨੂੰ ਜਾ ਕੇ ਪੁੱਛ ਲਓ ਵੀ ਜੰਗ ਚਾਹੁੰਦਾ, ਈਵਨ ਉਹ ਬੱਚੀ ਸੀ ਸਿੱਖਾਂ ਦੀ ਬੱਚੀ ਗੁਰਮੇਹਰ ਕੌਰ, ਉਹਦੇ ਪਿਤਾ ਦੀ ਡੈਥ ਹੋਈ ਸੀ ਜੰਗ 'ਚ ਨਾ, ਤੇ ਉਹਨੇ ਮੁੜ ਕੇ ਲਾਇਆ ਵੀ ਪਾਕਿਸਤਾਨ ਡਿਡ ਨਾਟ ਕਿਲ ਮਾਈ ਫਾਦਰ ਬਟ ਦੀ ਵਾਰ ਹੈਜ਼, ਤੇ ਉਹ ਜਿੰਨਾ ਗਾਲੀ ਗਲੋਚ ਉਸ ਬੱਚੇ ਦੇ ਖਿਲਾਫ ਹੋਇਆ ਜੀ 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 ਜੀ, ਉਹਨੂੰ ਲੁੱਕ ਕੇ ਜਾਨ ਬਚਾਉਣੀ ਪਈ। ਸੇਮ ਇਹ ਹਲੇ ਦੋ ਹਫ਼ਤੇ ਦੀ ਗੱਲ ਆ ਵੀ ਪੁਲਵਾਮਾ 'ਚ ਅਟੈਕ ਹੋਇਆ, ਉਸ ਸ਼ਹੀਦ ਦੀ ਪਤਨੀ ਕਹਿੰਦੀ ਆ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਸਾਨੂੰ ਪੁੱਛ ਕੇ ਦੇਖੋ ਜੰਗ ਨੇ ਸਾਡਾ ਕੀ ਖੋਹ ਰਿਹਾ। ਉਹਦੇ ਖਿਲਾਫ ਉਹੀ ਗਾਲੀ ਗਲੋਚ ਜਿਹੜਾ ਗੁਰਮੇਹਰ ਕੌਰ ਦੇ ਖਿਲਾਫ ਹੋਇਆ ਸੀ, ਉਹਨੂੰ ਜਿਹੜੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਜੇ ਤੂੰ ਮੂੰਹ ਖੋਲਿਆ ਤਾਂ ਤੈਨੂੰ ਮਾਰ ਦਿੱਤਾ ਜਾਊਗਾ, ਜਿਹਨੂੰ ਸ਼ਹੀਦ ਕਹਿੰਦੇ ਆ ਉਹਦੀ ਪਤਨੀ ਨਾਲ ਤੁਹਾਡਾ ਇਹ ਵਿਹਾਰ, ਜਾਣੀ ਕੋਈ ਸੈਂਸੀਬਿਲਟੀ, ਕੋਈ ਸੈਂਸ ਨਹੀਂ, ਕੋਈ ਮੈਚਿਓਰਿਟੀ ਨਹੀਂ, ਕੋਈ ਕੋਈ ਉਹ ਜਿਹਦੀ ਇੱਕ ਪਾਕੀਜ਼
ਯਾਰ ਤੇਰੇ ਵਿਚਾਰ ਆ, ਪਰ ਸੋਸਾਇਟੀ ਅਲਾਵੀ ਨਹੀਂ ਕਰਦੀ, ਇੰਨੀ ਗੰਧਲੀ ਹੋ ਚੁੱਕੀ ਆ, ਇੰਨਾ ਜੰਗ ਦਾ ਬੁਖਾਰ ਟੈਲੀਵਿਜ਼ਨ ਚੈਨਲਾਂ ਨੂੰ ਆਪਣੇ ਇਸ਼ਤਿਹਾਰਾਂ ਦੀ ਪਈ ਆ, ਸਾਰਾ ਉੱਥੋਂ ਹੀ ਨਿਕਲ ਰਿਹਾ, ਟੈਲੀਵਿਜ਼ਨ ਚੈਨਲਾਂ ਚੋਂ ਨਿਕਲ ਰਿਹਾ, ਇਹ ਸਾਰਾ ਜਿਹੜਾ ਸੋਸਾਇਟੀ ਦਾ ਕ੍ਰਿਮੀਨਲਾਈਜੇਸ਼ਨ ਆ ਇਹ ਮੀਡੀਆ ਚੋਂ ਆ ਰਿਹਾ, ਤੇ ਮੀਡੀਆ ਨੂੰ ਪਿੱਛੋਂ ਇੰਟਰਨਲੀ ਪੋਲੀਟੀਸ਼ੀਅਨਸ ਆ ਜਿਹੜੇ ਉਹ ਸਪੋਰਟ ਕਰ ਰਹੇ ਹਨ। ਬਿਲਕੁਲ ਜੀ, ਤੇ ਅਖੀਰ ਤੇ ਹੁਣ ਵੇਲਾ ਹੋ ਗਿਆ ਕਿ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਜਿਵੇਂ ਅਵਤਾਰ ਸਿੰਘ ਹੋਣਾ ਨੇ ਕਿਹਾ ਸੀ ਕਿ ਇੱਕ ਪੱਤਰਕਾਰ ਨੇ ਕਿਹਾ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੋ ਜਾਂਦੇ 2-2.5 ਮਹੀਨੇ ਤੱਕ ਜਿਹੜਾ ਇਸ ਤਰ੍ਹਾਂ ਦਾ ਨਿਊਜ਼ ਚੈਨਲ ਜਾਂ ਭਾਰਤੀ ਮੀਡੀਆ ਹੈਗਾ ਉਸਨੂੰ ਨਾ ਦੇਖਿਆ ਜਾਵੇ, ਤੇ ਉਹ ਵੀ ਕਿਤੇ ਨਾ ਕਿਤੇ ਫਿਰ ਜੇ ਇਸ ਤਰ੍ਹਾਂ ਦੇ ਮਾਹੌਲ ਪੈਦਾ ਹੁੰਦੇ ਆ ਜਾਂ ਸੁਸਾਇਟੀ ਦਾ ਕ੍ਰਿਮੀਨਲਾਈਜੇਸ਼ਨ ਹੁੰਦਾ ਹੈ ਤੇ ਇਹ ਚੀਜ਼ ਸਾਨੂੰ ਜਿਹੜੀ ਹੈ ਸੋਚਣ ਤੇ ਮਜਬੂਰ ਕਰ ਦਿੰਦੀ ਹੈ। ਹੁਣ ਵੇਲਾ ਹੋ ਗਿਆ ਕਮਰਸ਼ੀਅਲ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਆਪਾਂ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਨਿਊਜ਼ ਪੁਆਇੰਟ ਤੁਹਾਡੇ ਸਾਹਮਣੇ ਜਾਰੀ ਰੱਖਾਂਗੇ। ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ। ਹਾਂਜੀ, ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਆਪ ਜੀ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਿਊਜ਼ ਪੁਆਇੰਟ। 1993 ਦੇ ਵਿੱਚ ਰੋਪੜ ਦੇ ਵਿੱਚ ਹੋਏ ਇੱਕ ਫੇਕ ਇਨਕਾਊਂਟਰ ਦੇ ਵਿੱਚ ਜਿਹੜੇ 3 ਪੁਲਿਸ ਕਰਮੀਆਂ ਨੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਸੁਣਾਈ ਗਈ ਹੈ। ਅਵਤਾਰ ਸਿੰਘ ਜੀ, ਪਿਛਲੇ ਕੁਛ ਜੇ ਆਪਾਂ ਕੀ ਕਹੇ ਮਹੀਨਿਆਂ ਤੋਂ ਇਸ ਤਰੀਕੇ ਦੇ ਜਿਹੜੇ ਫੈਸਲੇ ਨੇ ਉਹ ਆ ਰਹੇ ਨੇ, ਕੀ ਕਹੋਗੇ ਤੁਸੀਂ ਇਸ ਦੇ ਬਾਰੇ? ਉਹਦੇ 'ਚੋਂ ਜੱਜਾਂ ਦੀ ਮਾਨਸਿਕਤਾ 'ਤੇ ਡਿਪੈਂਡ ਕਰਦਾ। ਇਹੋ ਹੀ ਕੇਸ ਜੇ ਕਿਸੇ ਹੋਰ ਜੱਜ ਕੋਲ ਹੁੰਦਾ ਤੇ ਹੋ ਸਕਦਾ ਸੀ ਸਾਰੇ ਬੰਦੇ ਬਰੀ ਹੋ ਜਾਂਦੇ, ਕਿਉਂਕਿ ਪਹਿਲਾਂ ਜਿਹੜਾ ਇੱਕ ਮੋਰਿੰਡੇ ਦੇ ਲਾਗੇ ਦਾ ਇੱਕ ਨੌਜਵਾਨ ਸੀਗਾ ਜੀ, ਤੇ ਉਹਦਾ ਉਹ ਐਡੀਸ਼ਨਲ DGP ਆ ਬੰਦਾ ਸੁਰੇਸ਼ ਸ਼ਰਮਾ, ਉਹਦੇ ਤੇ ਕੇਸ ਚੱਲਿਆ ਸੀ। ਉਹ ਵੀ ਉਹਦੇ ਪਿਓ ਨੇ ਲਗਾਤਾਰ 26 ਸਾਲ ਤੋਂ ਲੜ ਰਿਹਾ, ਪਰ ਉਹ ਕੇਸ 'ਚ ਬਰੀ ਕਰ ਦਿੱਤੇ ਉਹਨਾਂ ਨੇ। ਅੱਛਾ ਜੀ। ਇਹ ਡਿਪੈਂਡ ਕਰਦਾ ਜੱਜ ਤੇ, ਇਹਨਾਂ ਨੇ ਉਹ CBI ਦਾ ਜਿਹੜਾ ਜੱਜ ਹੈਗਾ NS ਗਿੱਲ, ਉਹ ਸਾਰੇ ਸਿਨੈਰੀਓ ਨੂੰ ਸਮਝਦੇ ਆ, ਇੱਕ ਬਾਏ ਦੀ ਬੁੱਕਸ ਜਾਂਦੇ ਹੈਗੇ ਆ, ਔਰ CBI ਦੇ ਪ੍ਰੋਫੈਸ਼ਨਲਿਜ਼ਮ ਦੀ ਅਸੀਂ ਇਸ ਵਾਰ ਫੇਰ ਸ਼ਲਾਘਾ ਕਰਦੇ ਹੈਗੇ ਆ ਜੀ। CBI ਨੇ ਉਸ ਕੇਸ ਨੂੰ ਜਿੰਨੇ ਪ੍ਰੋਫੈਸ਼ਨਲ ਢੰਗ ਨਾਲ ਇਨਵੈਸਟੀਗੇਟ ਕਰਿਆ ਔਰ ਕੱਲਾ ਕੱਲਾ ਤੱਥ ਰੱਖ ਕੇ ਸਾਹਮਣੇ ਲਿਆਂਦਾ, ਤੇ ਈਵਨ ਜੱਜ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ ਜੀ, ਉਹਨਾਂ ਨੂੰ ਉਹ ਨਾ ਕਰਦਾ। ਇਹ ਕੇਸ 1993 ਦਾ ਹੈਗਾ ਜੀ, ਰੋਪੜ ਜ਼ਿਲ੍ਹੇ ਦੇ ਪਿੰਡ ਲਾਉਦੀ ਮਾਜਰੇ ਦਾ। ਉਹਦੇ 'ਚ 2 ਨੌਜਵਾਨ ਗ੍ਰਿਫਤਾਰ ਕੀਤੇ ਪੁਲਿਸ ਨੇ, ਸਦਰ ਥਾਣੇ ਦੇ SHO ਨੇ, ਹਰਜਿੰਦਰਪਾਲ ਸਿੰਘ ਉਹਨਾਂ ਦਾ ਨਾਂ ਹੈ। ਅਤੇ ਮੁੜ ਕੇ ਉਹਨਾਂ ਨੂੰ ਇਹ ਕਿਹਾ ਗਿਆ ਬਈ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੇ ਸੀ, ਅਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਅਤੇ ਦੋਨੋਂ ਨੌਜਵਾਨ ਮਾਰੇ ਗਏ। ਅਤੇ ਉਹ ਤੋਂ ਉਹ ਪਰਿਵਾਰ ਲਗਾਤਾਰ ਲੜਿਆ ਅਦਾਲਤਾਂ ਵਿੱਚ, ਹਾਈ ਕੋਰਟ ਤੱਕ ਗਿਆ, ਹਾਈ ਕੋਰਟ ਤੋਂ ਫਿਰ CBI ਦੀ ਇਨਕੁਆਇਰੀ ਮਾਰਕ ਹੋਈ, ਅਤੇ CBI ਨੇ ਬਹੁਤ ਵਧੀਆ ਢੰਗ ਨਾਲ ਕੇਸ ਦੀ ਅਸੀਂ ਕਹਿੰਦੇ ਹਾਂ ਇਨਵੈਸਟੀਗੇਸ਼ਨ ਕੀਤੀ ਆ। ਅਤੇ ਉਹਦੇ 'ਚੋਂ ਪਿੰਨ ਬਾਏ ਪਿੰਨ, ਕਿਉਂਕਿ ਉਹਨਾਂ ਦੀਆਂ ਪਤਨੀਆਂ ਨੂੰ, ਦੋਹਾਂ ਬੰਦਿਆਂ ਦੀਆਂ ਪਤਨੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ, ਉਹ ਬੰਦਿਆਂ ਦੇ ਸਾਹਮਣੇ ਜਿਹੜੇ ਗ੍ਰਿਫਤਾਰ ਹੋਏ ਹੋਏ ਸੀ, ਵੀ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ ਸੀਗਾ। ਇਹ ਈਵਨ ਜਲੀਲ ਵੀ ਕੀਤਾ ਗਿਆ ਹੋਊਗਾ ਜਿਸ ਕਿਸਮ ਦੀ ਉੱਥੇ ਇੰਟੈਰੋਗੇਸ਼ਨ ਚੱਲਦੀ, ਉਹਦੇ 'ਚ ਔਰਤਾਂ ਨੂੰ ਮੋਹਰਾ ਬਣਾਇਆ ਜਾਂਦਾ ਬੰਦਿਆਂ ਨੂੰ ਕਮਜ਼ੋਰ ਕਰਨ ਲਈ, ਅਤੇ ਉਹ ਸਾਰਾ ਕੁਛ ਹੋਇਆ ਹੋਊਗਾ। ਅਤੇ ਉਹ ਤੋਂ ਬਾਅਦ ਇੱਕ ਤਾਂ ਉਹ, ਕਿਉਂਕਿ ਉਹਨਾਂ ਨੇ ਗ੍ਰਿਫਤਾਰ ਬੰਦਿਆਂ ਨੂੰ ਦੇਖਿਆ ਸੀ, ਹੈ ਨਾ, ਉਹ ਜਿਹੜੀ ਗਵਾਹੀ ਆ ਉੱਥੇ ਉਹਨਾਂ ਦੀ ਗ੍ਰਿਫਤਾਰੀ ਦੀ ਆ ਸਾਰਾ, ਉਹ ਔਰਤਾਂ ਦੀ ਗਵਾਹੀ ਉਹ ਹੋਈ। ਅਤੇ ਦੂਜਾ ਪੁਲਿਸ ਦਾ ਇਹ ਸੀਗਾ ਵੀ 42 ਰਾਊਂਡ ਨੇ AK-47 ਦੇ ਫਾਇਰ ਹੋਏ ਆ, ਅਤੇ 20 ਰਾਊਂਡ 315 ਬੋਰ ਦੇ ਫਾਇਰ ਹੋਏ ਆ ਉਸ ਮੁਕਾਬਲੇ 'ਚ, ਅਤੇ ਸਿਰਫ ਉਹਨਾਂ ਨੇ ਜਿਹੜੇ ਖੋਲ ਸੀਗੇ ਉਹ CBI ਕਹਿੰਦੇ ਵੀ 42 ਜਿਹੜੇ AK-47 ਵਾਲੇ ਰਾਊਂਡ ਆ ਉਹੀ ਮਾਲਖਾਨੇ 'ਚ ਜਮ੍ਹਾਂ ਹੋਏ ਆ, ਜਿਹੜੇ 20-315 ਵਾਲੇ ਆ ਉਹ ਜਮ੍ਹਾਂ ਨਹੀਂ ਹੋਏ, ਉਹ ਕਿਤੇ ਹੈ ਨੀ। ਤੇ ਤੀਜਾ ਇਹ ਹੈਗਾ ਵੀ ਉਹ ਕਹਿੰਦੇ ਵੀ ਇੰਨਾ ਗਹਿਕਾ 'ਚ ਮੁਕਾਬਲਾ ਹੋਇਆ ਵੀ 50 ਰਾਊਂਡ ਤੁਹਾਡਿਓ ਚੱਲੇ, ਉੱਧਰੋਂ 70 ਚੱਲੇ ਤੁਹਾਡਿਓ, ਤੇ ਇੱਕ ਵੀ ਪੁਲਿਸ ਵਾਲਾ ਜ਼ਖਮੀ ਨਹੀਂ ਹੋਇਆ, ਵੀ ਸ਼ੱਕ ਦੀ ਸੂਈ ਮਤਲਬ ਕਿ ਆਉਂਦੀ। ਸੋ ਸਾਰਾ ਘਟਨਾਵਾਂ ਨੂੰ ਜਦੋਂ ਇਨਵੈਸਟੀਗੇਟ ਕਰਕੇ CBI ਨੇ ਚਲਾਣ ਪੇਸ਼ ਕਰਿਆ, ਉਹਦੇ 'ਚ ਹਰਜਿੰਦਰਪਾਲ ਸਿੰਘ SHO, ਇੱਕ DSP D ਤੇ 2-3 ਥਾਣੇਦਾਰ ਸੀਗੇ ਉਹ ਹੋਏ। ਅਦਾਲਤ ਨੇ ਹਰਜਿੰਦਰਪਾਲ ਸਿੰਘ SHO ਨੂੰ ਇੱਕਦਮ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਆ, ਵੀ ਇਹਨੇ ਜਿੱਦਾਂ ਵੀ ਕੋਰਸ ਆਫ ਜਸਟਿਸ ਆ ਜਿਹੜਾ ਉਹਦੇ ਨਾਲ ਛੇੜਛਾੜ ਕਰੀ ਆ ਜੀ, ਹੈ ਨਾ, ਵੀ ਇੱਕ ਤਾਂ ਉਹ ਤਾਂ 302 ਦਾ ਫਿਰ ਉਹ ਕੇਸ ਬਣਦਾ ਜਿਹੜੇ 2 ਬੰਦੇ ਮਾਰੇ ਗਏ ਨੇ, ਜਿਹੜੇ 2 ਹੋਰ ਬੰਦੇ ਨੇ ਨਾਲ ਉਹਦੇ ASI ਅਤੇ ਇੱਕ ਹੋਰ ਥਾਣੇਦਾਰ, ਉਹਨਾਂ ਨੂੰ ਕੋਰਸ ਆਫ ਜਸਟਿਸ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਮੇਰਾ ਖਿਆਲ 5-5 ਸਾਲ ਦੀ ਕੈਦ ਹੋਈ ਆ,
ਪਰ ਇਟ ਇਜ਼ ਸਸਪੈਂਡਡ ਫੋਰ 1 ਈਅਰ ਇੱਕ ਸਾਲ ਲਈ ਉਹਨਾਂ ਨੂੰ ਪ੍ਰੋਬੇਸ਼ਨ ਤੇ ਰੱਖਿਆ ਗਿਆ ਵੀ ਜੇ ਉਹ ਗਲਤੀ ਕਰਨਗੇ ਤਾਂ ਉਹਨਾਂ ਨੂੰ ਉਹ ਭੁਗਤਣੀ ਪਊਗੀ ਅਦਰਵਾਈਜ਼ ਮੇਰਾ ਖਿਆਲ ਵੀ ਉਹ ਉਹ ਉਹਨਾਂ ਨੂੰ ਨਾ ਭੁਗਤਣੀ ਪਵੇ ਜੇ ਉਹਨਾਂ ਦਾ ਚੰਗਾ ਕਰੈਕਟਰ ਰਿਹਾ ਤਾਂ ਜੀ ਜੀ ਸੋ ਉਹਨੂੰ ਸਜ਼ਾ ਹੋ ਗਈ ਹੈ ਤੇ ਅਸੀਂ ਸਮਝਦੇ ਹਾਂ ਵੀ ਜਿਹੜਾ ਬਹੁਤ ਕੁਛ ਗਲਤ ਹੋਇਆ ਆਪਾਂ ਹੁਣੇ ਗੱਲ ਕਰਕੇ ਆਏ ਹਾਂ ਜੀ ਜੀ ਵੀ ਵਾਰ ਅਗੇਂਸਟ ਟੈਰਰਿਜ਼ਮ ਦੇ ਨਾਂ ਤੇ ਲੋਕਾਂ ਨੇ ਪੁਲਿਸ ਵਾਲਿਆਂ ਨੇ ਆਪਣੀਆਂ ਕਿਹੜਾ ਕੱਢੀਆਂ ਨੇ ਇਨਾਮ ਲੈਣ ਲਈ ਆਪਣੀਆਂ ਤਰੱਕੀਆਂ ਲੈਣ ਲਈ ਬਹੁਤ ਮਾਸੂਮ ਲੋਕਾਂ ਦੇ ਜਿੱਦਾਂ ਲਹੂ ਪੀਤਾ ਵੀ ਉਹਨਾਂ ਨੂੰ ਕਤਲ ਹੋਏ ਨੇ ਸੋ ਇਹ ਕੁਛ ਹੁੰਦਾ ਜਦੋਂ ਵਾਰ ਅਗੇਂਸਟ ਟੈਰਰਿਜ਼ਮ ਤੁਸੀਂ ਖੁੱਲੀ ਛੁੱਟੀ ਦੇ ਦਿੰਦੇ ਆ ਤਾਂ ਇਹ ਇਹ ਬੜੀ ਵੱਡੀ ਪੱਧਰ ਤੇ ਹੋਇਆ ਸਾਰੇ ਕੇਸ ਇਨਵੈਸਟੀਗੇਟ ਕਰਨ ਦੀ ਲੋੜ ਆ ਬਹੁਤ ਕੁਛ ਨਿਕਲੂਗਾ ਪਰ ਅਸੀਂ ਸਵਾਗਤ ਕਰਦੇ ਹਾਂ ਵੀ ਜਿਹੜਾ ਹੁਣ ਫੈਸਲਾ ਹੈ ਸੀਬੀਆਈ ਦੀ ਅਦਾਲਤ ਨੇ ਜੋ ਕੀਤਾ ਹੈ ਬਿਲਕੁਲ ਜੀ ਤੇ ਜੇ ਆਪਾਂ ਕਹੀਏ ਕਿ ਜਦੋਂ ਪਾਕਿਸਤਾਨ ਨੇ ਛੱਡਿਆ ਹੈਗਾ ਅਭਿਨੰਦਨ ਜੋ ਕਿ ਪਾਇਲਟ ਸੀਗੇ ਭਾਰਤੀ 에ਅਰਫੋਰਸ ਦੇ ਤੇ ਉਸ ਤੋਂ ਬਾਅਦ 1971 ਦੇ ਵਿੱਚ HS ਗਿੱਲ ਉਹਨਾਂ ਦੀ ਵੀ ਜਿਹੜੀ ਗੱਲਬਾਤ ਸਾਹਮਣੇ ਆਈ ਉਹਨਾਂ ਦੀ ਫੈਮਿਲੀ ਵੀ ਇਹ ਸੋਚਦੀ ਹੈ ਕਿ ਉਹ ਅਜੇ ਵੀ ਪਾਕਿਸਤਾਨ ਦੇ ਵਿੱਚ ਜਿਉਂਦੇ ਨੇ ਕੀ ਕਹੋਗੇ ਅਵਤਾਰ ਸਿੰਘ ਜੀ ਕੀ ਇਹ ਸਾਰਾ ਮਸਲਾ ਕੀ ਹੈ ਹਾਂਜੀ ਇਹ 1971 ਦੇ ਜੰਗ 'ਚ ਫੜੇ ਗਏ ਸੀ ਮੇਰਾ ਖਿਆਲ 13 ਦਸੰਬਰ ਨੂੰ ਕਹਿੰਦੇ ਤੇ ਉਹਨਾਂ ਦਾ ਪਰਿਵਾਰ ਕਹਿੰਦਾ ਹਰਸਨ ਸਿੰਘ ਗਿੱਲ ਆਏ ਵੀ ਪਾਇਲਟ ਸੀਗੇ ਮੇਰਾ ਖਿਆਲ ਹੈ ਨਾ ਵਿੰਗ ਕਮਾਂਡਰ ਸੀਗੇ ਤੇ ਉਹ ਉਹਨਾਂ ਦਾ ਪਰਿਵਾਰ ਕਹਿੰਦਾ ਵੀ ਕੁਛ ਦਿਨਾਂ ਬਾਅਦ 1-2 ਦਿਨਾਂ ਬਾਅਦ ਹੀ ਪਾਕਿਸਤਾਨੀ ਰੇਡੀਓ ਤੋਂ ਇਹ ਆਇਆ ਸੀ ਅਸੀਂ ਸੁਣਿਆ ਵੀ ਹਰਸਨ ਸਿੰਘ ਗਿੱਲ ਆ ਜਿਹੜਾ ਸਾਡੀ ਕਸਟਡੀ 'ਚ ਆ ਵੀ ਅਸੀਂ ਫੜ ਲਿਆ ਹੋਇਆ ਪਰ ਉਹ ਤੋਂ ਬਾਅਦ ਜੰਗੀ ਕੈਦੀਆਂ ਦਾ ਆਦਾਨ ਪ੍ਰਦਾਨ ਹੋਇਆ ਪਰ ਉਹਦਾ ਨਾਂ ਕਿਤੇ ਨਹੀਂ ਆਇਆ ਉਹ ਬਿਲਕੁਲ ਅਲੋਪ ਹੋ ਗਿਆ ਤੇ ਉਹ ਪਰਿਵਾਰ ਨੂੰ ਹਲੇ ਵੀ ਲੱਗਦਾ ਕਿਤੇ ਨਾ ਕਿਤੇ ਉਹ ਕਿਸੇ ਜੇਲ੍ਹ ਵਿੱਚ ਹੋਊਗਾ ਇਹ ਜਿਹੜੀਆਂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਜਿਹਨਾਂ ਦੇ ਗਏ ਆਹ ਹੁੰਦੇ ਆ ਜੰਗ ਦੇ ਦੁੱਖ ਉਹ ਪਰਿਵਾਰ 38 ਸਾਲਾਂ ਤੋਂ 40 ਸਾਲਾਂ ਤੋਂ ਵੇਟ ਕਰ ਰਿਹਾ ਉਹਦੀ ਉਡੀਕ ਕਰ ਰਿਹਾ ਵੀ ਸਾਡਾ ਬੱਚਾ ਸਾਡੇ ਜਿਗਰ ਦਾ ਟੁਕੜਾ ਹੈ ਕਹਿਣਾ ਬਹੁਤ ਸੌਖਾ ਹੈ ਵੀ ਜੰਗ ਲਾ ਦਿਓ ਬਦਲਾ ਲੈ ਲਓ ਫੂਕ ਦਿਓ ਮਾਰ ਦਿਓ ਜਿਹਨਾਂ ਦੇ ਪਰਿਵਾਰ ਹੰਢਾਉਂਦੇ ਆ ਪਲ ਪਲ ਮੌਤ ਹੁੰਦੀ ਆ ਔਰ ਉਹਨਾਂ ਨੇ ਕਿਸ ਤਰੀਕੇ ਨਾਲ ਇਹ 48 ਸਾਲ ਜੇ ਆਪਾਂ ਇੱਥੇ ਹੈਗੇ ਤੇ ਕਿੱਦਾਂ ਕੱਢੇ ਹੋਣਗੇ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜੰਗ ਵੀ ਜੰਗ ਕੀ ਹੁੰਦੀ ਹੈ ਜਿਹਨਾਂ ਨੇ ਪੇ ਕੀਤਾ ਹੈਗਾ ਠੀਕ ਹੈ ਨਾ ਇਹ ਇਹ ਆ ਜੰਗ ਦੇ ਦਰਦ ਉਹਨਾਂ ਨੂੰ ਉਹ ਕਹਿਣਗੇ ਵੀ ਨਹੀਂ ਭਾਈ ਜੰਗ ਨਹੀਂ ਚਾਹੀਦੀ ਅਸੀਂ ਆਪਣਾ ਬੱਚਾ ਗਵਾਇਆ ਹੁਣ ਜਿਹੜਾ ਫੌਜੀ ਮਰਿਆ ਪੁਲਵਾਮਾ ਚ ਉਹਦੇ ਛੋਟੇ ਬੇਟੇ ਨੂੰ ਪੁੱਛ ਕੇ ਦੇਖੋ ਵੀ ਜੰਗ ਕੀ ਹੈ ਜੰਗ ਕੀ ਹੁੰਦੀ ਪਰ ਅਵਤਾਰ ਸਿੰਘ ਜੀ ਬੜੀ ਹੈਰਾਨੀ ਵਾਲੀ ਗੱਲ ਆ ਕਿ ਅਭਿਨੰਦਨ ਚਲੋ ਜਿਉਂਦਾ ਸੀਗਾ ਉਹਨਾਂ ਨੇ ਸ਼ੋਅ ਕਰਤਾ ਕਸਟਡੀ ਚੋਂ ਵਾਪਸ ਆ ਗਿਆ ਜਿਹੜਾ ਦੂਜਾ ਮਿਗ ਗਿਰਿਆ ਜਾਂ ਉਹਦੇ ਕਿਤੇ ਜਿਹੜਾ ਇਸ ਹੋਰ ਘਟਨਾਕ੍ਰਮ ਦੇ ਵਿੱਚ ਹੋਰ ਕੋਈ ਜੇ ਸ਼ਹੀਦ ਵੀ ਹੋਇਆ ਹੈਗਾ ਜਾਂ ਮਾਰਿਆ ਗਿਆ ਹੈਗਾ ਉਹਦੀ ਕਿਤੇ ਕੋਈ ਖਬਰ ਹੀ ਨਹੀਂ ਕੋਈ ਨੌ ਹੀ ਨਹੀਂ ਲੈਂਦਾ ਬਾਰੇ ਹਲੇ ਕੋਈ ਨਾ ਉਹ ਤਾਂ ਇਹ ਵੀ ਹੋ ਜਾਂਦਾ ਵੀ ਉਹਦੇ ਚੋਂ ਇਜੈਕਟ ਕਰ ਜਾਂਦਾ ਪਾਇਲਟ ਇਹ ਜਿਹੜਾ ਅਭਿਨੰਦਨ ਵੀ ਸੀ ਨਾ ਹਾਂਜੀ ਹਾਂਜੀ ਇਹਨਾਂ ਕੋਲ ਹੁਣ ਫੈਸਿਲਿਟੀ ਆ ਵੀ ਇਜੈਕਟ ਕਰ ਸਕੇ ਪਾਇਲਟ ਬਚ ਸਕਦਾ ਮਤਲਬ ਹਾਂਜੀ ਹਾਂਜੀ ਤੇ ਹੁਣ ਜਿਹੜਾ ਦੂਜਾ ਇੰਡੀਆ ਵਾਲੇ ਪਾਸੇ ਗਿਰਿਆ ਹੈਗਾ ਜਹਾਜ਼ ਦੋ ਘਟਨਾਵਾਂ ਹੋਈਆਂ ਨੇ ਦੋਵੇਂ ਇੰਡੀਆ ਦੀਆਂ ਕੈਜ਼ੁਅਲਟੀਜ਼ ਨੇ ਜੀ ਤੇ ਹੋ ਸਕਦਾ ਉਹਦੇ ਪਾਇਲਟ ਨੇ ਇਜੈਕਟ ਕੀਤਾ ਹੋਵੇ ਜਾਂ ਜ਼ਖਮੀ ਹੋਵੇ ਇੰਡੀਅਨ ਕਸਟਡੀ 'ਚ ਹੋਵੇ ਜੀ ਜੀ ਇਹ ਸਾਨੂੰ ਹਾਲੇ ਕੁਛ ਨਹੀਂ ਪਤਾ ਉਹ ਜਿਹੜਾ ਹੋਇਆ ਉਹ ਪਾਕਿਸਤਾਨ ਵਾਲੇ ਪਾਸੇ ਡਿੱਗਿਆ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਜੀ ਤੇ ਇਵਨ ਇਨੀਸ਼ੀਅਲੀ ਉੱਥੇ ਕੁੱਟਮਾਰ ਵੀ ਹੋਈ ਉਹਨਾਂ ਦੀ ਉਹ ਵੀਡੀਓ ਵੀ ਸਾਹਮਣੇ ਆਈ ਲੋਕਾਂ ਨੇ ਜਿਹੜਾ ਉੱਥੇ ਹਮਲਾ ਵੀ ਕੀਤਾ ਕੁੱਟਿਆ ਹਾਂ ਪਰ ਫਿਰ ਮਿਲਟਰੀ ਨੇ ਬਚਾ ਕੇ ਤੇ ਉਹਨੂੰ ਜਿਸ ਤਰ੍ਹਾਂ ਵੀ ਇੱਕ ਰਿਸਪੈਕਟੇਬਲ ਢੰਗ ਨਾਲ ਉਹਦੀ ਰਿਲੀਜ਼ ਹੋਈ ਆ ਤੇ ਅਸੀਂ ਇਹਦਾ ਸਵਾਗਤ ਵੀ ਕਰਦੇ ਹਾਂ ਜੀ ਬਿਲਕੁਲ ਜੀ ਔਰ ਜੇ ਆਪਾਂ ਕਹੀਏ ਕਿ ਨਰਿੰਦਰ ਮੋਦੀ ਦੀ ਇੱਕ ਬਹੁਤ ਵੱਡੀ ਜਿਹੜੀ ਪ੍ਰੈਸ ਕਾਨਫਰੰਸ ਕਹੀਏ ਜਾਂ ਵੀਡੀਓ ਕਾਨਫਰੰਸ ਜੋ ਹੋਈ ਹੈਗੀ ਆ ਆਪਣੇ ਜਿੰਨੇ ਵੀ ਜਿਹੜੇ ਉਹਨਾਂ ਦੀ ਟੀਮ ਹੈਗੀ ਆ ਸਾਰਿਆਂ ਦੇ ਨਾਲ ਕੀ ਕਹੋਗੇ ਅਵਤਾਰ ਸਿੰਘ ਜੀ ਉਸ ਦੇ ਬਾਰੇ ਤੁਸੀਂ ਹਾਂਜੀ ਹੁਣ ਉਹ ਬੂਸਟ ਕਰ ਰਹੇ ਆ ਚੋਣ ਸਪਰੀ ਤੇ ਨਿਕਲੇ ਹੋਏ ਆ ਤੇ ਇੱਕ ਤਰ੍ਹਾਂ ਨਾਲ ਇੱਕਦਮ ਅਟੈਕ ਕਰਨ ਤੋਂ ਬਾਅਦ ਉਹ ਲਗਾਤਾਰ ਫਰ ਜਿਸ ਤਰ੍ਹਾਂ ਉਹਨਾਂ ਨੇ ਬੂਸਟ ਕੀਤਾ ਹੁਣ ਉਹ ਆਪਣੇ ਵਰਕਰਾਂ ਨੂੰ ਬੂਸਟ ਕਰਨ ਲਈ ਵੀਡੀਓ ਕਾਨਫਰੰਸਿੰਗਸ ਵਗੈਰਾ ਤੇ ਹੋਰ ਜਿਹੜੀਆਂ ਉਹ ਨੇ ਉਹ ਕਰ ਰਹੇ ਨੇ ਤਾਂ ਕਿ ਸਾਡੇ ਵਰਕਰਾਂ ਦਾ ਆਪਣੇ ਆਪਣੇ ਹਲਕਿਆਂ 'ਚ ਜਿਹੜੇ ਵਰਕਰ ਨੇ ਉਹਨਾਂ ਨਾਲ ਉਹ ਰਾਬਤਾ ਬਣਾ ਕੇ ਟੈਲੀਵਾਈਜ਼ਡ ਕਾਨਫਰੰਸਾਂ ਰਾਹੀਂ ਉਹਨਾਂ ਨੂੰ ਇਲੈਕਸ਼ਨਾਂ ਲਈ ਹੱਲਾਸ਼ੇਰੀ ਦੇ ਰਹੇ ਨੇ ਤੇ ਉਦਾਂ ਮੀਡੀਆ 'ਚ ਆ ਰਿਹਾ ਵੀ ਇੱਕ ਪਾਸੇ ਜਵਾਨ ਮਰੇ ਨੇ ਜਾਂ ਅਟੈਕ ਹੋਏ ਨੇ ਉਹਨਾਂ ਨੂੰ ਹਾਲੇ ਕੁਛ ਦਿਨਾਂ ਲਈ ਇਹ ਰੋਕ ਦੇਣੀਆਂ ਚਾਹੀਦੀਆਂ ਔਰ ਈਵਨ ਕਿ ਬਾਕੀ ਦੀਆਂ ਪਾਰਟੀਆਂ ਨੇ ਆਪਣੀਆਂ ਜਿਹੜੀਆਂ ਕਈ ਰੈਲੀਆਂ ਸੀ ਰੋਕੀਆਂ ਹੋਈਆਂ ਸੀ ਕੈਂਸਲ ਰੋਕੀਆਂ ਹੋਈਆਂ ਪਰ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਜਿਹੜੇ ਲਗਾਤਾਰ ਕੈਸ਼ ਕਰ ਰਹੇ ਨੇ ਜਵਾਨਾਂ ਦੀ ਸ਼ਹੀਦੀ ਨੂੰ ਕਹਿ ਲਓ ਜਾਂ ਜਿਹੜੇ ਆ ਸਾਰਾ ਕੁਝ ਹਮਲੇ ਵਗੈਰਾ ਹੋਏ ਨੇ ਇਹਨੂੰ ਵੋਟਾਂ ਵਿੱਚ ਬਦਲਣ ਦਾ ਇਸੇ ਤੋਂ ਸ਼ੱਕ ਪੈਂਦਾ ਵੀ ਕਿਤੇ ਨਾ ਕਿਤੇ ਪੋਲੀਟੀਕਲ ਮੋਟੀਵੇਟਡ ਅਟੈਕ ਸੀਗਾ ਤੇ ਇਹ ਹੋ ਸਕਦਾ ਇਹ ਮਿਸਕੈਲਕੂਲੇਸ਼ਨ ਹੋਈ ਹੈ ਜਿੱਦਾਂ ਇਮਰਾਨ ਨੇ ਕਿਹਾ ਵੀ ਵਕਤ ਤੋਂ ਪਹਿਲਾਂ ਹੀ ਕਰ ਲਿਆ ਇਲੈਕਸ਼ਨਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਰ ਲਿਆ ਹੁਣ ਉਹ 19 ਦੇਰ ਚਲਾ ਸਕਣਗੇ 2 ਮਹੀਨੇ ਕਿ ਨਹੀਂ ਇਹ ਸੌਦਾ ਵਿਕ ਸਕੂਗਾ ਕਿ ਨਹੀਂ ਇਹ ਹਲੇ ਦੇਖਣ ਵਾਲੀ ਗੱਲ ਹੋਊਗੀ ਬਿਲਕੁਲ ਜੀ ਔਰ ਜੇ ਆਪਾਂ ਪੰਜਾਬ ਦੇ ਇਲੈਕਸ਼ਨਸ ਦੀ ਗੱਲਬਾਤ ਕਰੀਏ ਤੇ ਭਗਵੰਤ ਮਾਨ ਦਾ ਜਿਹੜਾ ਹੈ ਟਕਸਾਲੀ ਅਕਾਲੀਆਂ ਦੇ ਨਾਲ ਜਿਹੜਾ ਗਠਬੰਧਨ ਹੈ ਉਹ ਹੋ ਗਿਆ ਹੈਗਾ ਤੇ ਕੀ ਕਹੋਗੇ ਅਵਤਾਰ ਸਿੰਘ ਜੀ ਪੰਜਾਬ ਡੈਮੋਕਰੈਟਿਕ ਜਿਹੜਾ ਫਰੰਟ ਬਣਾਇਆ ਸੀ ਹੁਣ ਇਹ ਉਹਨਾਂ ਦਾ ਵੀ ਹਿੱਸਾ ਹੋਣਗੇ ਜਾਂ ਕਿ ਇਕੱਲਾ ਟਕਸਾਲੀ ਅਕਾਲੀਆਂ ਦੇ ਨਾਲ ਹੀ ਗਠਬੰਧਨ ਹੋਣਾ ਸਾਰੇ ਪੰਜਾਬ ਡੈਮੋਕਰੈਟਿਕ ਅਲਾਈਅੰਸ ਦਾ ਹੀ ਹਿੱਸਾ ਹੈਗੇ ਆ ਤੇ
ਪਹਿਲਾਂ ਤਾਂ ਸੀਗਾ ਵੀ ਆਮ ਆਦਮੀ ਪਾਰਟੀ ਆਪਣੇ ਤੌਰ ਤੇ ਲੜਨਾ ਚਾਹੁੰਦੀ ਸੀ ਪਰ ਚੰਡੀਗੜ੍ਹ ਵਿੱਚ ਹਰਮੋਹਣ ਤਾਬੰਦੀ ਜਿਹੜੀ ਰੈਲੀ ਹੋਈ ਆ ਤੇ ਉਹਦੇ ਵਿੱਚ ਜਿੰਨੇ ਕੋਈ ਲੋਕ ਆਏ ਨੇ ਕਿ ਗਿਣਵੇ ਚੁਣਵੇ ਸਾਰੀਆਂ ਅੱਧੀਆਂ ਤੋਂ ਜ਼ਿਆਦਾ ਸੀਟਾਂ ਖਾਲੀ ਨਿਕਲੀਆਂ ਤੇ ਉਹਦੇ ਚੋਂ ਮੇਰਾ ਖਿਆਲ ਉਹਨਾਂ ਨੂੰ ਸੰਕੇਤ ਮਿਲ ਗਿਆ ਹੋਇਆ ਵੀ ਹਾਲਾਤ ਬੁਰੇ ਨੇ ਸੋ ਇਸ ਚੱਕਰ ਚੋਂ ਉਹ ਪਹਿਲਾਂ ਵੀ ਭਗਵੰਤ ਮਾਨ ਹੁਣੀ ਟਕਸਾਲੀਆਂ ਦੇ ਸੰਪਰਕ ਵਿੱਚ ਸੀਗੇ ਤੇ ਟਕਸਾਲੀ ਆਗੂਆਂ ਦਾ ਇਹ ਸੀਗਾ ਵੀ ਆਪਾਂ 13 ਦੀਆਂ 13 ਸੀਟਾਂ ਤੇ ਜਿੰਨੇ ਕੁ ਵੀ ਆਪਾਂ ਸੀਨੀਅਰ ਪੋਲੀਟੀਸ਼ੀਅਨ ਹੈਗੇ ਆ ਜਾਂ ਪਾਰਟੀਆਂ ਹੈਗੀਆਂ ਨੇ ਉਹ ਇੱਕੋ ਹੀ ਕੈਂਡੀਡੇਟ ਖੜਾ ਕਰਨ ਮਤਲਬ ਜਿਹੜੀ ਵੋਟ ਵੰਡੀ ਜਾਂਦੀ ਆ ਉਹ ਨਾ ਵੰਡੀ ਜਾਵੇ ਵੀ ਉਹ ਵੰਡੀ ਨਾ ਜਾਵੇ ਅਕਾਲੀ ਦਲ ਤੇ ਕਾਂਗਰਸ ਦੇ ਮੁਕਾਬਲੇ ਇੱਕੋ ਹੀ ਕੈਂਡੀਡੇਟ ਆਵੇ ਕਿਉਂਕਿ ਜਿਹੜੇ ਲੋਕ ਬਦਜ਼ਨ ਹੋਏ ਨੇ ਉਹ ਹੁਣ ਉਹਦੇ ਚੋਂ ਇੱਕ ਹੋਰ ਫੈਕਟਰ ਸਾਹਮਣੇ ਆ ਰਿਹਾ ਇਹਦੀ ਵੀ ਆਪਾਂ ਗੱਲ ਕਰਦੇ ਹਾਂ ਇੱਕ ਵਿੱਚੋਂ ਫੈਕਟਰ ਇਹ ਆ ਰਿਹਾ ਵੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਸੀ ਵੀ ਅਸੀਂ ਚੋਣਾਂ ਦਾ ਬਾਈਕਾਟ ਕਰਾਂਗੇ ਪਿਛਲੇ ਦਿਨਾਂ 'ਚ ਇਹ ਗੱਲਾਂ ਆ ਗਈਆਂ ਸੀਗੀਆਂ ਉਹ ਕਿਸ ਗੱਲ ਤੋਂ ਪਤਾ ਨਹੀਂ ਇਹ ਕਾਹਦੇ ਗੱਲੋਂ ਨਾ ਇੱਕ ਤਰ੍ਹਾਂ ਨਾਲ ਕਨਸੋਵਾਂ ਤੇ ਵਿਸਪਰਸ ਆ ਰਹੇ ਸੀਗੇ ਵੀ ਬਾਈਕਾਟ ਕਰਾਂਗੇ ਪਰ ਹੁਣ ਉਹ ਵਾਪਸ ਮੁੜ ਆਏ ਨੇ ਵੀ ਅਸੀਂ ਨਹੀਂ ਚੋਣਾਂ ਲਾਣਗੇ ਹੁਣ ਇਹਦੇ ਚੋਂ ਜਿਹੜਾ ਸਿਨੈਰੀਓ ਸਮਝ ਆ ਰਿਹਾ ਪੰਜਾਬ ਦਾ ਵੀ ਦੋਵਾਂ ਵੱਡੇ ਪਰਿਵਾਰਾਂ ਦੀ ਆਪਸੀ ਗੱਠਜੋੜ ਹੋਇਆ ਹੋਇਆ ਬਾਦਲ ਪਰਿਵਾਰ ਦਾ ਤੇ ਕੈਪਟਨ ਪਰਿਵਾਰ ਦਾ ਜੇ ਹੁਣ ਅਕਾਲੀ ਦਲ ਸਿਨੈਰੀਓ ਚੋਂ ਬਾਹਰ ਹੋ ਜਾਂਦਾ ਤਾਂ ਅਕਾਲੀ ਦਲ ਵਾਲੀ ਸਾਰੀ ਵੋਟ ਐਂਟੀ ਕਾਂਗਰਸ ਆ ਜਿਹੜੀ ਉਹ ਟਕਸਾਲੀਆਂ ਨੂੰ ਤੇ ਵਿਰੋਧੀ ਧਿਰ ਨੂੰ ਪੈਣੀ ਸੀ ਤੇ ਕਾਂਗਰਸ ਦਾ ਜਿਹੜਾ 12 ਦੀਆਂ 12 ਸੀਟਾਂ ਸਵੀਪ ਕਰਨ ਦਾ ਸੁਪਨਾ ਉਹ ਚੱਕਣਾ ਚੂਰ ਹੁੰਦਾ ਸੀ ਕਾਂਗਰਸ ਨੇ ਜਾਂ ਈਵਨ ਕੈਪਟਨ ਅਮਰਿੰਦਰ ਸਿੰਘ ਨੇ ਇੰਟਰਵੀਨ ਕਰਕੇ ਵਿੱਚ ਪਚੋਲਾ ਕਰਕੇ ਅਕਾਲੀ ਦਲ ਨੂੰ ਮਨਾਇਆ ਵੀ ਨਹੀਂ ਤੁਸੀਂ ਆਪਣੇ ਉਮੀਦਵਾਰ ਖੜੇ ਕਰੋ ਤਾਂ ਕਿ ਅਕਾਲੀ ਦਲ ਦੀ ਵੋਟ ਅਕਾਲੀ ਦਲ ਨੂੰ ਜਾਂਦੀ ਰਹੇ ਤੇ ਕਾਂਗਰਸ ਦੇ ਮੁਕਾਬਲੇ ਫਿਰ ਜਿਹੜੀ ਵੋਟ ਆ ਉਹ ਫਟੇ ਨਾ ਡਿਵਾਈਡ ਹੋ ਉਹਦੇ ਚੋਂ ਕਾਂਗਰਸ ਦਾ ਸੁਪਨਾ ਸਾਕਾਰ ਹੁੰਦਾ ਹੁਣ ਜਿਹੜਾ ਅਕਾਲੀਆਂ ਦਾ ਸਾਰਾ ਇਹ ਹੋਇਆ ਟਕਸਾਲੀ ਅਕਾਲੀਆਂ ਦਾ ਉਹਦੇ ਚੋਂ ਪੰਜ ਇਹਨਾਂ ਦੇ ਫੈਕਟਰ ਨੇ ਇੱਕ ਤਾਂ ਟਕਸਾਲੀ ਅਕਾਲੀ ਦਲ ਹੋ ਗਿਆ ਸੁਖਪਾਲ ਸਿੰਘ ਖਹਿਰਾ ਵਾਲਾ ਗਰੁੱਪ ਹੋ ਗਿਆ ਤੀਜੇ ਸਿਮਰਨਜੀਤ ਸਿੰਘ ਬੈਂਸ ਹੁਣੀ ਹੋ ਗਏ ਚੌਥੀ ਆਮ ਆਦਮੀ ਪਾਰਟੀ ਹੋ ਗਈ ਤੇ ਪੰਜਵੀਂ ਹੈਗੀ ਹੈ ਜਿਹੜੀ ਬਹੁਜਨ ਸਮਾਜ ਪਾਰਟੀ ਆ ਜੀ ਹਨਾ ਤੇ ਇਹ ਇਹ ਇੱਕ ਡਾਕਟਰ ਗਾਂਧੀ ਨੇ ਉਹ ਇਕੱਲੇ ਨੇ ਜੀ ਜੀ ਤੇ ਇਹਨਾਂ ਦਾ ਹੁਣ ਇਹ ਸਮਝੌਤਾ ਹੋਇਆ ਹਾਲ ਦੀ ਘੜੀ ਜਿਹੜੀਆਂ ਹੁਣ ਤੱਕ ਰਿਪੋਰਟਾਂ ਨੇ ਕਿਤੇ ਹੋਰ ਅੱਗੇ ਵਿਗੜ ਨਾ ਜਾਵੇ ਤਾਂ ਮੈਂ ਕਹਿੰਦੇ ਵੀ ਪੰਜ ਫੈਕਸ਼ਨਸ ਆ ਜਿਹੜੀਆਂ ਪੰਜ ਪਾਰਟੀਆਂ ਨੇ ਇਹ ਦੋ ਦੋ ਸੀਟਾਂ ਲੈ ਲੈਣ ਪਹਿਲਾਂ ਵੀ ਦੋ ਦੋ ਸੀਟਾਂ ਪੱਕੀਆਂ ਦੱਸ ਦਿਓ ਵੀ ਕਿਹੜੀ ਕਿਹੜੀ ਲੈਣੀ ਆ ਜੀ ਜੀ ਉਹਦੇ 'ਚ ਇਹ ਹੋਇਆ ਵੀ ਟਕਸਾਲੀ ਅਕਾਲੀ ਦਲ ਨੇ ਖੰਡੂਰ ਸਾਹਿਬ ਤੇ ਆਨੰਦਪੁਰ ਸਾਹਿਬ ਵਾਲੀ ਆਪਣੇ ਹਿੱਸੇ ਲਈ ਜੀ ਸੁਖਪਾਲ ਸਿੰਘ ਖਹਿਰਾ ਬਠਿੰਡੇ ਵਾਲੀ ਤੇ ਫਰੀਦਕੋਟ ਵਾਲੀ ਲੈ ਗਏ ਨੇ ਸਿਮਰਨਜੀਤ ਸਿੰਘ ਬੈਂਸ ਉਹਨੀ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਵਾਲੀ ਲੈ ਗਏ ਨੇ ਬਹੁਜਨ ਸਮਾਜ ਪਾਰਟੀ ਜਲੰਧਰ ਤੇ ਹੁਸ਼ਿਆਰਪੁਰ ਵਾਲੀ ਲੈ ਗਈ ਆ ਜੀ ਇਹ 10 ਸੀਟਾਂ ਜਿਹੜੀਆਂ ਵੰਡੀਆਂ ਗਈਆਂ 11ਵੀਂ ਹੈਗੀ ਆ ਉਹਦੇ ਵਾਲੀ ਪਟਿਆਲੇ ਵਾਲੀ ਹੁਣ ਦੋ ਸੀਟਾਂ ਦਾ ਹੋਰ ਜਿੱਦਾਂ ਰਿਹਾ ਉਹਦੇ 'ਚੋਂ ਸੀਗਾ ਵੀ ਜਿਹੜੀਆਂ ਇਹ ਦੋ ਸੀਟਾਂ ਬਚੀਆਂ ਵੀ ਇਹ ਆਪਸੀ ਫੈਕਸ਼ਨ ਜਿਹੜਾ ਚਾਹੁੰਦਾ ਉਹ ਲੈ ਲਵੇ ਜੀ ਉਹਦੇ 'ਚੋਂ ਬਹੁਜਨ ਸਮਾਜ ਪਾਰਟੀ ਰੌਲਾ ਪਾ ਰਹੀ ਸੀ ਵੀ ਸਾਨੂੰ ਆਨੰਦਪੁਰ ਸਾਹਿਬ ਵਾਲੀ ਸੀਟ ਦਿੱਤੀ ਜਾਵੇ ਪਰ ਟਕਸਾਲੀ ਕਹਿੰਦੇ ਵੀ ਸਾਡਾ ਉੱਥੇ ਉਹ ਸਾਡਾ ਤਖਤ ਆ ਸ਼੍ਰੀ ਆਨੰਦਪੁਰ ਸਾਹਿਬ ਸਿੱਖਾਂ ਦਾ ਤਖਤ ਹੈ ਵੀ ਅਸੀਂ ਉਹ ਉਹ ਸੀਟ ਨਹੀਂ ਛੱਡ ਸਕਦੇ ਤੁਸੀਂ ਫਿਰੋਜ਼ਪੁਰ ਵਾਲੀ ਲੈ ਲਓ ਜਿਹੜੀ ਤੀਜੀ ਲੈਣੀ ਆ ਜੀ 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 ਵੀ ਇਹ ਫਿਰ ਦੋ ਧਿਰਾਂ ਜਿਹੜੀਆਂ ਤਿੰਨ ਤਿੰਨ ਲੈ ਲੈਣਗੀਆਂ ਬਾਕੀ ਸਾਰੇ ਦੋ ਦੋ ਤੇ ਮੰਨ ਗਏ ਹੋਏ ਡਾਕਟਰ ਧਰਮਵੀਰ ਗਾਂਧੀ ਇੱਕ ਤੇ ਹੀ ਮੰਨ ਗਏ ਮੈਨੂੰ ਪਟਿਆਲੇ ਵਾਲੀ ਉਹ ਚਾਹੀਦੀ ਹੈ ਹੋਰ ਕੋਈ ਨਹੀਂ ਚਾਹੀਦਾ ਜੀ ਜੀ ਸੋ ਉਹਦੇ ਚੋਂ ਫਿਰ ਸਾਰਾ ਇਹਨਾਂ ਦਾ ਇਸ ਤਰ੍ਹਾਂ ਹੁਣ ਜੇ ਬਹੁਜਨ ਸਮਾਜ ਪਾਰਟੀ ਅੜੀ ਰਹਿੰਦੀ ਆ ਉਹਦੇ ਲਈ ਆਨੰਦਪੁਰ ਸਾਹਿਬ ਲਈ ਤਾਂ ਸੰਕਟ ਖੜਾ ਹੋਊਗਾ ਨਹੀਂ ਵੈਸੇ ਏਦਾਂ ਸਮੂਦਲੀ ਹੈ ਜਿਹੜਾ ਉਹ ਚੱਲ ਰਿਹਾ ਬਿਲਕੁਲ ਜੀ ਔਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਇਹ ਜਿਹੜਾ ਗਠਬੰਧਨ ਹੋਇਆ ਹੈਗਾ ਜਾਂ ਕੀ ਜਿਹੜੀ ਸੀਟਾਂ ਦੀ ਜੋੜ ਤੋੜ ਹੋਏਗੀ ਕਿਉਂਕਿ ਜੇ ਕੋਈ ਪੰਗਾ ਪਿਆ ਤੇ ਸੀਟਾਂ ਦੀ ਵੰਡ ਦੇ ਉੱਤੇ ਹੀ ਪੈਣਾ ਹੈਗਾ ਹਾਂਜੀ ਹਾਂਜੀ ਤੇ ਹੋ ਸਕਦਾ ਕਿ ਜੇ ਪੰਗਾ ਨਾ ਪਵੇ ਤੇ ਇਹ ਇੱਕ ਵੱਡਾ ਜਿਹੜਾ ਕੰਪੀਟੀਟਰ ਬਣ ਕੇ ਸਾਹਮਣੇ ਆ ਸਕਦਾ ਕਿਉਂਕਿ ਜਿੰਨੀ ਵੋਟ ਜ਼ਿਆਦਾ ਵੰਡੀ ਜਾਊਗੀ ਉਹਨਾਂ ਹੀ ਜਿਹੜਾ ਜਿਹੜੀਆਂ ਉੱਥੋਂ ਦੀਆਂ ਸਟਰੋਂਗ ਧਿਰਾਂ ਹੈਗੀਆਂ ਨੇ ਅਕਾਲੀ ਦਲ ਤੇ ਕਾਂਗਰਸ ਉਹਨਾਂ ਦੇ ਜਿੱਤਣ ਦੇ ਜਿਹੜੇ ਚਾਂਸਿਸ ਨੇ ਉਹ ਵੱਧ ਜਾਂਦੇ ਨੇ ਜੀ ਜੀ ਬਿਲਕੁਲ ਜੀ ਤੇ ਹੁਣ ਆਪਾਂ ਇੰਟਰਨੈਸ਼ਨਲੀ ਪੱਧਰ ਤੇ ਗੱਲ ਕਰਦੇ ਹਾਂ ਪਿੱਛੇ ਜਿਹੇ ਜਿਹੜੀ ਹੈਗੀ ਆ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੀ ਤੇ ਕਿੰਗ ਜੋਂਗ ਦੀ ਜਿਹੜੀ ਮੀਟਿੰਗ ਹੈ ਉਹ ਹੋਈ ਹੈਗੀ ਆ ਅਵਤਾਰ ਸਿੰਘ ਜੀ ਕੀ ਕਹੋਗੇ ਇਸ ਦੇ ਬਾਰੇ ਹਾਂਜੀ ਇਹ ਕੌਮਾਂਤਰੀ ਸ਼ਾਂਤੀ ਲਈ ਜਿਸ ਤਰ੍ਹਾਂ ਉਹਨਾਂ ਦੀ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਦੁਬਾਰੇ ਹੋਈ ਆ ਵਿੱਚ ਨੂੰ ਫਿਰ ਕਿਮ ਜੋਂਗ ਯਾਨ ਦੇ ਤੇਵਰ ਆ ਜਿਹੜੇ ਵਿਗੜ ਗਏ ਸੀ ਤੇ ਉਹ ਲਗਾਤਾਰ ਉਸ ਤੋਂ ਥੋੜ੍ਹਾ ਜਿਹਾ ਪਾਸੇ ਚੱਲ ਰਹੇ ਸੀ ਹੁਣ ਇਹਦੇ 'ਚ ਆਪਾਂ ਫਿਰ ਚਾਈਨਾ ਦੇ ਰੋਲ ਨੂੰ ਜੇ ਸਾਹਮਣੇ ਲੈ ਕੇ ਆਈਏ ਵੀ ਚਾਈਨਾ ਨੇ ਹੀ ਇਹ ਫੈਸਿਲੀਟੇਟ ਕਰਵਾਇਆ ਸਾਰਾ ਅੱਛਾ ਜੀ ਉਹਨੇ ਨਾਰਥ ਕੋਰੀਆ ਦੇ ਨਾਰਥ ਕੋਰੀਆ ਜੀ ਜੀ ਤੇ ਉਹਦਾ ਉੱਥੇ ਪ੍ਰਭਾਵ ਹੈਗਾ ਤੇ ਚਾਈਨਾ ਦੇ ਇਸ ਕਿਸਮ ਦੇ ਇਨਫਲੂਐਂਸ ਨੂੰ ਇੰਟਰਨੈਸ਼ਨਲ ਰਾਜਨੀਤੀ 'ਚ ਹੁਣ ਆਪਾਂ ਨਿਗੇਟ ਨਹੀਂ ਕਰ ਸਕਦੇ ਚਾਈਨਾ ਜਿੱਥੇ ਏਸ਼ੀਆ 'ਚ ਇੱਕ ਵੱਡਾ ਪਲੇਅਰ ਦੇ ਤੌਰ ਤੇ ਉੱਭਰ ਰਿਹਾ ਉਹ ਦੁਨੀਆ 'ਚ ਵੀ ਉੱਥੇ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਤੁਸੀਂ ਬਾਕੀ ਦੇਖੋ ਵੀ ਟੈਕਨੀਕਲੀ ਤੇ ਮੰਡੀ ਦੇ ਮੁਕਾਬਲੇ 'ਚ ਉਹਨੇ ਸਾਰੀਆਂ ਯੂਰਪੀਅਨ ਕੰਟਰੀਜ਼ ਤੇ ਜਿੱਦਾਂ ਛਾ ਗਿਆ ਹੋਇਆ ਵੀ ਸਾਰੇ ਪ੍ਰੋਡਕਟ ਆ ਜਿਹੜੇ ਉਹਦੇ ਆ ਰਹੇ ਆ ਇਕਨੋਮਿਕਲੀ ਉਹ ਇੰਨਾ ਮਜ਼ਬੂਤ ਹੋ ਗਿਆ ਹੋਇਆ ਤੇ ਅਫਰੀਕਨ ਕੰਟੀਨੈਂਟ ਨੂੰ ਉਹਨੇ ਪੂਰੀ ਤਰ੍ਹਾਂ ਕਬਜ਼ੇ 'ਚ ਲੈ ਲਿਆ
ਉਹਦੇ 'ਚ ਵੈਸਟਰਨ ਇੰਟਰਸਟ ਆ ਜਿਹੜੇ ਬਹੁਤ ਲਗਾਤਾਰ ਡੀਜਨਰੇਟ ਹੁੰਦੇ ਜਾ ਰਹੇ ਹੈਗੇ ਸੋ ਚਾਈਨਾ ਮੇਨ ਪਲੇਅਰ ਦੇ ਤੌਰ ਤੇ ਉੱਪਰਿਆ ਸਾਰੀ ਏਡਾ ਵੱਡਾ ਜਿਹੜਾ ਸੰਕਟ ਨਾਰਥ ਕੋਰੀਆ ਦਾ ਸੀ ਜੇ ਡਿਫਿਊਜ਼ ਹੋਣ ਜਾ ਰਿਹਾ ਤਾਂ ਉਹ ਖਾਸ ਕਰਕੇ ਚਾਈਨਾ ਦੀ ਜਿਹੜੀ ਜਿਹੜੀ ਦਖਲ ਅੰਦਾਜ਼ੀ ਉਹਦੇ ਕਰਕੇ ਤੇ ਡੋਨਲਡ ਟਰੰਪ ਦੀ ਤੇ ਕਿਮ ਜੋਂਗ ਉਨ ਦੀ ਫੇਸ ਟੂ ਫੇਸ ਗੱਲਬਾਤ ਹੋਈ ਆ ਤੇ ਉਹਦੇ 'ਚ ਹੁਣ ਦੇਖੋ ਵੀ ਅੱਗੇ ਉਹ ਜਿਹੜਾ ਡੀ ਨਿਊਕਲੀਅਰਾਈਜੇਸ਼ਨ ਆ ਉਹਦੇ ਬਾਰੇ ਕਿੰਨਾ ਕੁ ਉਹ ਹੁੰਗਾਰਾ ਭਰਦਾ ਆਪਣੇ ਹਥਿਆਰਾਂ ਨੂੰ ਕਿੰਨਾ ਕੁ ਖਤਮ ਕਰਦਾ ਉਹ ਆਉਣ ਵਾਲੀਆਂ ਮੀਟਿੰਗਸ ਵਿੱਚ ਜਿੱਦਾਂ ਉਹਦੇ ਬਾਰੇ ਪਤਾ ਲੱਗੂਗਾ ਕਿਤੇ ਫਿਰ ਨਹੀਂ ਕਿਤੇ ਯੂ ਟਰਨ ਮਾਰ ਲਿਆ ਜਾਂਦਾ ਜਿੱਦਾਂ ਪਿਛਲੀ ਵਾਰ ਹੋਇਆ ਹਾਂਜੀ ਹਾਂਜੀ ਬਿਲਕੁਲ ਜੀ ਮਾਈਕਲ ਕੋਹਿਨ ਜੋ ਕਿ ਅਟਾਰਨੀ ਜਨਰਲ ਰਹਿ ਚੁੱਕੇ ਨੇ ਉਹਨਾਂ ਨੇ ਜਿਹੜਾ ਹੈ ਡੋਨਲਡ ਟਰੰਪ ਦੇ ਉੱਤੇ ਕਾਫੀ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਹੈਗੇ ਨੇ ਜਿਸ ਦੇ ਵਿੱਚ ਕਰਪਸ਼ਨ ਦੇ ਇਲਜ਼ਾਮ ਖਾਸ ਕਰਕੇ ਮੁੱਖ ਤੌਰ ਤੇ ਲਗਾਏ ਨੇ ਕੀ ਸਾਰਾ ਕੇਸ ਕੀ ਹੈ ਮਾਈਕਲ ਕੋਹਿਨ ਵਾਲਾ ਹਾਂ ਮਾਈਕਲ ਕੋਹਿਨ ਉਹਨਾਂ ਦੇ ਅਟਾਰਨੀ ਜਨਰਲ ਸੀਗੇ ਜਿਨ੍ਹਾਂ ਨੂੰ ਫਿਰ ਇਹਨਾਂ ਨੇ ਸੈਕ ਕਰ ਦਿੱਤਾ ਸੀਗਾ ਜਿਹੜਾ ਰਸ਼ੀਅਨ ਇਨਵੋਲਵਮੈਂਟ ਵਾਲੀ ਗੱਲ ਹੈਗੀ ਆ ਜਾਂ ਈਵਨ ਟੈਕਸ ਫਰੋਡ ਨੇ ਬਹੁਤ ਸਾਰੇ ਹੋਏ ਹੋਏ ਡੋਨਲਡ ਟਰੰਪ ਐਂਡ ਕੰਪਨੀ ਵੱਲੋਂ ਉਹਨਾਂ ਦਾ ਇਹਨਾਂ ਨੂੰ ਸਾਰਾ ਪਤਾ ਸੀ ਮਾਈਕਲ ਕੋਹਿਨ ਨੂੰ ਤੇ ਉਹਨਾਂ ਨੇ ਫਿਰ ਹੁਣ ਗਿਲਟੀ ਵੀ ਮਹਿਸੂਸ ਕਰਿਆ ਨਾ ਵੀ ਇੱਕ ਕੇਸ ਵਿੱਚ ਉਹਨਾਂ ਨੇ ਗਿਲਟੀ ਫੀਲ ਕਰਿਆ ਤੇ ਉਹਨਾਂ ਨੂੰ 3 ਸਾਲ ਦੀ ਕੈਦ ਆ ਜਿਹੜੀ ਸਸਪੈਂਡਡ ਸੈਂਟੈਂਸ ਹੋਇਆ ਜਿਹੜਾ ਮਈ ਜਾਂ ਜੂਨ 'ਚ ਜਾ ਕੇ ਸ਼ੁਰੂ ਹੋਣਾ ਪਰ ਉਹ ਤੋਂ ਪਹਿਲਾਂ ਉਹ ਜਿਹੜਾ ਹੁਣ ਕੱਲ੍ਹ ਪਾਰਲੀਮੈਂਟਰੀ ਅਫੇਅਰਸ ਕਮੇਟੀ ਸੀਗੀ ਉਹਦੇ ਸਾਹਮਣੇ ਪੇਸ਼ ਹੋਏ ਨੇ ਉਹਨਾਂ ਨੇ ਫਿਰ ਸਾਰਾ ਦੱਸਿਆ ਵੀ ਬਹੁਤ ਸਾਰੀਆਂ ਜਿਹੜੇ ਜਿਹੜੇ ਲੂਪ ਹੋਲ ਸੀਗੇ ਡੋਨਲਡ ਟਰੰਪ ਦੇ ਨਿੱਜੀ ਬਿਜ਼ਨਸ ਪੁਆਇੰਟਡ ਆਫ ਵਿਊ ਨਾਲ ਤੇ ਉਹ ਜਿਹੜੇ ਜਿਹੜੀ ਕੰਪੇਨ ਦੇ ਮਾਮਲੇ ਕੰਪੇਨ ਦੀ ਜਿਹੜੇ ਫੰਡ ਸੀਗੇ ਕੰਪੇਨ ਵਾਲੇ ਉਹ ਕਿਸੇ ਇੱਕ ਲੇਡੀ ਨੂੰ ਦਿੱਤੇ ਗਏ ਨੇ ਜਿਹਦੇ ਬਾਰੇ ਆਖਿਆ ਜਾਂਦਾ ਵੀ ਉਹ ਠੀਕ ਠਾਕ ਨਹੀਂ ਸੀ ਹੈਗੀ ਸੋ ਇਸ ਤਰ੍ਹਾਂ ਹੀ ਰਸ਼ੀਆ ਦੀ ਜਿਹੜੀ ਇਨਵੋਲਵਮੈਂਟ ਬਾਰੇ ਉਹਦੇ ਬਾਰੇ ਕਿੰਨੀ ਕੁ ਕੌਂਕਰੀਟ ਜਾਣਕਾਰੀ ਉਹਨੂੰ ਸੀਗੀ ਉਹ ਸਾਰੀ ਉਹਨੇ ਕੱਲ੍ਹ ਪਾਰਲੀਮੈਂਟਰੀ ਅਫੇਅਰਸ ਕਮੇਟੀ ਨੂੰ ਕਿੱਦਾਂ ਡਿਸਕਲੋਜ਼ ਕਰੀ ਆ ਹੁਣ ਦੇਖੋ ਵੀ ਅੱਗੇ ਉਸ ਘਟਨਾਵਾਂ ਦਾ ਕੀ ਹੁੰਦਾ ਆਇਆ ਡੋਨਲਡ ਟਰੰਪ ਦੇ ਭਵਿੱਖ ਤੇ ਕੋਈ ਖਤਰਾ ਖੜਾ ਹੁੰਦਾ ਜਾਂ ਉਹ ਪਾਰਲੀਮੈਂਟ ਅਫੇਅਰਸ ਕਮੇਟੀ ਆ ਜਿਹੜੀ ਕਿਸ ਕਿਸਮ ਦੇ ਫੈਸਲੇ ਲੈਂਦੀ ਆ ਉੱਦਾਂ ਵੀ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਹੋ ਗਈ ਹੋਈ ਆ ਤੇ ਹੋ ਸਕਦਾ ਵੀ ਅਗਲੀ ਟਰਮ ਲਈ ਉਹਨਾਂ ਲਈ ਔਖਾ ਹੋ ਜਾਵੇ ਬਿਲਕੁਲ ਜੀ ਔਰ ਵੈਨਜ਼ੂਏਲਾ ਦੇ ਵਿੱਚ ਦੱਸ ਚੱਲੀਏ ਦਰਸ਼ਕਾਂ ਨੂੰ ਕਿ ਕਾਫੀ ਸਾਰਾ ਜਿਹੜਾ ਵੱਡਾ ਕ੍ਰਾਈਸਿਸ ਹੈ ਉਹ ਹੌਲੀ ਹੌਲੀ ਜਿਹੜਾ ਸਾਹਮਣੇ ਆ ਰਿਹਾ ਹੈ ਲੋਕਾਂ ਦੇ ਹਾਲਾਤ ਇੰਨੇ ਸਹੀ ਨਹੀਂ ਹੈਗੇ ਜੋ ਉੱਥੇ ਪੋਲੀਟੀਕਲੀ ਜੋ ਹੋ ਰਿਹਾ ਹੈਗਾ ਉਸ ਦੇ ਨਾਲ ਉੱਥੋਂ ਦੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਹੈਗੇ ਨੇ ਅਵਤਾਰ ਸਿੰਘ ਜੀ ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ ਜੋ ਸਾਰਾ ਕੁਛ ਹੋਇਆ ਸਾਰਾ ਮਸਲਾ ਹੈ ਕੀ ਹੈ ਸੋਸ਼ਲਿਸਟ ਕੰਟਰੀ ਆ ਪਹਿਲਾਂ ਉਹਨਾਂ ਦੇ ਪ੍ਰਧਾਨ ਹੁੰਦੇ ਸੀ ਮਿਸਟਰ ਲੂਲੋ ਉਹਨਾਂ ਦੀ ਮੌਤ ਹੋ ਗਈ ਸੀ ਤੇ ਫਿਰ ਉਹਨਾਂ ਤੋਂ ਬਾਅਦ ਉਹ ਆਪਣਾ ਇੱਕ ਬਹੁਤ ਹੀ ਨੇੜਲਾ ਸਹਿਯੋਗੀ ਮਿਸਟਰ ਮਦੂਰੋ ਆ ਜਿਹੜੇ ਉਹਨੂੰ ਰਾਸ਼ਟਰਪਤੀ ਚੁਣ ਕੇ ਗਏ ਸੀਗੇ ਸੋਸ਼ਲਿਸਟ ਕੰਟਰੀਜ਼ ਵਿੱਚ ਤੁਸੀਂ ਦੇਖਿਆ ਵੀ ਕਲੋਜ਼ਡ ਸੋਸਾਇਟੀ ਹੁੰਦੀ ਆ ਬੰਦ ਬਿਲਕੁਲ ਸਾਰਾ ਉਹਦੇ 'ਚ ਡੈਮੋਕ੍ਰੈਟਿਕ ਰਾਈਟਸ ਬਹੁਤ ਘੱਟ ਹੁੰਦੇ ਆ ਅਤੇ ਉਹ ਗਰੀਬੀ ਦੀ ਹਾਲਤ ਵਿੱਚ ਵੀ ਬਹੁਤ ਨੇ ਉਹ ਸਾਰੇ ਜਿਹੜੇ ਹੈਗੇ ਨੇ ਕੋਲੰਬੀਆ ਇਹ ਹੋਇਆ ਬ੍ਰਾਜ਼ੀਲ ਹੋਇਆ ਈਵਨ ਅਤੇ ਇਕੁਆਡੋਰ ਤੋਂ ਉਹ ਬਹੁਤ ਸਾਰੀ ਮਾਈਗ੍ਰੇਸ਼ਨ ਵੀ ਲਗਾਤਾਰ ਅਮੈਰੀਕਾ ਨੂੰ ਜਾ ਰਹੀ ਉੱਥੋਂ ਲੋਕ ਭੱਜ ਭੱਜ ਕੇ ਜਾ ਰਹੇ ਗੁਆਟੇਮਾਲਾ ਤੋਂ ਜਾ ਰਹੇ ਆ ਅਤੇ ਇਹ ਇਕਨੋਮਿਕਲੀ ਬਹੁਤ ਬਹੁਤ ਗਰੀਬੀ ਹੋਣ ਕਰਕੇ ਤੇ ਉਹਦੇ ਕਲੋਜ਼ ਸੋਸਾਇਟੀ ਕਰਕੇ ਬਹੁਤ ਵੱਡਾ ਓਪੋਜੀਸ਼ਨ ਦੀ ਅਪਰਾਈਜ਼ਿੰਗ ਸੀਗੀ ਪਿਛਲੇ 3-4 ਸਾਲ ਤੋਂ ਅਪਰਾਈਜ਼ਿੰਗ ਸੀਗੀ ਪਰ ਉਹਨੇ ਆਪਣਾ ਸੰਵਿਧਾਨ ਵਗੈਰਾ ਬਦਲ ਕੇ ਉਹ ਫਿਰ ਰਾਸ਼ਟਰਪਤੀ ਬਣ ਗਏ ਮਿਸਟਰ ਮਦੂਰੋ ਤੇ ਜਿਹੜੇ ਉਹਨਾਂ ਦੇ ਸਾਹਮਣੇ ਵੋਟਾਂ 'ਚ ਖੜੇ ਸੀਗੇ ਸੈਕਿੰਡ ਉਹਨਾਂ ਨੂੰ ਹੁਣ ਜਿਹੜਾ ਅਮਰੀਕਾ ਹੈਗਾ ਉਹ ਰੈਕਗਨਾਈਜ਼ ਕਰਦਾ ਅਸੀਂ ਓਪੋਜੀਸ਼ਨ ਲੀਡਰ ਨੂੰ ਐਜ਼ ਏ ਰਾਸ਼ਟਰਪਤੀ ਰੈਕਗਨਾਈਜ਼ ਕਰਦੇ ਆ ਤੇ ਉਹਦੀਆਂ ਬੜੀਆਂ ਰੈਲੀਆਂ ਹੋ ਰਹੀਆਂ ਨੇ ਲੋਕ ਬੜੇ ਉਹਦੇ ਨਾਲ ਨੇ ਤੇ ਈਵਨ ਹੁਣ ਅਮਰੀਕਾ ਨੇ ਜਿਹੜੀ ਅਮਰੀਕਾ ਦੀ ਇੱਕ ਪਾਲਿਸੀ ਆ ਵੀ ਜੇ ਕਿਸੇ ਦੇਸ਼ ਵਿੱਚ ਕੁਝ ਭੈਟ ਕਰਨੀ ਆ ਮਿਲਟਰੀ ਦੀ ਤਾਂ ਏਡ ਲੈ ਕੇ ਆਉਂਦਾ ਪਹਿਲਾਂ ਸਹਾਇਤਾ ਦੇ ਜਹਾਜ਼ ਪਾਣੀ ਦੀਆਂ ਬੋਤਲਾਂ ਖਾਣ ਪੀਣ ਦਾ ਸਮਾਨ ਕੱਪੜੇ ਕੰਬਲ ਮਤਲਬ ਉਹਨੇ ਪੈਟਰਨ ਨਹੀਂ ਬਣਾ ਲਿਆ ਹੋਇਆ ਇਹ ਪੈਟਰਨ ਆ ਯੂਐਸ ਏਡ ਆ ਜਿਹੜੀ ਉਹਨੂੰ ਇੱਕ ਤਰ੍ਹਾਂ ਨਾਲ ਮੰਨਿਆ ਜਾਂਦਾ ਵੀ ਸੀਆਈਏ ਦੀ ਆਫਸ਼ੂਟ ਹੈਗੀ ਆ ਯੂਐਸ ਏਡ ਜਥੇਬੰਦੀ ਹੈ ਨਾ ਜਿਹੜੀ ਸੀਆਈਏ ਦਾ ਜਿੱਦਾਂ ਮਾਸਕ ਮੰਨਿਆ ਜਾਂਦਾ ਹੈ ਸਾਰੇ ਮੁਲਕਾਂ ਨੂੰ ਪਤਾ ਜਿਹੜੇ ਇੰਟੈਲੀਜੈਂਸ ਕਮਿਊਨਿਟੀ ਨਾਲ ਸੰਬੰਧ ਰੱਖਦੇ ਆ ਉਹ ਜਹਾਜ਼ ਆ ਗਏ ਨੇ ਬ੍ਰਾਜ਼ੀਲ ਤੇ ਕੋਲੰਬੀਆ ਦੀ ਸਰਹੱਦ ਤੋਂ ਉਹਨਾਂ ਨੇ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਕਾਫੀ ਕਲੈਸ਼ਸ ਹੋਈਆਂ ਨੇ ਕੁਝ ਬੰਦੇ ਮਾਰੇ ਵੀ ਗਏ ਨੇ ਤੇ ਇਸ ਤਰ੍ਹਾਂ ਹੁਣ ਇੱਕ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਉਹ ਉਪ ਰਾਸ਼ਟਰਪਤੀ ਨੇ ਮਿਸਟਰ ਪੈਂਸ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ 10-15 ਦਿਨਾਂ 'ਚ ਵੈਨਜ਼ੂਏਲਾ ਦਾ ਜਿਹੜਾ ਸੋਸ਼ਲਿਜ਼ਮ ਆ ਇਹਦੇ ਕਿੰਗਰੇ ਢਹਿੰਦੇ ਤੁਸੀਂ ਦੇਖੋਗੇ ਯਾਨੀ ਇਸ ਤਰ੍ਹਾਂ ਉਹ ਕਹਿ ਕੇ ਗਏ ਨੇ ਤੇ ਹੁਣ ਦੇਖੋ ਮਿਲਟਰੀ ਐਕਸ਼ਨ ਕਰਦੇ ਨੇ ਜਾਂ ਕਿਉਂਕਿ ਉਹ ਈਵਨ ਵੈਨਜ਼ੂਏਲਾ ਦੀ ਮਿਲਟਰੀ ਨੂੰ ਕਹਿ ਰਹੇ ਨੇ ਵੀ ਤੁਸੀਂ ਵਿਰੋਧੀ ਧਿਰ ਨਾਲ ਰਲ ਜਾਓ ਕਿਉਂਕਿ ਹਾਲੇ ਵੀ ਤੁਸੀਂ ਉਹਨਾਂ ਦੇ ਨਾਲ ਨਾ ਰਹੋ ਹਾਲੇ ਮਿਲਟਰੀ ਮਦੂਰੋ ਦੇ ਨਾਲ ਰਲੀ ਹੋਈ ਹੈ ਸੋ ਇੱਕ ਤਰ੍ਹਾਂ ਦਾ ਜਿੱਦਾਂ ਕਹਿੰਦੇ ਵੀ ਰਾਜ ਪਲਟਾ ਹੋਣ ਦੀਆਂ ਸੰਭਾਵਨਾਵਾਂ ਨੇ ਬਹੁਤ ਨੇੜੇ ਆ ਉਹਦੇ 'ਚ ਅਮਰੀਕਾ ਕਾਫੀ ਵੱਡਾ ਰੋਲ ਨਿਭਾ ਰਿਹਾ ਹੋਊਗਾ ਇਹ ਦੇਖੋ ਵੀ ਹੁਣ ਉਹ ਸਫਲ ਹੁੰਦੇ ਆ ਕਿਤੇ ਰਸ਼ੀਆ ਨਾ ਆ ਜਾਵੇ ਉੱਥੇ ਮੁੜ ਕੇ ਵੀ ਜਿੱਦਾਂ ਸੀਰੀਆ ਦੇ ਰੈਸਕਿਊ ਲਈ ਰਸ਼ੀਆ ਆਇਆ ਹੋਇਆ ਕਿਉਂਕਿ ਉਹ ਸੋਸ਼ਲਿਸਟ ਕੰਟਰੀ ਹੋਣ ਕਰਕੇ ਜੇ ਉਹਨਾਂ ਨੇ ਵੀ ਰਸ਼ੀਆ ਨੂੰ ਇੰਟਰਵੀਨ ਕਰ ਲਿਆ
ਫਿਰ ਅਮਰੀਕਾ ਲਈ ਕੰਮ ਕਰਨਾ ਔਖਾ ਹੋ ਜਾਵੇ। ਬਿਲਕੁਲ ਜੀ। ਔਰ ਜੇ ਆਪਾਂ ਯੂਕੇ ਦੀ ਗੱਲਬਾਤ ਕਰੀਏ ਤਾਂ ਸਾਜ਼ੀਆ ਬੇਗਮ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਸੀਰੀਆ ਦੇ ਵਿੱਚ ਰਹਿ ਰਹੀ ਸੀ, ਉਸਦੀ ਜਿਹੜੀ ਸਿਟੀਜ਼ਨਸ਼ਿਪ ਹੈ ਬ੍ਰਿਟਿਸ਼ ਸਿਟੀਜ਼ਨਸ਼ਿਪ ਉਹ ਰਿਵੋਕ ਕਰ ਦਿੱਤੀ ਗਈ ਆ, ਉਸਨੂੰ ਜਿਹੜਾ ਬ੍ਰਿਟਿਸ਼ ਬ੍ਰਿਟੇਨ ਦੇ ਵਿੱਚ ਆਉਣ ਦੀ ਮਨਾਈ ਹੈਗੀ ਆ, ਕੀ ਕਹੋਗੇ ਅਵਤਾਰ ਸਿੰਘ ਜੀ ਹੁਣੇ ਹੁਣੇ ਜਿੱਦਾਂ ਇਹ ਸਾਰਾ ਕੁਝ ਹੋਇਆ? ਕਾਫੀ ਕੇਸ ਆ ਜਿਹੜਾ ਸਰਗਰਮ ਹੋਇਆ ਸੀਗਾ, ਕਾਫੀ ਨਿਊਜ਼ ਖਬਰਾਂ 'ਚ ਇਹ ਫਲੈਸ਼ ਹੋਇਆ। ਉਹ ਬੱਚੀ 15 ਸਾਲ ਦੀ ਸੀ, ਬੰਗਲਾਦੇਸ਼ ਤੋਂ ਬੈਕਗ੍ਰਾਉਂਡ ਆ ਉਹਦੇ ਪੇਰੈਂਟਸ ਦੀ, ਉਹ ਇੱਥੋਂ ਦੀ ਜੰਪਲ ਹੈਗੀ ਆ ਬਰਤਾਨੀਆ ਦੀ, ਅਤੇ ਉਹ 15 ਸਾਲ ਦੀ ਉਮਰ 'ਚ ISIS ਦੇ ਜਿੱਦਾਂ ਨੌਜਵਾਨਾਂ 'ਚ ਹੁੰਦਾ ਵੀ ਉਹ ਭੜਕਾਹਟ 'ਚ ਆ ਕੇ ਉਹਨਾਂ ਦੇ ਛਲਾਵੇ 'ਚ ਆ ਕੇ ਉਹ ਫਿਰ ਸੀਰੀਆ ਚਲੇ ਗਈ, ਉੱਥੇ ਲਗਾਤਾਰ ਉਹਨਾਂ ਦੇ ਨਾਲ ਰਹੀ। ਉੱਥੇ ਜਿਹੜੇ ਬੰਦੇ ਜੰਗ ਲੜ ਰਹੇ ਸੀ ਉਹਦੇ ਬੋਏਫ੍ਰੈਂਡ ਆ, ਜੋ ਵੀ ਜਿਸ ਤਰ੍ਹਾਂ ਦੇ ਵੀ ਰਿਲੇਸ਼ਨ ਸੀਗੇ, ਉੱਥੇ ਦੱਸਿਆ ਜਾਂਦਾ ਦੋ ਬੱਚੇ ਉਹਦੇ ਹੋ ਕੇ ਉਹਨਾਂ ਦੀ ਮੌਤ ਹੋ ਗਈ ਹੋਈ ਆ, ਜਨਮ ਵੇਲੇ ਹੀ ਮੌਤ ਹੋ ਗਈ। ਹੁਣ ਤੀਜਾ ਬੱਚੇ ਤੋਂ ਪ੍ਰੈਗਨੈਂਟ ਸੀਗੀ, ਉਹ ਕੋਈ ਡੱਚ ਸਿਟੀਜ਼ਨ ਆ ਜਿਹੜਾ ਹੁਣ ਉਹਦਾ ਹਸਬੰਡ ਮੰਨਿਆ ਜਾਂਦਾ ਬੱਚੇ ਦਾ। ਹਾਂਜੀ ਹਾਂਜੀ, ਉਹ ਵੀ ਜਿੱਦਾਂ ਉੱਥੇ ਲੜ ਰਿਹਾ ISIS ਵੱਲੋਂ ਜਿੱਦਾਂ ਫੌਜੀ ਸੀਗਾ, ਤੇ ਪਰ ਹੁਣ ਉਹਦਾ ਸੀਗਾ ਵੀ ਅਖਬਾਰ ਟਾਈਮਜ਼ ਨੇ ਉਹਦਾ ਕੇਸ ਚੱਕਿਆ ਸੀ ਵੀ ਇਹਨੂੰ ਵਾਪਸ ਲੈ ਲਿਆ ਜਾਵੇ। ਪਹਿਲਾਂ ਤਾਂ ਸੀਗਾ ਵੀ ਸਰਕਾਰ ਮੰਨ ਗਈ ਸੀ ਵੀ ਥੋੜ੍ਹਾ ਆਪਾਂ ਲੀਨੀਅੰਟ ਵਿਊ ਰੱਖਾਂਗੇ, ਪਰ ਸਾਜਿਦ ਜਾਵੇਦ ਦਾ ਹੁਣ ਇਹ ਆ ਗਿਆ ਹੋਇਆ ਵੀ ਅਸੀਂ ਉਹਦੀ ਜਿਹੜੀ ਬਰਤਾਨਵੀ ਨਾਗਰਿਕਤਾ ਉਹ ਰੱਦ ਕਰ ਦਿੱਤੀ ਹੋਈ ਆ, ਪਰ ਇਹਦੇ ਚੋਂ ਇਹ ਹੈਗਾ ਵੀ ਲੀਗਲ ਕ੍ਰਾਈਸਿਸ ਆ ਜਿਹੜਾ ਉਹ ਪੈ ਸਕਦਾ ਇਹ ਰੱਦ ਕਰਨ ਨਾਲ ਨਾ, ਕਿਉਂਕਿ ਕੋਈ ਵੀ ਬੰਦਾ ਸਟੇਟਲੈਸ ਨਹੀਂ ਹੋ ਸਕਦਾ। ਸਾਜਿਦ ਜਾਵੇਦ ਦਾ ਤਾਂ ਇਹ ਆ ਵੀ ਉਹ ਬੰਗਲਾਦੇਸ਼ੀ ਨਾਗਰਿਕਤਾ ਲਈ ਅਪਲਾਈ ਕਰ ਦੇਵੇ, ਪਰ ਕਿਉਂਕਿ ਉਹ ਇੱਥੇ ਬੋਰਨ ਹੋਈ ਆ ਉਹਦਾ ਬੰਗਲਾਦੇਸ਼ੀ ਨਾਗਰਿਕਤਾ ਨਾਲ ਕੋਈ ਲੈਣ ਦੇਣ ਨਹੀਂ ਬਣਦਾ, ਆਇਆ ਉਹਦੇ ਪੇਰੈਂਟਸ ਬੰਗਲਾਦੇਸ਼ ਤੋਂ ਆਏ ਸੀ ਪਰ ਉਹ ਤੇ ਇੱਥੇ ਜੰਮੀ ਆ, ਜੇ ਉਹਨਾਂ ਨੇ ਜਿਹਨਾਂ ਨੇ ਨੈਚੁਰਲਾਈਜ਼ ਕੀਤੀ ਹੋਵੇ ਉਹ ਮੇਰੇ ਖਿਆਲ ਰਿਵੋਕ ਹੋ ਜਾਂਦੇ ਆ ਕਾਨੂੰਨੀ ਤੌਰ ਤੇ, ਇਹਨੂੰ ਚੈਲੰਜ ਹੋ ਜਾਊਗਾ ਮੈਨੂੰ ਲੱਗਦੀ। ਹੁਣ ਜੇ ਕੇਸ ਅੱਗੇ ਵਧਿਆ ਤਾਂ ਜੇ ਉਹਦੇ ਪੇਰੈਂਟਸ ਨੇ ਜਾਂ ਜਿਹੜੀਆਂ ਹਿਊਮਨ ਰਾਈਟਸ ਜਥੇਬੰਦੀਆਂ ਉਹਨਾਂ ਨੇ, ਕਿਉਂਕਿ ਦਾ ਗਾਰਡੀਅਨ ਦੀ ਪਿਛਲੇ ਦਿਨ ਇਹ ਮੇਨ ਨਿਊਜ਼ ਸੀ ਵੀ ਇਹ ਚੈਲੰਜ ਹੋ ਸਕਦਾ ਜਿਹੜਾ ਲੀਗਲੀ, ਪਰ ਜੇ ਆਪਾਂ ਐਜ਼ ਅ ਸਿਕਿਉਰਿਟੀ ਪਰਸਪੈਕਟਿਵ ਤੋਂ ਕਹੀਏ ਤੇ ਤੁਸੀਂ ਇਹਨੂੰ ਫਿਰ ਕਿਸ ਤਰੀਕੇ ਨਾਲ ਲੈਂਦੇ ਹੈਗੇ? ਹਾਂਜੀ, ਉਹਦੇ 'ਚ ਹੁਣ ਇਹਨਾਂ ਦੇ ਕੰਸਰਨ ਵੀ ਆਪਾਂ ਸਮਝ ਸਕਦੇ ਹਾਂ, ਆਪਾਂ ਬਿਲਕੁਲ ਵੀ ਨਹੀਂ, ਹੁਣ ਜਿਹੜੀ 4 ਸਾਲ ਬੱਚੀ ਉੱਥੇ ਰਹੀ ਆ ਉਹ ਸਾਰੀ ਜੰਗ ਵਿੱਚ ਉਹ ਰੋਲ ਨਿਭਾਉਂਦੀ ਰਹੀ ਔਰ ਉਹ ਮੰਨਦੀ ਆ ਵੀ ਮੇਰੇ ਸਾਹਮਣੇ ਜਿਹੜੇ ਬਰਤਾਨੀਆ ਦੇ ਤੇ ਹੋਰ ਗੋਰੇ ਅੰਗਰੇਜ਼ਾਂ ਦੇ ਸਿਰ ਵੱਢੇ ਗਏ ਨੇ ਉਹ ਮੇਰੇ ਸਾਹਮਣੇ ਵੱਢੇ ਗਏ ਨੇ। ਸੋ ਜਦੋਂ ਇਸ ਕਿਸਮ ਦੇ ਜੰਗ ਦੇ ਮਾਹੌਲ 'ਚ ਬੰਦਾ ਰਹਿੰਦਾ ਉਦੋਂ ਉਹਦਾ ਡੀਰੈਡੀਕਲਾਈਜੇਸ਼ਨ ਆ ਜਿਹੜੀ ਜਿਹੜੇ ਬਹੁਤ ਹਾਰਡ ਆ ਉਹਨਾਂ ਦੀ ਡੀਰੈਡੀਕਲਾਈਜੇਸ਼ਨ ਬੜੀ ਔਖੀ ਹੋ ਜਾਂਦੀ ਆ, ਉਹਦੇ 'ਚੋਂ ਫਿਰ ਖਤਰਾ ਹੁੰਦਾ ਵੀ ਇਹ ਹੋਰ ਲੋਕਾਂ ਨੂੰ ਵੀ ਇਨਫੈਕਟ ਕਰੂਗਾ, ਜਾਂ ਤਾਂ ਹੋਵੇ ਬੰਦਾ ਬਹੁਤ ਇੱਕ ਤਰ੍ਹਾਂ ਨਾਲ ਸਪਿਰਚੁਅਲਿਟੀ ਨਾਲ ਜੁੜਿਆ ਹੋਵੇ ਵੀ ਉਹ ਆ ਜੇ, ਜਿੱਦਾਂ ਆਪਾਂ ਉਹਦੇ ਜਾਵੇ ਦੂਜੇ ਜੀ ਗੱਲ ਕੀਤੀ ਸੀ ਮਜੀਦ ਨਵਾਜ਼ ਦੀ, ਮਜੀਦ ਨਵਾਜ਼ ਟੌਪ ਤੋਂ ਜਾ ਕੇ ਵਾਪਸ ਮੁੜਿਆ, ਉਹਨੇ ਰਿਲਾਈਜ਼ ਕਰ ਲਿਆ, ਉਹਨੇ ਫਿਰ ਇੱਥੋਂ ਦੀਆਂ ਅਥਾਰਟੀਜ਼ ਨੂੰ ਰਿਲਾਈਜ਼ ਕਰਵਾਇਆ ਵੀ ਮੈਂ ਹੁਣ ਰਿਫਾਈਨਡ ਹੈਗਾ ਵੀ ਮੈਂ ਘੱਟੋ, ਹਾਲਾਂਕਿ ਮੈਂ ਇਹਦੇ ਉਲਟ ਜਿਹੜਾ ਇਹ ਜਿਹੜਾ ਕਾਊਂਟਰ ਨੈਰੇਟਿਵ ਆ ਵੈਸਟਰਨ ਵਰਲਡ ਦਾ ਉਹ ਲੈ ਕੇ ਆਊਂਗਾ। ਸੋ ਉਹ ਐਕਸੈਪਟ ਕਰ ਲਿਆ ਸੋਸਾਇਟੀ ਨੇ, ਪਰ ਇਹਦਾ ਇਹ ਬੱਚੀ ਦਾ ਹੁਣ ਉਹਨਾਂ ਨੂੰ ਲੱਗ ਰਿਹਾ ਵੀ ਸ਼ੀ ਵਿਲ ਇਨਫੈਕਟ ਅਵਰ ਓਨ ਸੋਸਾਇਟੀ, ਉਹਦੇ 'ਚੋਂ ਫਿਰ ਉਹਨਾਂ ਨੇ ਸਖ਼ਤ ਸਟੈਂਡ ਲਿਆ, ਤੇ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਖਿਲਾਫ ਬਹੁਤ ਟ੍ਰੋਲਿੰਗ ਹੋ ਰਹੀ ਆ, ਜਿਹੜੀ ਵਾਈਟ ਪਾਪੂਲੇਸ਼ਨ ਆ ਲਗਾਤਾਰ ਸੋਸ਼ਲ ਮੀਡੀਆ 'ਤੇ ਇਹਦੇ ਖਿਲਾਫ ਬੋਲ ਰਹੀ ਆ, ਸਰਕਾਰ ਦੇ ਖਿਲਾਫ ਬੋਲ ਰਹੀ, ਤੇ ਉਹਨਾਂ ਨੂੰ ਫਿਰ ਹੁਣ ਪਬਲਿਕ ਜਿਹੜੀ ਪਬਲਿਕ ਵਿਊ ਆ ਉਹਦਾ ਵੀ ਖਿਆਲ ਰੱਖਣਾ ਪੈਂਦਾ, ਤੇ ਮੇਰੇ ਖਿਆਲ ਇਹ ਸਾਰੇ ਚੱਕਰ 'ਚ ਉਹਨਾਂ ਨੇ ਇਹ ਫੈਸਲਾ ਲਿਆ, ਪਰ ਦੇਖੋ ਜੇ ਲੀਗਲੀ ਚੈਲੰਜ ਹੁੰਦਾ ਤਾਂ ਫਿਰ ਕਿਸ ਕਿਸਮ ਦਾ ਫੈਸਲਾ ਆਉਂਦਾ ਇਹ ਦੇਖਣ ਵਾਲੀ। ਬਿਲਕੁਲ, ਔਰ ਇਹ ਕਾਫੀ ਇੰਟਰਸਟਿੰਗ ਹੋਵੇਗਾ ਕਿ ਕੀ ਉਹਨੂੰ ਵਾਪਸ ਇੱਥੇ ਲਿਆਉਣ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਨਹੀਂ। ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ, ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰਕੇ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ ਹੈ 01211551001, ਅਤੇ ਅਖੀਰ 'ਤੇ ਸਾਂਝੇ ਰੂਪ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।